ਲਓ ਜੀ ਇੱਕ ਵਾਰ ਫਿਰ ਤੋਂ ਹਾਜ਼ਰ ਤੁਹਾਡੇ ਨਾਲ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ ਅਤੇ ਹਰ ਰੋਜ਼ ਇਸ ਵੇਲੇ ਗੱਲਾਂ ਬਾਤਾਂ ਕਰਨ ਅਸੀਂ ਆ ਜਾਈਦਾ ਗੱਲਾਂ ਬਾਤਾਂ ਸਾਡੇ ਕੋਲ ਤਾਂ ਹੁੰਦੀਆਂ ਨੇ ਰੋਜ਼ ਲੀਡਰ ਸਾਹਿਬਾਨ ਕੁਛ ਨਾ ਕੁਛ ਚੰਨ ਚਾੜ ਦਿੰਦੇ ਆ ਅਤੇ ਫਿਰ ਉਸ ਚੜ੍ਹੇ ਹੋਏ ਚੰਨ ਦੇ ਬਾਰੇ 'ਚ ਗੱਲਾਂ ਕਰਨ ਦੇ ਲਈ ਆਉਣਾ ਪੈਂਦਾ ਕਿਉਂਕਿ ਕਈ ਵਾਰਾਂ ਕਈ ਚੀਜ਼ਾਂ ਦੇ ਬਾਰੇ 'ਚ ਨਹੀਂ ਪਤਾ ਲੱਗਦਾ ਅਤੇ ਫਿਰ ਉਹ ਬਾਅਦ 'ਚ ਪਤਾ ਲੱਗਦਾ ਇਸ ਕਰਕੇ ਆਪਾਂ ਅੱਜ ਪਤਾ ਲਾਵਾਂਗੇ ਨਾਲ ਆਪਣੇ ਵੀਰ ਪਰਮਵੀਰ ਬਾਠ ਹੋਣੀ ਬਾਠ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਕੀ ਹਾਲ ਨੇ ਹਾਲ ਬੜੇ ਵਧੀਆ ਮੈਂ ਹੁਣ ਜਦੋਂ ਜ਼ਿਕਰ ਕੀਤਾ ਨਾ ਵੀ ਕਈ ਵਾਰਾਂ ਗੱਲਾਂ ਦਾ ਪਤਾ ਸਿੱਧਾ ਨਹੀਂ ਲੱਗਦਾ ਮੇਰੇ ਦਿਮਾਗ 'ਚ ਇੱਕ ਐਗਜ਼ਾਮਪਲ ਆ ਗਈ ਆ ਜਾਓ ਹੁਣ ਤਾਂ ਖੈਰ ਬੱਸਾਂ ਦਾ ਮੂੰਹ ਆਂਦਰਾ ਵੱਖਰਾ ਹੁੰਦਾ ਟਰੱਕਾਂ ਦਾ ਵੱਖਰਾ ਹੁੰਦਾ ਪਹਿਲਾਂ ਜਦੋਂ ਟਰੱਕ ਦੀ ਬਾਡੀ ਅਤੇ ਬੱਸ ਦੀ ਬਾਡੀ ਮੋਰ ਔਰ ਲੈਸ ਇੱਕੋ ਜਿਹੀ ਹੁੰਦੀ ਸੀ ਮੋਰ ਵਾਲੇ ਪਾਸੇ ਨਾ ਜਦੋਂ ਇਸ ਟਰੱਕ ਤੋਂ ਐੱਲ ਪੀ ਟਰੱਕ ਆਉਣ ਲੱਗੇ ਅਤੇ ਉਹ ਸਾਹਮਣੇ ਵਾਲੇ ਪਾਸੇ ਉਹ ਹੀ ਦੋ ਸ਼ੀਸ਼ੇ ਹੈ ਨਾ ਅਤੇ ਉਹ ਬੱਸ ਅੱਡੇ ਤੋਂ ਬੰਦੇ ਨੇ ਜਿਹਨੇ ਬੱਸ ਡੀਕ ਦੇਣਾ ਹੋਵੇ ਮਸਾਂ ਬੱਸ ਆਉਣੀ ਆ ਉਹਨਾਂ ਦੂਰੋਂ ਆਉਂਦੇ ਉਹ ਤੀਰਾ ਪਲਾ ਆਉਂਦੀ ਜਾਪਦੀ ਆ ਬਈ ਹੈ ਹੌਲੀ ਹੌਲੀ ਉਹ ਬੋਰੀ ਫੜ ਝੋਲਾ ਫੜ ਹੈ ਨਾ ਮਾਈ ਨੂੰ ਠਾਲ ਖੂੰਡੀ ਲਾ ਕੇ ਲਿਆ ਵੀ ਲੈ ਵੀ ਆਉਂਦੀ ਆਉਂਦੀ ਅਤੇ ਜਦੋਂ ਲੱਗ ਆਉਣਾ ਫਿਰ ਪਤਾ ਲੱਗਣਾ ਵੀ ਉਹ ਯਾਰ ਸਾਹਮਣੇ ਤਾਂ ਬੱਸ ਜਾਪਦੀ ਨਿਕਲਿਆ ਟਰੱਕ ਗੱਲ ਤੁਹਾਡੀ ਠੀਕ ਹੈ ਨਾ ਮਤਲਬ ਇਹ ਉਹ ਵੀ ਯਾਦਾਂ ਹੀ ਰਹਿ ਜਾਂਦੀਆਂ ਉਸੇ ਤਰ੍ਹਾਂ ਦੀਆਂ ਕੰਮ ਆ ਖਬਰਾਂ ਵਾਲਾ ਵੀ ਕਈ ਵਾਰ ਇੱਕ ਖਬਰ ਦੂਰੋਂ ਜਾ ਦਿੰਦੀ ਵੀ ਅੱਛਾ ਇਹ ਫਿਰ ਇੱਦਾਂ ਉਹ ਜਿਵੇਂ ਜਿਵੇਂ ਖਬਰ ਨੇੜੇ ਆਉਂਦੀ ਜਿਵੇਂ ਜਿਵੇਂ ਆਪਾਂ ਨੂੰ ਹੋਰ ਘੇਰੋਂ ਘੇਰੋਂ ਦੇਖੀਦਾ ਫਿਰ ਪਤਾ ਲੱਗਦਾ ਓਹੋ ਹਜੇ ਤਾਂ ਤੁਸੀਂ ਚਲੋ ਚਿੱਟੇ ਦਿਨ ਦੀ ਉਦਾਹਰਣ ਦਿੱਤੀ ਆ ਮੈਂ ਹੋਰ ਦੇ ਦਿੰਦਾ ਜਿਹੜੇ ਛੋਟੇ ਅੱਡੇ ਆ ਛੋਟੇ ਅੱਡੇ ਉਹਨਾਂ ਅੱਡਿਆਂ ਦੇ ਉੱਤੇ ਜਦੋਂ ਧੁੰਦ ਪਈ ਹੁੰਦੀ ਤਾਂ ਸਵੇਰੇ ਸਵੇਰੇ ਪੜ੍ਹਨ ਜਾਣਾ ਹੁੰਦਾ ਤਾਂ ਬੰਦਾ ਪੰਜਾਬ ਰੋਡਵੇਜ਼ ਉਡੀਕਦਾ ਰੋਡਵੇਜ਼ ਇਸ ਕਰਕੇ ਉਡੀਕਦਾ ਕਿ ਪਾਸ ਬਣਿਆ ਹੁੰਦਾ ਬੰਦੇ ਨੂੰ ਦਿਸਣਾ ਦੂਰੋਂ ਕਿ ਭਾਈ ਆ ਉਹ ਬੱਸ ਆਉਂਦੀ ਜੇ ਬੱਤੀਆਂ ਜਗਦੀਆਂ ਕਿਉਂਕਿ ਧੁੰਦ ਪਈ ਹੁੰਦੀ ਆ ਬਿਲਕੁਲ ਨੇੜੇ ਫਿਰ ਨਿਆਣੇ ਕਹਿ ਰਹੇ ਹਨ ਜਦੋਂ ਮੁੱਢ ਆ ਜਾਂਦੀ ਉਦੋਂ ਭੱਜਦੇ ਸੀ ਕਿ ਭਾਈ ਇਹਨੇ ਮਾੜੀ ਜਿਹੀ ਬ੍ਰੇਕ ਮਾਰ ਕੇ ਇੱਕ ਅੱਧੀ ਸਵਾਰੀ ਤਾਰਨੀ ਉਸ ਲਈ ਛਾਲ ਮਾਰ ਕੇ ਚੜ੍ਹ ਗਿਆ ਜਦੋਂ ਨੇੜੇ ਆਉਣਾ ਤਾਂ ਦੇਖਣਾ ਨਾਸ਼ਪਾਤੀ ਨਾਲ ਲੱਦੇ ਟਰੱਕ ਆਏ ਤਾਂ ਨਹੀਂ ਪਰ ਵੈਸੇ ਮੈਨੂੰ ਯਾਦ ਆ ਗਿਆ ਉਦੋਂ ਉਦੋਂ ਇੱਕ ਪੱਕੀ ਨਿਸ਼ਾਨੀ ਹੁੰਦੀ ਸੀ ਰੋਡਵੇਜ਼ ਵਾਲੀ ਬੱਸ ਦੀ ਨਾ ਅੱਡੇ ਤੋਂ ਜਦੋਂ ਚੜ੍ਹਨਾ ਅਸੀਂ ਉੰਨਾ ਚਿਰ ਨਹੀਂ ਹਿਲਣਾ ਜਿੰਨਾ ਚਿਰ ਤੱਕ ਸਾਨੂੰ ਚਾਰ ਬੱਤੀਆਂ ਨਜ਼ਰ ਆਉਣੀਆਂ ਆਹਾ ਸਾਨੂੰ ਪਤਾ ਹੁੰਦਾ ਵੀ ਜਿਹੜੀ ਚੌਹਾਂ ਬੱਤੀਆਂ ਵਾਲੀ ਇਹਦਾ ਮਤਲਬ ਇਹ ਹੋ ਗਿਆ ਵੀ ਇੱਕ ਤਾਂ ਮੇਨ ਲਾਈਟਾਂ ਦੇ ਕਈ ਨੇ ਪੀਲੀਆਂ ਪੀਲੀਆਂ ਨਹੀਂ ਲਾਈਟਾਂ ਦੇ ਕੋਈ ਸਰਚ ਲਾਈਟਾਂ ਜਿਹਨੂੰ ਕਹਦੇ ਉਹ ਇੰਨੇ ਕੁ ਪੈਸੇ ਤੇ ਪ੍ਰਾਈਵੇਟ ਵਾਲਿਆਂ ਕੋਲ ਹੁੰਦੇ ਜਿਹਦੀ ਧੁੰਦ 'ਚ ਡੂੜ ਕੇ ਜਗਦੀ ਹੋਣੀ ਨਾ ਉਹ ਸਮਝ ਆਏ ਨਹੀਂ ਵੀ ਆਪਣੀ ਉਹ ਵੀ ਐਂ ਬਰਾਬਰ ਤੇ ਨਹੀਂ ਇੱਕ ਤਾਂ ਤੇ ਇੱਕ ਐਂ ਥਾਂ ਜੇ ਇਦਾਂ ਜੇ ਕਰਕੇ ਜਗਦੀ ਹੋਣੀ ਫਿਰ ਉਹਨਾਂ ਨੂੰ ਲੈ ਵੀ ਆ ਗਈ ਉਹ ਇਹ ਹੁਣ ਆਪਣੀ ਇਹ ਆਪਣੇ ਵਾਲੀ ਘਰ ਦੀ ਬੱਸ ਆ ਇਹ ਤੇ ਚੜ੍ਹਨਾ ਹੀ ਯਾਨੀ ਦੇਖੋ ਤੁਸੀਂ ਗੱਲ ਇਹ ਕਿ ਤੁਹਾਡੀਆਂ ਸਰਕਾਰਾਂ ਨੇ ਤੁਸੀਂ ਬੱਤੀ ਡੇਢ ਕਹਿ ਲਓ ਤੁਸੀਂ ਢਾਈ ਕਹਿ ਲਓ ਅਸੀਂ ਤਾਂ ਮੰਨਣੀ ਆ ਪਰ ਨਹੀਂ ਦੇਖੋ ਅਸੀਂ ਤੇ ਤਾਂ ਕਹਿੰਦੇ ਵੀ ਜੇ ਤੁਸੀਂ ਸ਼ੁਕਰ ਕਰੋ ਵੀ ਡੂੜ ਕਿ ਜਗਦੀ ਹੈ ਜਗਦੀ ਹੈ ਜੇ ਅਸੀਂ ਉਹ ਵੀ ਨਾ ਜਗਣ ਦਿੰਦੇ ਫਿਰ ਕਿਹੜਾ ਕਿਸੇ ਨੇ ਕੋਈ ਮਤਲਬ ਪੈਰ ਪਾਉਂਦਾ ਗੱਲ ਤਾਂ ਤੁਹਾਡੀ ਠੀਕ ਹੈ ਦੇਖੋ ਰੋਡਵੇ ਦੀਆਂ ਬੱਸਾਂ ਭੱਜੀਆਂ ਪਈਆਂ ਉਹ ਹੁਣ ਆਪਾਂ ਨਵੀਆਂ ਕਰਨੀਆਂ ਪੰਜਾਬ ਨਵੇਂ ਸਿਰਿਓਂ ਬਣਾਉਣਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਾ ਸਾਰਿਆਂ ਦਾ ਕਰਜ਼ਾ ਮਾਫ਼ ਕਰਨਾ ਸਕੂਲ ਇੱਥੇ ਚਮਕਦੇ ਹੋਣਗੇ ਮੈਂ ਤੁਸੀਂ ਤਾਂ ਚਲੋ ਪੁਰਾਣੇ ਬੰਦੇ ਹੋ ਮੈਂ ਜਿਹੜੀਆਂ ਪਿਛਲੀਆਂ ਦੋ ਚਾਰ ਇਲੈਕਸ਼ਨਾਂ ਦੇ ਵਿੱਚ ਸੁਰਤ ਸਾਂਭੀ ਹੈ ਹਰ ਵਾਰੀ ਅਖਬਾਰ ਦਾ ਪੂਰਾ ਸਫ਼ਾ ਹੁੰਦਾ ਰੰਗਦਾਰ ਰੰਗਦਾਰ ਸਫ਼ੇ ਦੇ ਉੱਤੇ ਜਿਹਦੀ ਸਰਕਾਰ ਹੁੰਦੀ ਹੈ ਉਹ ਵੋਟਾਂ ਤੋਂ ਪਹਿਲਾਂ ਇਸ਼ਤਿਹਾਰ ਲਵਾਉਂਦੇ ਆ ਅਸੀਂ ਪੰਜਾਬ ਦੇ ਇੰਨੇ ਸਕੂਲ ਵਧੀਆ ਬਣਾਤੇ ਕਿਆ ਹੀ ਬਾਤਾਂ ਫੋਟੋ ਇੱਦਾਂ ਦੀ ਹੁੰਦੀ ਐਂ ਲੱਗਦਾ ਪੈਰਿਸ ਦਾ ਸਕੂਲ ਹੈ ਉਹਦੇ ਥੱਲੇ ਕਦੇ ਨਹੀਂ ਕਿਸੇ ਨੇ ਲਿਖਿਆ ਹੁੰਦਾ ਕਿ ਇੰਨੇ ਸਕੂਲ ਅਸੀਂ ਬੰਦ ਵੀ ਕਰਤੇ ਆ ਉਹਦੇ ਤੋਂ ਬਾਅਦ ਹੁੰਦੀ ਅਸੀਂ ਹਸਪਤਾਲਾਂ ਦੇ ਇੰਨੇ ਨਿਰਮਾਣ ਕਰਾਤੇ ਇਮਾਰਤ ਦੀ ਫੋਟੋ ਹੁੰਦੀ ਠੀਕ ਹੁੰਦੀ ਹੈ ਯੂਪੀ ਵਾਲਿਆਂ ਨੂੰ ਨਹੀਂ ਹੁੰਦੀ ਕਿ ਬੰਗਾਲ ਦੀ ਲਾ ਦਿਓ ਪਰ ਉਹਦੇ ਥੱਲੇ ਬਿਲਕੁਲ ਵੀ ਕੰਡੀਸ਼ਨਸ ਅਪਲਾਈ ਕਰਕੇ ਲਿਖਿਆ ਨਹੀਂ ਹੁੰਦਾ ਕਿ ਪਰ ਉੱਥੇ ਡਾਕਟਰ ਹੈ ਨਹੀਂ ਇਹਦੇ ਤੋਂ ਬਾਅਦ ਲਿਖਿਆ ਹੁੰਦਾ ਅਸੀਂ ਇੰਨੇ ਲੋਕਾਂ ਨੂੰ ਪੀਣ ਵਾਲਾ ਸਾਫ਼ ਸੁਥਰਾ ਪਾਣੀ ਮੁਹੱਈਆ ਕਰਾਤਾ ਉਹਦੇ ਵਿੱਚ ਬਿਲਕੁਲ ਲਿਖਿਆ ਹੁੰਦਾ ਕਿ ਇਸ ਸਾਲ ਭਾਈ ਹੈ ਜਾਂ ਕਿੰਨੇ ਜਣੇ ਨੂੰ ਹੋ ਗਿਆ ਜਾਣੀ ਇੱਕ ਤੋਂ ਬਾਅਦ ਇੱਕ ਤੁਹਾਡੇ ਬੰਦੇ ਨੇ ਅਸੀਂ ਤਾਂ ਬਾਈ ਹੱਥ ਜੋੜ ਕੇ ਗੱਲਾਂ ਕਰਦੇ ਹਾਂ ਕਿ ਭਾਈ ਇੱਦਾਂ ਦੀਆਂ ਫੋਟੋ ਐਤਕੀ ਵੀ ਛਪਣੀਆਂ ਅਤੇ ਜੇ ਅਸੀਂ ਉਹਨਾਂ ਫੋਟੋ 'ਤੇ ਯਕੀਨ ਕਰ ਲਈਏ ਅਤੇ ਜੇ ਕੋਈ ਬੰਦਾ ਬਾਹਰੋਂ ਆਵੇ ਉਹਨੂੰ ਪੰਜਾਬ ਦਾ ਲੱਭਣਾ ਜਿਹੜਾ ਤੁਸੀਂ ਦਿਖਾ ਦਿੰਦੇ ਹੋ ਪਰ ਦੇਖੋ ਕਾਰਨ ਇਹਦੇ ਲਈ ਤੁਸੀਂ ਕੱਲਾ ਲੀਡਰਾਂ ਨੂੰ ਥੋੜ੍ਹਾ ਬਦਨਾਮ ਕਰ ਸਕਦੇ ਦੇਖੋ ਇਹ ਤਾਂ ਥੋੜ੍ਹਾ ਥੋੜ੍ਹਾ ਤਾਂ ਮਤਲਬ ਸਾਰੇ ਪੰਜਾਬੀਆਂ 'ਚ ਹੈ ਨਾ ਕਿਤੇ ਰਿਸ਼ਤਾ ਹੋਣਾ ਹੋਵੇ ਮੁੰਡੇ ਦਾ ਉਦੋਂ ਕਿਤੇ ਚੋਲਾ ਥੋੜ੍ਹੇ ਝੂਠ ਬੋਲਦਾ ਕੁਝ ਵੀ ਨਾ ਜੀ ਮੁੰਡਾ ਤੁਸੀਂ ਦੇਖੋ ਵੀ ਰੰਗ ਭਾਵੇਂ ਦੋ ਹੀ ਹੁੰਦੇ ਇੱਕ ਥੋੜ੍ਹਾ ਜਿਹਾ ਗੂੜਾ ਅਤੇ ਇੱਕ ਥੋੜ੍ਹਾ ਜਿਹਾ ਕਣਕ ਵੰਨਾ ਜਿਹਾ ਕਿਉਂਕਿ ਜਿਹੜਾ ਮੇਨ ਵਾਲਾ ਰੰਗ ਉਹ ਤਾਂ ਆਪਣੇ ਵਾਲਿਆਂ ਦਾ ਹੁੰਦਾ ਹੀ ਨਹੀਂ ਵੈਸੇ ਉਹ 'ਚੋਂ ਵੀ ਉੱਦਣ ਵਾਲਾ ਹਿਸਾਬ ਇਹਦੇ ਵੈਸੇ ਇਹਨੂੰ ਆਖਿਆ ਇਹ ਕਮਲੇ ਨੂੰ ਵੀ ਤੂੰ ਨਾ ਜਾ ਕੱਲ੍ਹ ਸਾਰਾ ਦਿਨ ਧੁੱਪੇ ਟਰੈਕਟਰ ਤੋਂ ਨਹੀਂ ਉਤਰਿਆ ਹੈ ਅੱਜ ਹੁਣ ਇੱਦਾਂ ਹੋ ਗਿਆ ਚੱਲ ਕੋਈ ਗੱਲ ਨਹੀਂ ਧੋ ਗਿਆ ਮੇਰਾ ਪੁੱਤ ਮੂੰਹ ਮਾਂ ਹੈ ਨਾ ਹੁਣ ਜਾਂ ਨਹੀਂ ਕੁਛ ਵੀ ਨਹੀਂ ਕਿ ਵੇਖੋ ਹੁਣ ਕੀ ਕਰਨਾ ਮਾੜੀ ਮੋੜ ਕਿਤੇ ਪੀ ਲੈਂਦਾ ਆ ਉੱਦਾਂ ਬੰਦਾ ਨਹੀਂ ਜਿਹਦੇ ਨਾਲ ਦਾ ਐਬ ਕੋਈ ਨਹੀਂ ਕੋਈ ਨਹੀਂ ਹੈਗਾ ਊਂ ਕਿਤੇ ਸਵੇਰੇ ਭਾਵੇਂ ਕਿਤੇ ਉਹ ਕੋਈ ਕੁਛ ਨਾ ਕੁਛ ਲਵੇੜ ਲਵੂੜ ਕੇ ਚਾਹ ਨਾ ਕਿਤੇ ਉਹ ਜਾਣੇ ਜ਼ਬਾਨ 'ਤੇ ਰੱਖ ਲਏ ਉੱਦਾਂ ਨੁਕਸ ਕੋਈ ਨਹੀਂ ਮੁੰਡੇ 'ਚ ਮੁੰਡਾ ਹੀਰਾ ਜਦੋਂ ਸਵੇਰੇ ਸ਼ਾਮ ਕੰਮ ਕਰਨਾ ਸਰੀਰ ਕਿਤੇ ਟੁੱਟ ਭੱਜ ਜਾਂਦਾ ਥੋੜ੍ਹਾ ਬਹੁਤ ਭਾਵੇਂ ਕਾਇਮ ਹੋ ਜਾਵੇ ਉੱਦਾਂ ਠੀਕ ਆ ਮਤਲਬ ਉਹ ਗੱਲਾਂ ਯਾਰ ਆਪਣੇ ਚੱਲਦੀਆਂ
ਪ੍ਰਾਹੁਣਿਆਂ ਨੂੰ ਆਉਂਦੇ ਨੇ ਕੀ ਹੋਇਆ ਜੀ ਠੀਕ ਹੋ ਕੋਈ ਮਿਲਿਆ ਰਾਜ ਕੀ ਕਹਾ ਸਿੱਧੇ ਲੱਭ ਲਿਆ ਜੇ ਤਾਂ ਉਹਨਾਂ ਨੇ ਕਹਿਤਾ ਸਿੱਧੇ ਲੱਭ ਲਿਆ ਫਿਰ ਚੁੱਪ ਕਰ ਜਾਣਾ ਤਾਂ ਜੇ ਕਹਿਤਾ ਨਹੀਂ ਮਿਲਿਆ ਸੀ ਰਾਜ ਆ ਕਈ ਹੁੰਦੇ ਆ ਬੰਦੇ ਲੱਗਦੇ ਵਾਲੇ ਵੀ ਹੁੰਦੇ ਆ ਪੰਛੀ ਦੇਖ ਲਓਗੇ ਅਸੀਂ 20 ਸਾਲ ਪਹਿਲਾਂ ਭਾਪਾ ਇਹਦਾ ਉਦੋਂ ਦੇ ਬਹੁਤ ਲੱਗਦੇ ਆ ਕਈ ਗੱਲਾਂ ਉਹਨਾਂ ਨੇ ਕਰਨੀਆਂ ਉਹ ਨਾ ਸੁਣਿਓ ਕੋਈ ਗੱਲ ਹੋਈ ਸਿੱਧੀ ਪੁੱਛ ਲਿਓ ਨਸ਼ਰੀ ਕੇ ਬਾਈ ਦਾ ਕਰਕੇ ਊਂ ਭੈਣ ਜੀ ਕਿਹੜਾ ਗੱਲ ਕਰਨ ਜੀ ਕਰਦਾ ਵੀ ਊਂ ਤਿੰਨ ਕੁ ਰਿਸ਼ਤੇ ਵਾਲੇ ਪਹਿਲਾਂ ਵੀ ਮੁੜ ਕੇ ਆਏ ਗਏ ਤੇ ਸੀਗੇ ਵੀ ਸਾਰਾ ਕੁਛ ਠੀਕ ਆ ਪਛਤਾਉਣਗੇ ਹੁਣ ਮੁੜ ਕੇ ਫੋਨ ਨਹੀਂ ਚੁੱਕਿਆ ਉਹਨਾਂ ਨੇ ਚਲੋ ਆਪਾਂ ਹੁਣ ਇਹ ਰਿਸ਼ਤਿਆਂ ਵਾਲੇ ਪਾਸੋਂ ਨਿਕਲੀਏ ਆਪਾਂ ਹੁਣ ਇਸ ਪਾਸੇ ਆਈਏ ਵੀ ਜਿਹੜਾ ਰਿਸ਼ਤਾ ਕਿਸਾਨਾਂ ਦਾ ਦਿੱਲੀ ਵਾਲੇ ਬਾਰਡਰਾਂ ਨਾਲ ਜੁੜ ਗਿਆ 10 ਮਹੀਨੇ ਹੋ ਗਏ ਲਗਭਗ ਕੁੱਲ ਮਿਲਾ ਕੇ ਮਹੀਨੇ ਹੋਰ ਲੰਘੇ ਅਤੇ ਸਾਲ ਹੋ ਜਾਣਾ ਹੁਣ ਦੇਖੋ ਉੱਥੇ ਵੀ ਉਹਨਾਂ ਨੂੰ ਆਪਣਾ ਆਪਣਾ ਸਾਰਾ ਕੁਛ ਲੱਗਣ ਲੱਗ ਪਿਆ ਅਤੇ ਧਿਆਨ ਉਹਨਾਂ ਦਾ ਇਹੀ ਹੈ ਵੀ ਅੱਜ ਨਹੀਂ ਕੱਲ੍ਹ ਕੱਲ੍ਹ ਨਹੀਂ ਪਰਸੋਂ 12ਵੀਂ ਮੀਟਿੰਗ ਹੋਵੇ ਕਿਤੇ ਕਿਉਂਕਿ 11 ਦੇ ਹੁਣ ਇਕੱਲੇ ਇਕੱਲੇ ਨੂੰ ਰੱਟ ਗਈਆਂ ਨੇ ਵੀ 11 ਮੀਟਿੰਗਾਂ ਹੋਈਆਂ ਆਇਆ ਸੀ 11 ਦੇ ਬ੍ਰੇਕ ਲੱਗੀ ਉਦੋਂ ਬਾਅਦ ਕਹਿੰਦੇ ਮੀਟਿੰਗ ਹੀ ਕੋਈ ਨਹੀਂ ਹੋਈ ਵੈਸੇ ਅਕਾਲੀ ਦਲ ਵਾਲੇ ਅੱਜ ਦਿੱਲੀ ਗਏ ਆ ਉਹ ਕਹਿੰਦੇ ਆ ਕਿ ਭਾਈ ਜਦੋਂ ਅਸੀਂ ਫਿਰ ਉੱਥੇ ਚਲੇ ਗਏ ਜਦੋਂ ਅਸੀਂ ਰੋਸ ਮਾਰਚ ਕੀਤਾ ਗੁਰਦੁਆਰਾ ਰਕਾਬਗੰਜ ਸਾਹਿਬ ਤੋਂ ਪਾਰਲੀਮੈਂਟ ਤੱਕ ਇਹ ਕਿਸਾਨ ਸੰਘਰਸ਼ ਦੇ ਵਿੱਚ ਮੋੜ ਆਊਗਾ ਇੱਕ ਤਰ੍ਹਾਂ ਦਾ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਤਾਂ ਇਹ ਵੀ ਕਿਹਾ ਇਹ ਕੋਈ ਸਿਆਸੀ ਇਕੱਠ ਨਹੀਂ ਇਹ ਕਿਸਾਨੀ ਦਾ ਰੋਸ ਮਾਰਚ ਹੈ ਅਤੇ ਜਿਹੜਾ ਅਕਾਲੀ ਦਲ ਨੇ ਕੀਤਾ ਫਿਰ ਉਹਨਾਂ ਨੇ ਇਕੱਲੀਆਂ ਇਕੱਲੀਆਂ ਚੀਜ਼ਾਂ ਵੀ ਲਿਖ ਕੇ ਪਾਈਆਂ ਅਕਾਲੀ ਦਲ ਨੇ ਅਸੀਂ ਮੰਤਰੀ ਮੰਡਲ 'ਚੋਂ ਅਸਤੀਫਾ ਦਿੱਤਾ ਅਸੀਂ ਉਹਦੇ ਤੋਂ ਬਾਅਦ ਗੱਠਜੋੜ ਤੋੜਿਆ ਅਸੀਂ ਉਹਦੇ ਤੋਂ ਬਾਅਦ ਰਾਸ਼ਟਰਪਤੀ ਨੂੰ ਮਿਲਣ ਗਏ ਅਸੀਂ ਉਹਦੇ ਤੋਂ ਬਾਅਦ ਪਾਰਲੀਮੈਂਟ 'ਚ ਆ ਕੀਤਾ ਅਸੀਂ 19 ਤਰੀਕ ਨੂੰ ਰਕੇਸ਼ ਟਕੈਤ ਹੋਰਾਂ ਨੂੰ ਮਿਲਣ ਗਏ ਸਾਰਾ ਕੁਛ ਉਹਨਾਂ ਨੇ ਸੀਕੁਐਂਸ ਤਰੀਕਾਂ ਪਾ ਕੇ ਨਹੀਂ ਨਹੀਂ ਇੱਕ ਮਿੰਟ ਇਹ ਜਿਹੜੀ ਸਾਰੀ ਡਿਟੇਲ ਤੁਸੀਂ ਦਿੱਤੀ ਹੋਣੀ ਇਹਦੇ ਨਾਲ ਕੋਈ ਝੋਨੇ ਦੀ ਮੁੰਜਰ ਵਧੀ ਪੰਜਾਬ 'ਚ ਨਹੀਂ ਮੈਂ ਤਾਂ ਝੋਨੇ ਦੀ ਮੁੰਜਰ ਦਾ ਨਹੀਂ ਅੱਜ ਤਾਂ ਜਾੜ ਕਰਦਾ ਹੀ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਸਾਰੇ ਲੀਡਰ ਜਿਹੜੇ ਆ ਆਪੋ ਆਪਣਾ ਕਾਫਲਾ ਲੈ ਕੇ ਜਾਂਦੇ ਸੀ ਦਿੱਲੀ ਨੂੰ ਤੇ ਜਿੱਥੇ ਕੇਂਦਰ ਸਰਕਾਰ ਨੇ ਨਾ ਕਰਤੀ ਸੀ ਕਿ ਤੁਸੀਂ ਰੋਸ ਮਾਰਚ ਨਹੀਂ ਕਰ ਸਕਦੇ ਫਿਰ ਬਹੁਤ ਸਾਰੇ ਅਕਾਲੀ ਦਲ ਦੇ ਲੀਡਰ ਜਿਹੜੇ ਆ ਉਹ ਮਾਝੇ ਤੋਂ ਕਮਲਪ੍ਰੀਤ ਸਿੰਘ ਕਾਕੀ ਨੇ ਇੱਕ ਟਿਕਟ ਮਿਲੀ ਆ ਰਾਜਪੁਰੇ ਤੋਂ ਚਰਨਜੀਤ ਸਿੰਘ ਬਰਾੜ ਸਾਹਿਬ ਨੂੰ ਉਹਨਾਂ ਨੇ ਤੇ ਕਈ ਹੋਰ ਲੀਡਰਾਂ ਦੇ ਹਨੇਰੇ ਜਿਹਾ ਦੇ ਵਿੱਚ ਬਿਆਨ ਆਏ ਵੀਡੀਓ ਬਿਆਨ ਕਿ ਦੇਖੋ ਜੀ ਇੱਕ ਤਾਂ ਬਹੁਤ ਗਲਤ ਹੋ ਰਿਹਾ ਆ ਦੇਖੋ ਗੁਰਦੁਆਰਾ ਰਕਾਬਗੰਜ ਸਾਹਿਬ ਜਿਹੜਾ ਹੈ ਉਹਦੇ ਮੂਹਰੇ ਪੁਲਿਸ ਨੇ ਬੈਰੀਕੇਡਿੰਗ ਲਾਤੀ ਹੈ ਜੇ ਸਾਨੂੰ ਸਾਡੇ ਗੁਰੂ ਘਰ ਦੇ ਵਿੱਚ ਵੀ ਨਹੀਂ ਆਉਣ ਦੇਣਾ ਤਾਂ ਫਿਰ ਜਾਣ ਕਿੱਥੇ ਦੇਣਾ ਹੈ ਇਹ ਲੋਕਤੰਤਰੀ ਹੱਕਾਂ ਦੇ ਉੱਤੇ ਡਾਕਾ ਹੈ ਇੱਥੋਂ ਤੱਕ ਵੀ ਚਰਨਜੀਤ ਸਿੰਘ ਬਰਾੜ ਹੋਰਾਂ ਨੇ ਕਿਹਾ ਕਿ ਸਾਡੀਆਂ ਕਈ ਗੱਡੀਆਂ ਦੇ ਰਾਹ ਦੇ ਵਿੱਚ ਸ਼ੀਸ਼ੇ ਭੰਨ ਦਿੱਤੇ ਅਤੇ ਉਹ ਭੰਨੇ ਕਿਹਨਾਂ ਨੇ ਆ ਜਿਹੜੇ ਰਾਹ ਦੇ ਵਿੱਚ ਬੈਠੇ ਹੋਣਗੇ ਧਰਨਾ ਪ੍ਰਦਰਸ਼ਨ ਕਰਦੇ ਹੁਣ ਮੈਨੂੰ ਇੱਕ ਗੱਲ ਨਹੀਂ ਸੀ ਸਮਝ ਆਉਂਦੀ ਵੈਸੇ ਤਾਂ ਕੋਈ ਹਿੰਸਕ ਕੰਮ ਨਹੀਂ ਹੋਣਾ ਚਾਹੀਦਾ ਕੋਈ ਸ਼ੀਸ਼ੇ ਨਹੀਂ ਭੱਜਣੇ ਚਾਹੀਦੇ ਪਰ ਜੇ ਇੰਨਾ ਕੁਛ ਕੀਤਾ ਖੇਤੀਬਾੜੀ ਅੰਦੋਲਨ ਦੇ ਲਈ ਕਿਸਾਨੀ ਦੇ ਲਈ ਫਿਰ ਲੋਕ ਗੁੱਸੇ ਕਿਉਂ ਆ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਗੱਡੀ ਹਿਸਾਰ ਮੇਰੇ ਖਿਆਲ ਰੋਕੀ ਸੀ ਇੱਕ ਜਗ੍ਹਾ ਦੇ ਉੱਤੇ ਉਹਨਾਂ ਦੀ ਗੱਡੀ ਨੂੰ ਦੇਖ ਕੇ ਵੀ ਨਾਅਰੇਬਾਜ਼ੀ ਕੀਤੀ ਗਈ ਆ ਹੁਣ ਜਿਹੜੇ ਬੰਦੇ ਖੇਤੀ ਅੰਦੋਲਨ ਦੇ ਵਿੱਚ ਪਿਛਲੇ ਸਾਲ ਤੋਂ ਲੱਗੇ ਆ ਹੁਣ ਜਦੋਂ ਉਹਨਾਂ ਦੇ ਹੀ ਮੁੱਦੇ ਦੇ ਉੱਤੇ ਪਾਰਲੀਮੈਂਟ ਵਾਲੇ ਪਾਸੇ ਨੂੰ ਰੋਸ ਮਾਰਚ ਕਰਨ ਅਕਾਲੀ ਦਲ ਦੇ ਲੀਡਰ ਜਾਂਦੇ ਆ ਰਾਜ ਇੱਦਾਂ ਦੀਆਂ ਘਟਨਾਵਾਂ ਕਿਉਂ ਵਾਪਰਦੀਆਂ ਸਮਝ ਨਹੀਂ ਆਉਂਦੀ ਜੀ ਤੁਹਾਨੂੰ ਨਹੀਂ ਆਉਂਦੀ ਉਹਨਾਂ ਨੂੰ ਆਉਂਦੀ ਉਹਨਾਂ ਨੂੰ ਆਉਂਦੀ ਜਿੰਨਾ 10 ਸਾਲ ਲਾਏ ਆ ਤੇ 5 ਹੁਣ ਬਾਹਰ ਕੱਢੇ ਆ ਤੇ ਗਾਂ ਉਹ ਫਿਰ ਕਹਿੰਦੇ ਵੀ ਇੱਕ ਕਰਾਂ ਕਿਤੇ ਪੈਰ ਥੱਲੇ ਦੁਬਾਰਾ ਬਟੇਰਾ ਆਵੇ ਉਹਨਾਂ ਨੂੰ ਬੜੀ ਕਲੀਅਰ ਕੱਟ ਸਮਝ ਆਉਂਦੀ ਹੈ ਪਰ ਚਲੋ ਠੀਕ ਹੈ ਜੀ ਉਹ ਇੱਕ ਪੋਲੀਟੀਕਲ ਪਾਰਟੀ ਨੂੰ ਲੱਗਦਾ ਵੀ ਅਸੀਂ ਆਪਣੀ ਪੋਲੀਟੀਕਲ ਗਤੀਵਿਧੀ ਕਰਨੀ ਹੈ ਸ਼ਾਇਦ ਇਸੇ ਕਰਕੇ ਪਿਛਲੇ ਦਿਨੀ 64 ਵਿਧਾਨ ਸਭਾ ਹਲਕਿਆਂ ਦੀ ਅਨਾਊਂਸਮੈਂਟ ਉਹਨਾਂ ਨੇ ਕੀਤੀ ਹੈ ਵੀ ਚਲੋ 64 ਇੱਕ ਤਰ੍ਹਾਂ ਨਾਲ ਟਿਕਟਾਂ ਹੋ ਗਈਆਂ ਬਾਕੀ ਕੁਛ ਰੱਖ ਲਏ ਨੇ ਜਿਹੜੇ ਦਾਅਵੇਦਾਰ ਹੋਣਗੇ ਅਤੇ ਹਰੇਕ ਨੂੰ ਇਹ ਤਾਂ ਹੋਊਗਾ ਨਾ ਵੀ ਹਾਂ ਯਾਰ ਪ੍ਰਧਾਨ ਜੀ ਨੇ ਟਿਕਟ ਦਿੱਤੀ ਆ ਹੁਣ ਵੀ 10 ਕੁ ਗੱਡੀਆਂ ਤਾਂ ਮੈਂ ਦਿੱਲੀ ਖੜਨੀਆਂ ਹੀ ਖੜਨੀਆਂ ਰਸ਼ ਤਾਂ ਆਪੇ ਹੋ ਜਾਣਾ ਨਹੀਂ ਰਸ਼ ਤਾਂ ਆਪੇ ਹੋ ਜਾਣਾ ਦੇਖੋ 117 ਬੰਦੇ ਨੇ 64 ਦੇ ਵਿੱਚੋਂ ਬਾਅਦ ਵਿੱਚ ਜਿਹੜੇ 97ਾਂ 'ਚੋਂ ਰਹਿੰਦੇ 33 ਰਹਿੰਦੇ ਆ ਉਹਨਾਂ 33ਾਂ ਦੇ ਜੇ 3-3 ਦਾਅਵੇਦਾਰ ਵੀ ਹੋਏ 99 ਤਾਂ ਉਹ ਬਣ ਗਏ ਜੇ 50-50 ਬੰਦੇ ਵੀ ਲੈ ਕੇ ਗਿਆ ਤੁਸੀਂ ਦੇਖੋ ਨਾ ਜਾ ਕੇ ਕਿੱਥੇ ਗੱਲ ਆਉਂਦੀ ਹੈ ਨਹੀਂ ਪੂਰੀ ਹੈ ਇਸ ਵਕਤ ਅੱਜ ਤਾਂ ਮਤਲਬ ਲੱਗੂਗਾ ਇੱਕ ਰਾਂ ਕਿਉਂਕਿ ਦੇਖੋ ਕਾਰਨ ਹੈ ਵੀ ਜਿਹੜਾ ਇਕੱਠ ਆ ਅਗਲਿਆਂ ਨੇ ਇੱਕ ਤਰ੍ਹਾਂ ਨਾਲ ਜਿਹੜਾ ਸਾਲ ਕੰਪਲੀਟ ਹੋਇਆ ਮੋਸਟਲੀ ਲੋਕਾਂ ਨੂੰ ਨਹੀਂ ਸਮਝ ਆਉਂਦੀ ਪਰ ਚਲੋ ਆਪਾਂ ਦੱਸ ਦਿੰਦੇ ਵੀ ਅੱਜ ਦੇ ਦਿਨ ਹਰਸਿਮਰਤ ਬਾਦਲ ਉਹਨਾਂ ਨੇ ਅਸਤੀਫਾ ਦਿੱਤਾ ਸੀ ਆਪਣਾ ਸੰਸਦ ਦੇ ਵਿੱਚੋਂ ਐਂਡ ਇਹ ਵੀ ਚਰਚਾ ਚੱਲ ਪਈ ਵੀ ਚੰਗਾ ਫਿਰ ਆ ਚੱਕ ਲਓ ਗੱਠਜੋੜ ਅਸੀਂ ਤੁਹਾਡੇ ਨਾਲ ਖੇਡਦੇ ਪਰ ਲੋਕ ਸਭਾ ਦੇ ਵਿੱਚੋਂ ਇਹ ਜਿਹੜਾ ਬਿੱਲ ਸੀਗਾ ਉਹ ਉੱਥੇ ਪਾਸ ਹੋਣ ਦੀ ਗੱਲਬਾਤ ਤੈਅ ਹੋ ਗਈ ਸੀ ਜੀ ਉਹ ਗੱਲ ਵੱਖਰੀ ਵੀ ਫਾਈਨਲ ਹੋਇਆ ਇਹ ਜਾ ਕੇ 20 ਨੂੰ ਰਾਜ ਸਭਾ ਅਤੇ 27 ਨੂੰ ਰਾਸ਼ਟਰਪਤੀ ਸਾਹਿਬ ਬਿਲਕੁਲ ਸੰਧਾਲੀਆ ਸਾਹਿਬ ਅਤੇ ਸ਼੍ਰੋਮਣੀ ਅਕਾਲੀ ਦਲ ਅਜੇ ਇਸੇ ਕਰਕੇ ਬੀਬੀ ਜੀ ਦੇ ਅਸਤੀਫੇ ਦੇ ਮੁੱਦੇ ਦੇ ਉੱਤੇ ਕਾਲਾ ਦਿਨ ਮਨਾ ਰਿਹਾ ਕਿ ਅਸੀਂ ਖੇਤੀ ਅੰਦੋਲਨ ਦੇ ਮੁੱਦੇ 'ਤੇ ਦੇਖੋ ਕਿੱਡਾ ਵੱਡਾ ਤਿਆਗ ਕੀਤਾ ਪਰ ਇੱਕ ਮਿੰਟ ਫਿਰ ਲੈਣ ਬੋਲੋ ਖੇਤੀ ਅੰਦੋਲਨ ਦੇ ਮੁੱਦੇ 'ਤੇ ਨਹੀਂ ਪਰ ਤੁਸੀਂ ਪਹਿਲੀ ਲੈਣ ਇਹ ਬੋਲੀ ਕਿ ਅਕਾਲੀ ਦਲ ਇਸੇ ਲਈ ਕਾਲਾ ਦਿਵਸ ਮਨਾ ਰਿਹਾ ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ ਹਾਂ ਕਿਉਂਕਿ ਤੁਸੀਂ ਨਾ ਬੋਲਦੇ ਫਿਰ ਤੇ ਇੰਨੀ ਕੁ ਕੱਟ ਕੇ ਵੀਡੀਓ ਪੈ ਜਾਣੀ ਸੀ ਗੜਬੜ ਹੋ ਜਾਣਾ ਸੀ ਕੰਮ ਹੁਣ ਸੰਧਾਲੀਆ ਸਾਹਿਬ ਹੋਇਆ ਕੀ ਆ
ਠੀਕ ਹੈ ਅਕਾਲੀ ਦਲ ਨੇ ਦੱਸਿਆ ਕਾਂਗਰਸੀ ਵੀ ਕਹਿਣਗੇ ਕਿ ਭਾਈ ਅਸੀਂ ਪਰਚੇ ਘੱਟ ਕੀਤੇ ਆ ਉਹ ਕੀਤੇ ਆਮ ਆਦਮੀ ਪਾਰਟੀ ਵਾਲੇ ਕਹਿਣਗੇ ਅਸੀਂ ਪਾਣੀ ਦੇ ਉੱਥੇ ਟੈਂਕਰ ਲੈ ਕੇ ਗਏ ਜਾਂ ਆਹ ਕੁਛ ਸਾਰਿਆਂ ਕੋ ਕਹਿਣ ਨੂੰ ਕੁਛ ਨਾ ਕੁਛ ਹੈਗਾ ਲੋਕ ਇਨਸਾਫ ਪਾਰਟੀ ਵਾਲੇ ਕਹਿਣਗੇ ਜੀ ਅਸੀਂ ਤਾਂ ਸੀਟ ਤੱਕ ਛੱਡਣ ਨੂੰ ਤਿਆਰ ਸੀ ਸਾਰਿਆਂ ਦੇ ਕੋਲ ਤਰਕ ਹੈਗੇ ਆ ਪਰ ਜਿਹੜੀ ਵਿਚਲੀ ਗੱਲ ਹੈ ਠੀਕ ਹੈ ਆਪਾਂ ਸਾਲ ਹੀ ਮੰਨ ਲੈਂਦੇ ਹਾਂ ਅੱਜ ਤੋਂ ਹੀ ਸਾਲ ਮੰਨ ਕੇ ਚੱਲੀਏ ਪਰ ਇਸ ਸਾਲ ਨੇ ਪੰਜਾਬ ਦਾ ਮੂੰਹ ਮਹਾਂਦਰਾ ਜਿਹੜਾ ਬਿਲਕੁਲ ਤਬਦੀਲ ਕਰਕੇ ਰੱਖ ਦਿੱਤਾ ਤੁਸੀਂ ਇਹ ਦੇਖੋ ਕਿ ਇੱਕ ਸਾਲ ਪਹਿਲਾਂ ਤੱਕ ਚਾਰ ਬੰਦੇ ਜੁੜਦੇ ਸੀ ਤਾਂ ਸਿਰਫ ਇੱਕੋ ਹੀ ਗੱਲ ਕਰਦੇ ਸੀ ਮਾੜਾ ਹਾਲ ਹੈ ਬਹੁਤ ਮਾੜਾ ਹਾਲ ਹੈ ਫਲਾਨਾ ਫਾਹ ਲੈ ਗਿਆ ਉੱਥੇ ਨਸ਼ਾ ਛਡਾਊ ਕੇਂਦਰਾਂ ਦੀ ਗਿਣਤੀ ਵੱਧ ਗਈ ਹੈ ਉਹ ਪਰਲੇ ਪਾਸੇ ਦੇਖੋ ਇੰਨਾ ਸੌਦਾ ਪੱਤਾ ਫੜ ਹੋ ਗਿਆ ਆਹ ਦੇਖੋ ਜੇ ਇੰਨੇ ਨਿਆਣੇ ਬਾਹਰ ਚੱਲੇ ਸੀ ਤਾਂ ਉਹਨਾਂ ਨੂੰ ਫਲਾਨਾ ਏਜੰਟ ਜਿਹੜਾ ਉਹ ਠੱਗ ਕੇ ਫਰਾਰ ਹੋ ਗਿਆ ਆਹ ਦੇਖੋ ਜੇ ਉੱਥੇ ਸਿਆਸੀ ਧੜੇ ਬਣੇ ਸੀ ਪਿੰਡ ਦੇ ਵਿੱਚ ਲੜਾਈ ਹੋ ਗਈ ਸਿਰ ਪਾਟ ਗਏ ਜਾਣੀ ਕਿ 1% ਵੀ ਆਸ ਨਹੀਂ ਸੀ ਨਜ਼ਰ ਆਉਂਦੀ ਕਿ ਪੰਜਾਬ ਕਿਸੇ ਚੰਗੇ ਪਾਸੇ ਨੂੰ ਤੁਰ ਸਕਦਾ ਲੋਕਾਂ ਨੂੰ ਐਂ ਲੱਗਣ ਲੱਗ ਪਿਆ ਸੀ ਕਿ ਪੰਜਾਬੀ ਕੰਮ ਕਰਨ ਨੂੰ ਹਟ ਗਏ ਪੰਜਾਬੀਆਂ ਦੇ ਵਿੱਚ ਹਿੰਮਤ ਖਤਮ ਹੋ ਗਈ ਪੰਜਾਬੀਆਂ ਨੇ ਆਪਣਾ ਵਿਰਸਾ ਗਵਾ ਲਿਆ ਪੰਜਾਬੀ ਸ਼ਬਦ ਦੇ ਨਾਲੋਂ ਵੀ ਟੁੱਟ ਗਏ ਪੜ੍ਹਨ ਲਿਖਣ ਇੰਟਲੈਕਚੁਅਲ ਜਮਾਤ ਦੀ ਬਿਲਕੁਲ ਰਿਸਪੈਕਟ ਨਹੀਂ ਕਰਦੇ ਬੋਲਬਾਲਾ ਕੀ ਸੀ ਹਥਿਆਰਾਂ ਵਾਲੇ ਗੀਤਾਂ ਦਾ ਬੋਲਬਾਲਾ ਕਹਿੰਦਾ ਸੀ ਗੈਂਗਸਟਰਾਂ ਦਾ ਬੋਲਬਾਲਾ ਕਹਿੰਦਾ ਸੀ ਜਿਹਨਾਂ ਨੇ ਵਧੀਆ ਮਹਿੰਗੇ ਬ੍ਰਾਂਡ ਪਾਏ ਆ ਉਹਨਾਂ ਦਾ ਪਰ ਇਸ ਇੱਕ ਸਾਲ ਨੇ ਪੰਜਾਬ ਦੇ ਖੜ੍ਹੇ ਪਾਣੀਆਂ ਨੂੰ ਤੁਰਨ ਲਾ ਦਿੱਤਾ ਜਿਹਦੇ ਵਿੱਚੋਂ ਲੱਗਦਾ ਸੀ ਕਿ ਬਦਬੂ ਆਉਣ ਲੱਗ ਪੈਣੀ ਆ ਉਹ ਪਾਣੀ ਮਹਿਕਾ ਮਾਰਨ ਲੱਗ ਪਿਆ ਕਿਉਂਕਿ ਖੜ੍ਹਾ ਪਾਣੀ ਕੁਛ ਨਹੀਂ ਹੁੰਦਾ ਵਗਦਾ ਪਾਣੀ ਜ਼ਿੰਦਗੀ ਹੁੰਦਾ ਹੁਣ ਤੁਸੀਂ ਦੇਖੋ ਇੱਕ ਸਾਲ ਦੇ ਵਿੱਚ ਪੰਜਾਬੀਆਂ ਨੇ ਆਪਣੇ ਕਿਰਦਾਰ ਨੂੰ ਕਿੰਨਾ ਉੱਚਾ ਚੱਕਿਆ ਫਿਲਮਾਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਿਹੜੀਆਂ ਹਿੰਦੀ ਫਿਲਮਾਂ ਉਹਦੇ ਵਿੱਚ ਘਟਿਆ ਜੀ ਕਮੇਡੀ ਕਰਦੇ ਠਿੱਬੀ ਦੀ ਪੱਗ ਵਾਲੇ ਬੰਦੇ ਦਰਸਾਏ ਜਾਂਦੇ ਸੀ ਅਤੇ ਹੁਣ ਆ ਪਿਛਲੇ ਸਮੇਂ ਦੇ ਵਿੱਚ ਦੁਨੀਆ ਭਰ ਦੇ ਮੀਡੀਆ ਦੇ ਵਿੱਚ ਆਇਆ ਕਿ ਆ ਦੇਖੋ ਜੀ ਲੰਗਰ ਲੱਗਦੇ ਆ ਆ ਦੇਖੋ ਜੀ ਕੋਵਿਡ ਦੇ ਸਮੇਂ ਦੇ ਵਿੱਚ ਜਦੋਂ ਸਰਕਾਰਾਂ ਵੀ ਹੱਥ ਖੜੇ ਕਰ ਗਏ ਉਦੋਂ ਆਪੋ ਆਪਣੀਆਂ ਗੱਡੀਆਂ ਦੇ ਉੱਤੇ ਲੰਗਰ ਪ੍ਰਸ਼ਾਦਾ ਜਿਹੜਾ ਵਰਤਾਈ ਜਾਂਦੇ ਆ ਕਿਰਦਾਰ ਕਿੱਦਾਂ ਦਾ ਨਿਕਲ ਕੇ ਸਾਹਮਣੇ ਆਇਆ ਕਿ ਭਾਵੇਂ 30-30, 40-40 ਫੁੱਟ ਚੌੜੀਆਂ ਅਤੇ ਡੂੰਘੀਆਂ ਸੜਕਾਂ ਪੱਟ ਦਿਓ ਅਗਲੇ ਹੱਥਾਂ ਨਾਲ ਹੀ ਪੂਰ ਕੇ ਅਗਲੇ ਪਾਸੇ ਨੂੰ ਚਲੇ ਜਾਂਦੇ ਆ ਪਾਣੀ ਦੀਆਂ ਬਿਸ਼ਾਰਾਂ ਵੱਜਦੀਆਂ ਸੀ ਜਿਨ੍ਹਾਂ ਨੂੰ ਅਮਲੀ ਨਸ਼ੇੜੀ ਦਿੱਲੀਓਂ ਆ ਕੇ ਵੀ ਬੰਦੇ ਕਹਿ ਜਾਂਦੇ ਸੀ ਉਹ ਬੰਦੇ ਤਾਂ ਫਿਰ ਇੱਕ ਮੁੰਡੇ ਦੀ ਵੀਡੀਓ ਜਿਹੜੀ ਆ ਗੱਭਰੂ ਜਵਾਨ ਦੀ ਉਹ ਆਈ ਸੀ ਕਿ ਉਹ ਕਹਿੰਦਾ ਛਾਤੀ 'ਤੇ ਮਾਰੀ ਜਾਓ ਮੈਂ ਨਹੀਂ ਹਟਦਾ ਪਰੇ ਕਿੰਨਿਆਂ ਨੇ ਦੇਖੀ ਆ ਕਿੰਨੇ ਬਜ਼ੁਰਗ ਬੰਦੇ ਨੇ ਕਿੱਡਾ ਵੱਡਾ ਕਿਰਦਾਰ ਜਿਹੜਾ ਉਹ ਸਾਬਤ ਹੋਇਆ ਕਿ ਕੋਈ ਗੱਲ ਨਹੀਂ ਡਾਂਗਾ ਤੁਸੀਂ ਸਾਡੇ ਮਾਰਨੀਆਂ ਜੇ ਤੁਸੀਂ ਪੁਲਿਸ ਵਾਲੇ ਵੀ ਆ ਕੋਈ ਗੱਲ ਨਹੀਂ ਪੈਰਾਮਿਲਟਰੀ ਫੋਰਸ ਵਾਲੇ ਪਹਿਲਾਂ ਪ੍ਰਸ਼ਾਦਾ ਛਕੋ ਉਹ ਸਾਰੀਆਂ ਚੀਜ਼ਾਂ ਨੇ ਇੱਕ ਵਾਰੀ ਫਿਰ ਸਿੱਧ ਕਰਤਾ ਕਿ ਸਾਡਾ ਮਾੜਾ ਜਿਹੜਾ ਬੰਦਾ ਸੀ 1-2% ਉਹਨੂੰ ਉਭਾਰ ਕੇ ਲਿਆਉਂਦੇ ਸੀ ਅਤੇ ਸਾਡੇ ਸਾਰੇ ਪੰਜਾਬੀਆਂ ਦੀ ਪਛਾਣ ਖਰਾਬ ਕਰੀ ਜਾਂਦੇ ਸੀ ਪਰ ਹੁਣ ਇੱਕ ਵਾਰ ਫਿਰ ਪਿਛਲੇ ਇੱਕ ਸਾਲ ਨੇ ਇਹ ਸਾਬਤ ਕਰ ਦਿੱਤਾ ਕਿ ਬਿਨਾਂ ਮਾੜੀ ਪੋਲੀਟੀਕਲ ਜਮਾਤ ਜਿਹੜੀ ਮਾੜੀ ਦੀ ਮੈਂ ਗੱਲ ਕਰਦਾ ਚੰਗਿਆਂ ਦੀ ਨਹੀਂ ਉਹਦੇ ਤੋਂ ਬਿਨਾਂ ਵੀ ਇੱਕ ਸਾਲ ਅੰਦੋਲਨ ਚੱਲ ਸਕਦਾ ਗਰਮੀਆਂ ਨੂੰ ਵੀ ਅਸੀਂ ਅਸਮਾਨ ਦੇ ਹੇਠਾਂ ਬਹਿ ਸਕਦੇ ਹਾਂ ਸਿਆਲਾਂ ਨੂੰ ਵੀ ਖੁੱਲ੍ਹੇ ਅਸਮਾਨ ਦੇ ਹੇਠਾਂ ਬਹਿ ਸਕਦੇ ਹਾਂ ਅਸੀਂ ਮੀਂਹ ਵੀ ਆਪਣੇ ਉੱਪਰ ਪਵਾ ਸਕਦੇ ਹਾਂ ਅਤੇ ਸਭ ਤੋਂ ਵੱਡੀ ਗੱਲ ਪਿਛਲੇ ਇੱਕ ਸਾਲ ਨੇ ਪੰਜਾਬ ਨੂੰ ਭਾਈਚਾਰਕ ਸਾਂਝ ਦਿੱਤੀ ਹੈ ਸਿਆਸੀ ਪਾਰਟੀਆਂ ਨੂੰ ਕੁਛ ਲੱਭਾ ਕਿ ਨਹੀਂ ਲੱਭਾ ਉਹਨਾਂ ਨੂੰ ਪਤਾ ਜਿਹੜੀ ਸਿਆਸੀ ਪਾਰਟੀਆਂ ਨੂੰ ਨਹੀਂ ਕੁਛ ਲੱਭਣ ਡਿਆ ਇਸੇ ਕਰਕੇ ਤੂੰ ਵਿਚਾਰੇ ਤੁਰੇ ਫਿਰਦੇ ਦਰ ਦਰ ਵੱਜਦੇ ਪਰ ਇੱਕ ਗੱਲ ਚਲੋ ਵਧੀਆ ਹੋ ਗਈ ਵੀ ਮੇਰੇ ਖਿਆਲ ਨਾਲ ਹੁਣ ਤੱਕ ਜਿਹੜਾ ਇੱਕ ਇਹ ਹੋ ਗਿਆ ਸੀ ਨਾ ਵਹਿਮ ਜਿਹਾ ਵੀ ਯਾਰ ਕੁੱਲ ਮਿਲਾ ਕੇ ਆਪਾਂ ਵੇਖੀਏ ਅਤੇ ਵੀ ਭਾਈ ਸਾਹਿਬ ਹਰੇਕ ਬੰਦਾ ਇੱਕ ਦੂਜੇ ਨਾਲ ਲੜੀ ਜਾਂਦਾ ਘੁਲੀ ਜਾਂਦਾ ਕਿਸੇ ਦਾ ਵੱਟਦਾ ਰੌਲਾ ਕੋਈ ਕਿਸੇ ਨੂੰ ਵੇਖ ਕੇ ਰਾਜ਼ੀ ਨਹੀਂ ਫਲਾਨਾ ਕਹਿੰਦਾ ਮੈਂ ਇਹਦੇ ਤੋਂ ਕੀ ਲੈਣਾ ਦੇਣਾ ਉਹ ਇੱਕ ਤਰ੍ਹਾਂ ਜਿਹੜੀ ਸਾਂਝੀਵਾਲਤਾ ਦਾ ਕੋਨਸੈਪਟ ਸੀਗਾ ਉਹ ਦੁਬਾਰਾ ਨਜ਼ਰ ਆਇਆ ਵੀ ਨਹੀਂ ਯਾਰ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਅਤੇ ਜਿਹੜਾ ਉਹ ਸਾਂਝੀਵਾਲਤਾ ਦਾ ਕੋਨਸੈਪਟ ਸੀਗਾ ਉਹ ਅਜੇ ਹੈਗਾ ਮਿਲ ਕੇ ਚੱਲਣ ਵਾਲਾ ਕੋਨਸੈਪਟ ਹੈਗਾ ਅਤੇ ਸ਼ਾਇਦ ਇਹੀ ਕਾਰਨ ਸੀ ਵੀ ਇਹ ਤੋਂ ਪਹਿਲਾਂ ਮੇਰੇ ਖਿਆਲ ਨਾਲ ਉਹ ਵਾਲੇ ਮੁੱਦੇ ਜਿਹਨਾਂ ਦੇ ਉੱਪਰ ਦਹਾਕਿਆਂ ਬੱਧੀ ਸਰਕਾਰਾਂ ਬਣਦੀਆਂ ਰਹੀਆਂ ਹੋਰ ਕੁਛ ਨਹੀਂ ਬਾਪੂ ਨਾ ਉਹ ਭਿੱਖੀ ਪਿੰਡ ਲਾ ਕੇ ਬੋਰਡ ਥੱਲੇ ਬੈਠਿਆਂ ਗੱਲਾਂ ਕਰੀਆਂ ਲੈ ਬਈ ਮਹਿੰਗਾ ਸਿਆਂ ਐਤਕੀ ਫਿਰ ਚੰਡੀਗੜ੍ਹ ਪੰਜਾਬ ਨੂੰ ਦਵਾਉਣਾ ਕਿ ਨਹੀਂ ਦਵਾਉਣਾ ਉਹ ਕਹਿੰਦਾ ਨਹੀਂ ਸਾਡੇ ਵਾਲੀ ਪਾਰਟੀ ਨੂੰ ਲੈ ਕੇ ਦੇਣਾ ਉਹ ਵਿਚਾਰੇ ਮਤਲਬ 50-60 ਸਾਲਾਂ ਤੋਂ ਚੰਡੀਗੜ੍ਹ ਡੀਕੀ ਜਾਂਦੇ ਪਤਾ ਨਹੀਂ ਕਦੋਂ ਮਿਲਣਾ ਕਦੋਂ ਨਹੀਂ ਮਿਲਣਾ ਪਰ ਹੁਣ ਦੇਖੋ ਚੰਡੀਗੜ੍ਹ ਵਾਲਾ ਮਸਲਾ ਵੀ ਚਲਾ ਕੇ ਵੇਖ ਲਿਆ SYL ਨਹਿਰ ਦਾ ਮੁੱਦਾ ਵੀ ਚਲਾ ਕੇ ਵੇਖ ਲਿਆ ਪਾਕਿਸਤਾਨ ਵੀ ਕਹਿੰਦੇ ਘਲਾ ਦੇਣਾ ਤੁਹਾਨੂੰ ਕਹਿੰਦੇ ਕੋਈ ਨਹੀਂ ਅੱਜ ਤੋਂ ਵਿਖਾਉਂਦੇ ਆ ਪਹਿਲਾਂ ਸਾਡੀਆਂ ਵੱਟਾਂ ਦਾ ਹਿਸਾਬ ਲਾ ਲਓ ਬਾਕੀ ਵੇਖ ਕਰਦੇ ਹਾਂ ਪੰਜਾਬੀ ਵਾਲਾ ਮਸਲਾ ਵੀ ਚਲਾ ਕੇ ਵੇਖ ਲਿਆ ਹਿੰਦੂ ਮੁਸਲਿਮ ਸਿੱਖ ਈਸਾਈ ਵੀ ਚਲਾ ਕੇ ਵੇਖ ਲਿਆ ਸਾਰਾ ਕੁਛ ਚਲਾ ਕੇ ਵੇਖ ਲਓ ਯਾਰ ਗੱਲ ਕੀ ਹੋਈ ਹੈ ਜਿਹੜੇ ਪਹਿਲਾਂ ਪਟਾਕੇ ਠਾਹ ਕਰਕੇ ਕੰਨ ਕੋਲ ਚੱਲਦੇ ਸੀ ਹੁਣ ਜਦੋਂ ਬੱਤੀ ਲਾਈ ਦੀ ਏ ਧੂੰਆਂ ਜਿਹਾ ਕੱਢ ਕੇ ਖਤਮ ਹੋ ਜਾਂਦੇ ਆ ਸੰਧਾਲੀਆ ਸਾਹਿਬ ਤੁਸੀਂ ਇਹ ਦੇਖੋ ਕਿ ਲੀਡਰ ਪਰੇਸ਼ਾਨ ਤਾਂ ਹੈਗੇ ਆ ਹੁਣ ਵੀ ਕਿਉਂ ਨਾ ਜੇਸ ਵੀ ਕਿਸੇ ਸ਼ਖਸ ਨੂੰ ਇਹ ਲੱਗਦਾ ਹੈ ਕਿ ਭਾਈ ਅੰਦੋਲਨ ਦੇ ਵਿੱਚੋਂ ਪਤਾ ਨਹੀਂ ਕੁਛ ਨਿਕਲਣਾ ਕਿ ਨਹੀਂ ਨਿਕਲਣਾ ਉਹ ਇਹ ਦੇਖੇ ਕਿ ਇੱਕ ਸਾਲ ਪਹਿਲਾਂ ਤੱਕ ਲੀਡਰ ਸਾਹਿਬ ਕੁਰਸੀ 'ਤੇ ਬੈਠੇ ਹੁੰਦੇ ਸੀ ਇੱਕ ਪਾਸੇ ਗੋਡੇ ਦੇ ਉੱਤੇ ਐਂ ਦੂਜੀ ਲੱਤ ਐਂ ਕਰਕੇ ਰੱਖੀ ਹੁੰਦੀ ਸੀ ਪੈਰ ਮਾੜਾ ਮਾੜਾ ਹਿਲਦਾ ਹੁੰਦਾ ਸੀ ਅਤੇ ਲੋਕ ਆਉਂਦੇ ਸੀ ਸਤਿ ਸ਼੍ਰੀ ਅਕਾਲ ਜੀ ਠੀਕ ਹੋ ਜੀ ਆਹ ਮਾੜਾ ਜਿਹਾ ਮੰਗ ਪੱਤਰ ਸੀ ਜੀ ਆਹ ਮਾੜਾ ਜਿਹਾ ਐਪਲੀਕੇਸ਼ਨ ਸੀ ਸਾਈਨ ਕਰ ਦਿਓ ਜੀ ਸਿਫਾਰਿਸ਼ ਕਰ ਦਿਓ ਜੀ ਦੇਖੋ ਜੀ ਸੜਕ ਦਾ ਮਰਜ਼ਾ ਦੇਖ ਲਿਓ ਜੀ 15 ਸਾਲ ਹੋ ਗਿਆ ਬਣੀ ਨਹੀਂ ਮਰਜ਼ਾ ਪੈਚ ਵਰਕ ਹੀ ਕਰਾ ਦਿਓ ਜੀ ਇੱਕ ਸਾਲ ਪਹਿਲਾਂ ਤਾਂ
ਹੁਣ ਇੱਕ ਸਾਲ ਬਾਅਦ ਦਾ ਪੰਜਾਬ ਜਿਹੜਾ ਉਹ ਕੀ ਹੈ ਕਿ ਮੰਤਰੀ ਸਾਹਿਬ ਆਏ ਆ ਵਿਧਾਇਕ ਸਾਹਿਬ ਆਏ ਆ ਵਿਧਾਇਕ ਸਾਹਿਬ ਦੱਸਿਓ ਜੀ ਪਿਛਲੀ ਵਾਰੀ ਕਹਿ ਕੇ ਗਏ ਸੀ ਸੜਕ ਬਣਾਉਣੀ ਆ ਸਕੂਲ ਦੇ ਵਿੱਚ ਕਮਰਾ ਬਣਾਉਂਗੇ ਅਧਿਆਪਕ ਪੂਰੇ ਨਹੀਂ ਹਸਪਤਾਲ ਦੇ ਵਿੱਚ ਡਾਕਟਰ ਨਹੀਂ ਦਵਾਈਆਂ ਉੱਥੇ ਆਉਂਦੀਆਂ ਨਹੀਂ ਮਰ ਜਾ ਹਿਸਾਬ ਕਿਤਾਬ ਦਿਓ ਕਹਿੰਦੇ ਕੀ ਹੋ ਜੇ ਉਹ ਕਹਿੰਦੇ ਕਾਕਾ ਇੱਦਾਂ ਨਹੀਂ ਹੁੰਦਾ ਇਹ ਇਹ ਇੱਦਾਂ ਹੁੰਦਾ ਉਹ ਕਹਿੰਦੇ ਨਹੀਂ ਅਸੀਂ ਦਿੱਲੀ ਗਏ ਹਾਂ ਅਸੀਂ ਪੰਜਾਬ ਦੇ ਧਰਨਿਆਂ 'ਤੇ ਗਏ ਹਾਂ ਬਹੁਤ ਸਾਰੇ ਵਿਦਵਾਨਾਂ ਦੀਆਂ ਗੱਲਾਂ ਸੁਣੀਆਂ ਕਾਨੂੰਨ ਦਾ ਹੁਣ ਸਾਨੂੰ ਪਤਾ ਲੱਗ ਗਿਆ ਸਾਨੂੰ ਵਿਸ਼ਵ ਵਪਾਰ ਸਮਝੌਤੇ ਦਾ ਵੀ ਪਤਾ ਹੈ ਸਾਨੂੰ ਕੇਂਦਰ ਸਰਕਾਰ ਅਤੇ ਸੂਬੇ ਸਰਕਾਰ ਦੇ ਸੰਬੰਧਾਂ ਦਾ ਵੀ ਪਤਾ ਹੈ ਕੇਂਦਰੀ ਸੂਚੀ ਕਿਹੜੀ ਹੈ ਸੂਬਿਆਂ ਦੀ ਸੂਚੀ ਕਿਹੜੀ ਹੈ ਸਮਵਰਤੀ ਸੂਚੀ ਕਿਹੜੀ ਹੈ ਸਾਨੂੰ ਹੁਣ ਪਤਾ ਲੱਗ ਗਿਆ ਅਸੀਂ ਚਮਸਕੀ ਹੋਰਾਂ ਦਾ ਨਾਮ ਵੀ ਸੁਣ ਲਿਆ ਅਸੀਂ ਸਾਰੇ ਬੰਦਿਆਂ ਦਾ ਨਾਂ ਸੁਣ ਲਿਆ ਤੁਸੀਂ ਚੁੱਪ ਕਰਕੇ ਹਾਰ ਹੂਰ ਭਰੇ ਰਹਿ ਗਏ ਲੱਡੂ ਭਰੇ ਰਹਿ ਗਏ ਨਹੀਂ ਤਾਂ ਲੀਡਰਾਂ ਨੂੰ ਕੀ ਕਰਦੇ ਸੀ ਅੱਜ ਜੀ ਸਿੱਕਿਆਂ ਨਾਲ ਤੋਲਿਆ ਗਿਆ ਲੱਡੂਆਂ ਨਾਲ ਤੋਲਿਆ ਗਿਆ ਅੱਜ ਜੀ ਉਹਨਾਂ ਨੂੰ ਥੈਲੀ ਭੇਂਟ ਕੀਤੀ ਗਈ ਅਤੇ ਉਸ ਥਾਂ ਦੇ ਉੱਤੇ ਹੁਣ ਇੱਕੋ ਹੀ ਚੀਜ਼ ਮਿਲਦੀ ਹੈ ਭਾਵੇਂ ਲੀਡਰ ਕੰਡੇ 'ਤੇ ਬਹਿ ਜਾਵੇ ਭਾਵੇਂ ਲੀਡਰ ਸੋਫੇ 'ਤੇ ਬਹਿ ਜਾਵੇ ਭਾਵੇਂ ਕੁਰਸੀ 'ਤੇ ਬਹਿ ਜਾਵੇ ਭਾਵੇਂ ਦਰੀ 'ਤੇ ਇੱਕੋ ਚੀਜ਼ ਦਾ ਢੇਰ ਲੱਗਾ ਹੁੰਦਾ ਜਿਹਨੂੰ ਪੰਜਾਬੀ 'ਚ ਸਵਾਲ ਕਹਿੰਦੇ ਆ ਜੀ ਉਹੀ ਤਾਂ ਗੱਲ ਹੈ ਨਾ ਮਤਲਬ ਉਹ ਬੰਦਾ ਕਹਿੰਦਾ ਵੀ ਯਾਰ ਹੁਣ ਪਹਿਲਾਂ ਹੁੰਦਾ ਸੀ ਵੀ ਜੇ ਉਹਨਾਂ ਨੇ ਨਾਂ ਤੋਲਿਆ ਨਾ ਫਿਰ ਮੈਂ ਜਾਣਾ ਨਹੀਂ ਹੁਣ ਉਹ ਕਹਿੰਦੇ ਵੀ ਯਾਰ ਉਹਨੂੰ ਕਹਿ ਦੇ ਹੱਥਾਂ ਦੇ ਤੋਲਿਓ ਨਾ ਕਿਤੇ ਕਿਤੇ ਤੋਲ ਹੀ ਨਾ ਦਿਓ ਕਿਤੇ ਹੱਥਾਂ ਤੋਂ ਫਿਰ ਮੈਂ ਆ ਜਾਣਾ ਹੈ ਨਾ ਜੇ ਇਹੋ ਜਿਹੀ ਕੋਈ ਗੱਲ ਕਰਨੀ ਫਿਰ ਨਹੀਂ ਚਲੋ ਇਹ ਜੋ ਕੁਛ ਵੀ ਹੈਗਾ ਇਹਦੇ 'ਚ ਇੱਕ ਗੱਲ ਤਾਂ ਹੈਗੀ ਹੈ ਬਾਠ ਸਾਹਿਬ ਵੀ ਕਿਤੇ ਨਾ ਕਿਤੇ ਜਿਹੜੇ ਚੰਗੇ ਲੀਡਰ ਸੀ ਉਹ ਵੀ ਸਾਹਮਣੇ ਆ ਗਏ ਜਿਨ੍ਹਾਂ ਨੂੰ ਥੋੜ੍ਹੀ ਜਿਹੀ ਅੰਦਰ ਹੀ ਅੰਦਰ ਇਹ ਲੱਗਦਾ ਸੀ ਵੀ ਪਤਾ ਨਹੀਂ ਮੈਂ ਕੀ ਸ਼ਹਿ ਹਾਂ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਗੱਲ ਕਲੀਅਰ ਹੋ ਗਈ ਇੱਕ ਆਹ ਘਟਨਾ ਜਿਹੜੀ ਹੁਣ ਵਾਪਰੀ ਹੈ ਪਿਛਲੇ ਦਿਨ ਮੈਨੂੰ ਲੱਗਦਾ ਉਹਦਾ ਜ਼ਿਕਰ ਵੀ ਕਰ ਲਈਏ ਕਿਉਂਕਿ ਜਦੋਂ ਪਹਿਲਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਉਹ ਸਾਰਾ ਕੁਛ ਵਾਪਰਿਆ ਸੀ ਰੂੜੀ ਵਾਲਾ ਕੰਮ ਉਹਦੇ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਕਿਤੇ ਇਹੋ ਜਿਹਾ ਕੁਛ ਨਹੀਂ ਵਾਪਰਿਆ ਹਰੇਕ ਨੇ ਉਸ ਚੀਜ਼ ਦੀ ਨਿੰਦਾ ਕੀਤੀ ਵੀ ਯਾਰ ਦੇਖੋ ਗੱਲ ਵਿਚਾਰਦੀ ਆ ਗੱਲ ਝਗੜੇ ਦੀ ਨਹੀਂ ਨਾ ਤਾਂ ਅਗਲੇ ਦੇ ਘਰਦਿਆਂ ਨੇ ਕੁਛ ਵਿਗਾੜਿਆ ਨਾ ਆਂਢ ਗੁਆਂਢ ਨੇ ਕੁਛ ਵਿਗਾੜਿਆ ਠੀਕ ਹੈ ਜੇ ਕਿਸੇ ਬੰਦੇ ਨੇ ਕੋਈ ਗੱਲ ਕਹੀ ਆ ਤਾਂ ਉਹਨੂੰ ਉਹਦੇ ਉਹਦੇ ਸਵਾਲ ਨੂੰ ਤਿੰਨ ਚਾਰ ਜਵਾਬਾਂ ਦੇ ਨਾਲ ਆਪਾਂ ਕਾਊਂਟਰ ਕਰੀਏ ਨਾ ਕਿ ਅਗਲੇ ਦੇ ਘਰੇ ਜਾ ਕੇ ਆਪਾਂ ਇੱਦਾਂ ਰੂੜੀ ਦੀ ਢੇਰੀ ਲਾ ਦਈਏ ਉਹਦੇ ਬਾਅਦ ਠੀਕ ਹੈ ਉਹਨਾਂ ਨੇ ਮੰਨੇ ਵੀ ਨਹੀਂ ਯਾਰ ਇੱਦਾਂ ਨਹੀਂ ਕਰਦੇ ਫਿਰ ਪਤਾ ਨਹੀਂ ਉਹ ਜਿਹੜੇ ਨਵੇਂ ਨਵੇਂ ਕਹਿੰਦੇ ਬੀਜੇਪੀ ਲੀਡਰ ਬਣੇ ਨੇ ਹਰਵਿੰਦਰ ਕਾਰੋਂ ਸਾਹਿਬ ਉਹਨਾਂ ਨੇ ਜੋ ਕੁਛ ਕਿਹਾ ਉਹ ਤਾਂ ਚਲੋ ਸਾਰਿਆਂ ਨੂੰ ਪਤਾ ਲੱਗ ਗਿਆ ਪਰ ਜੋ ਕਹਿੰਦੇ ਉਹਨਾਂ ਦੇ ਘਰੇ ਜਾ ਕੇ ਹੋਇਆ ਉਹ ਫਿਰ ਵੀਡੀਓ 'ਚ ਅਜੇ ਵੀ ਲੋਕ ਦੇਖਦੇ ਨੇ ਵਾਰ ਵਾਰ ਹੋਏ ਅੱਛਾ ਯਾਰ ਗੇਟ 'ਤੇ ਵੀ ਆ ਉਹ ਹੋ ਅੱਛਾ ਆਦਿ ਕੰਧ 'ਤੇ ਸਾਰੀ ਲਿੰਬੀ ਕਹਿੰਦੇ ਗੋਏ ਨਾ ਸੰਧਾਲੀਆ ਸਾਹਿਬ ਹੋ ਸਕਦਾ ਕਿ ਅਸੀਂ ਕਹਿੰਦੇ ਨਹੀਂ ਕਿ ਕਿਸੇ ਦੇ ਅਧਿਕਾਰਾਂ 'ਤੇ ਡਾਕਾ ਵੱਜੇ ਕਿਸੇ ਦੇ ਵੀ ਚਾਹੇ ਉਹ ਆਮ ਬੰਦਾ ਕਿਸਾਨ ਹੈ ਮਜ਼ਦੂਰ ਹੈ ਜਾਂ ਲੀਡਰ ਹੈ ਪਰ ਇਹ ਤਾਂ ਹੱਥ ਨੂੰ ਹੱਥ ਆ ਹੋਣਾ ਨਹੀਂ ਸੀ ਚਾਹੀਦਾ ਪਰ ਸਾਰਾ ਕੁਛ ਹੋ ਗਿਆ ਜਾਂ ਕਰਾ ਲਿਆ ਦੋਨੇ ਸ਼ਬਦ ਵਰਤ ਲੈਂਦੇ ਆਪਾਂ ਹੈ ਨਾ ਅੱਜ ਕੱਲ੍ਹ ਤਾਂ ਲੋਕ ਇੱਦਾਂ ਦੇ ਵੀ ਚੁਟਕਲੇ ਬਣਾਉਣ ਲੱਗ ਪਏ ਆ ਕਿ ਜੇ ਪਿੰਡ ਦੇ ਵਿੱਚ ਕੋਈ ਬੰਦਾ ਸਾਈਕਲ 'ਤੇ ਜਾਂਦਾ ਹੋਵੇ ਤਾਂ ਕਿਸੇ ਦੇ ਘਰ ਦੇ ਮੂਹਰੇ ਤੋਂ ਪੁਲਿਸ ਵਾਲੇ ਸੁਰੱਖਿਆ ਕਰਮੀ ਖੜ੍ਹੇ ਹੋਣ ਤਾਂ ਬੰਦਾ ਜਾ ਕੇ ਦੱਸਦਾ ਲੱਗਦਾ ਫਲਾਨਾ ਬੰਦਾ ਵੀ ਉਸ ਫਲਾਨੀ ਪਾਰਟੀ ਸ਼ਾਮਿਲ ਹੋਇਆ ਕੀ ਹੋਇਆ ਫਿਰ ਉਹਨੂੰ ਸੁਰੱਖਿਆ ਦੀ ਲੋੜ ਹੈ ਕਿ ਕੋਈ ਆ ਕੇ ਘਰੋਂ ਵੀ ਖਿੱਚੇ ਨਾ ਜੇ ਕਿਸੇ ਦੇ ਘਰ ਦੇ ਮੂਹਰੇ ਕੰਧ ਦੇ ਉੱਤੇ ਦੋ ਚਾਰ ਗੋਹੇ ਦੇ ਨਿਸ਼ਾਨ ਜਿਹਾ ਲੱਗੇ ਆ ਉਹ ਬੰਦਾ ਸਾਈਕਲ ਦੇ ਉੱਤੇ ਫੇਰ ਜਾਂਦਾ ਉਹ ਲੱਗਦਾ ਫਲਾਨਾ ਬੰਦਾ ਵੀ ਫਲਾਨੀ ਪਾਰਟੀ ਸ਼ਾਮਿਲ ਕੀ ਹੋਇਆ ਉਹਦੇ ਘਰ ਦੇ ਮੂਹਰੇ ਗੋਹੇ ਦਾ ਕੋਈ ਢੇਰ ਲਾ ਗਿਆ ਜਾਣੀ ਇਸ ਪੱਧਰ ਤੱਕ ਕੰਮ ਪਹੁੰਚ ਗਿਆ ਨਹੀਂ ਤਾਂ ਕੋਈ ਬੰਦਾ ਕਿਸੇ ਲੀਡਰ ਤੋਂ ਕਹਿੰਦਾ ਹੁੰਦਾ ਆਪਾਂ ਕੀ ਲੈਣਾ ਬਈ ਚੱਲ ਤੂੰ ਛੱਡ ਬਈ ਹੁਣ ਹਰਿੰਦਰ ਸਿੰਘ ਕਾਹਲ ਹੋਰਾਂ ਨੇ ਮੈਂ ਕਹਿੰਦਾ ਕਿ ਚੰਗਾ ਉਹਨਾਂ ਨੇ ਯੂਟਰਨ ਲਿਆ ਗੱਲ ਨਿਬੜੀ ਨਹੀਂ ਤਾਂ ਅਸੀਂ ਉੱਥੇ ਹੀ ਖੋਜਦੇ ਰਹਿਣਾ ਸੀ ਉਹਨਾਂ ਨੇ ਪਹਿਲਾਂ ਕਿਹਾ ਸੀ ਜੀ ਪ੍ਰਧਾਨ ਮੰਤਰੀ ਸਾਹਿਬ ਤਾਂ ਨਰਮ ਜਿਹਾ ਬੰਦੇ ਨੇ ਮੈਂ ਹੁੰਦਾ ਤਾਂ ਡੰਡੇ ਮਾਰ ਮਾਰ ਜੇਲ੍ਹਾਂ ਸਿਰਣੇ ਕਿਸਾਨ ਦੂਸਰੀ ਗੱਲ ਇਹ ਵੀ ਆਖੀ ਸੀ ਕਿ ਭਾਈ ਉਹ ਤਾਂ ਤੁਸੀਂ ਹੁਸ਼ਿਆਰਪੁਰ ਹੀ ਚਲ ਗਿਆ ਗੋਹਾ ਗੋਹਾ ਲੈ ਕੇ ਸਾਡੇ ਵਾਲੇ ਪਾਸੇ ਆਏ ਤਾਂ ਮੰਜਾ ਅਤੇ ਚਿੱਟੀ ਚਾਦਰ ਨਾਲ ਹੈ ਕਿ ਲੰਮੇ ਪਾਪਾ ਭੇਜਾਂਗੇ ਉਹ ਫਿਰ ਚਲੇ ਗਏ ਗੋਹਾ ਵੀ ਸੁੱਟਿਆ ਚਿੱਟੀ ਚਾਦਰ ਮੰਜਾ ਸਾਰਾ ਕੁਛ ਲੈ ਕੇ ਗਏ ਅਤੇ ਜਦੋਂ ਦੇਖਿਆ ਸੀ ਕਿ ਕੰਮ ਬਹੁਤ ਖਰਾਬ ਹੁੰਦਾ ਕਿਉਂਕਿ ਪਰਿਵਾਰ ਆ ਆਲੇ ਦੁਆਲੇ ਹੈ ਸਾਰੇ ਪਾਸੇ ਰੌਲਾ ਪਈ ਜਾਂਦਾ ਟਿੱਪਣੀਆਂ ਦੇ ਵਿੱਚ ਲੋਕ ਕਸਰ ਕੋਈ ਨਹੀਂ ਛੱਡਦੇ ਹੁਣ ਉਹ ਕਹਿੰਦੇ ਜੀ ਦੇਖੋ ਜੇ ਕਿਸੇ ਨੂੰ ਮੇਰੀਆਂ ਗੱਲਾਂ ਦੇ ਕਰਕੇ ਠੇਸ ਪੁੱਜੀ ਹੈ ਮੈਂ ਬੇਹੱਦ ਅਫਸੋਸ ਦਾ ਪ੍ਰਗਟਾਵਾ ਕਰਦਾ ਬੇਹੱਦ ਸ਼ਬਦ ਵਰਤਿਆ ਮੈਂ ਕਹਿੰਦਾ ਕਿਸਾਨਾਂ ਨੂੰ ਥੋੜ੍ਹੀ ਕਿਹਾ ਮੈਂ ਕਿੱਦਾਂ ਕਹਿ ਸਕਦਾ ਪਰ ਮੈਂ ਇਹ ਵੀ ਚਾਹੁੰਦਾ ਕਿ ਕਿਸਾਨ ਵੀ ਥੋੜ੍ਹਾ ਜਿਹਾ ਹਿਸਾਬ ਜਿਹਾ ਰੱਖਣ ਉਹ ਵੀ ਬੜੇ ਵੱਡੇ ਵੱਡੇ ਬੰਦਿਆਂ ਨੂੰ ਬੜੇ ਭੈੜੇ ਸ਼ਬਦ ਵਰਤਦੇ ਆ ਇੱਦਾਂ ਨਾ ਕਰਨ ਪਰ ਅੱਜ ਜਿਹੜਾ ਉਹਨਾਂ ਨੇ ਤੀਸਰੇ ਦਿਨ ਯੂਟਰਨ ਲੈ ਲਿਆ ਨਾ ਇਹਦੇ ਨਾਲ ਪੰਜਾਬ ਦੀਆਂ ਸਾਰੀਆਂ ਹੀ ਧਿਰਾਂ ਦੇ ਸਾਰੇ ਲੀਡਰਾਂ ਨੂੰ ਇੱਕ ਗੱਲ ਸਮਝ ਆ ਗਈ ਹੈ ਕਿ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਕਿ ਅਸੀਂ ਜੋ ਮਰਜ਼ੀ ਬੋਲੀਏ ਤਾਂ ਲੋਕਾਂ ਨੇ ਸਾਹਮਣੇ ਸਟੇਜ ਤੋਂ ਦਰੀ 'ਤੇ ਥੱਲੇ ਬੈਠ ਕੇ ਅਤੇ ਉੱਥੋਂ ਐਂ ਠੋਡੀ ਦੇ ਥੱਲੇ ਬਾਹਰ ਰੱਖ ਕੇ ਐਂ ਲੀਡਰਾਂ ਦਾ ਭਾਸ਼ਣ ਸੁਣ ਕੇ ਪਰਨਾ ਝਾੜ ਕੇ ਘਰ ਨੂੰ ਤੁਰਪਾਂ ਟਰਾਲੀ 'ਚ ਬਹਿ ਕੇ ਚੱਲੀਏ ਹੁਣ ਲੋਕ ਸਵਾਲ ਕਰਦੇ ਆ ਲੋਕ ਰਿਐਕਟ ਵੀ ਕਰਦੇ ਆ ਨਹੀਂ ਰਿਐਕਟ ਕਰਦੇ ਆ ਵੱਡੀ ਗੱਲ ਇਹ ਵੀ ਉਹ ਜਿਹੜਾ ਰਿਐਕਸ਼ਨ ਉੱਥੇ ਹੋਇਆ ਉਹਦੇ ਵਿੱਚ ਮੇਰਾ ਖਿਆਲ ਵੀਡੀਓ ਲਗਭਗ ਸਾਰਿਆਂ ਦੇਖੀ ਹੋਣੀ ਆ ਪਹਿਲਾਂ ਤਾਂ ਇਹ ਜਾਪਦਾ ਸੀ ਵੀ ਯਾਰ ਪਤਾ ਨਹੀਂ ਉਹ ਬੰਦੇ ਰੋਹ 'ਚ ਗਏ ਆ ਉੱਥੇ ਗੋਹਾ ਵੀ ਲੈ ਗਏ ਮੰਜਾ ਵੀ ਲੈ ਗਏ ਚਿੱਟੀ ਚਾਦਰ ਵੀ ਲੈ ਗਏ ਮੁਰਦਾਬਾਦ ਮੁਰਦਾਬਾਦ ਕੀਤੀ ਪਈ ਹੈ ਉਹਨਾਂ ਪਤਾ ਨਹੀਂ ਕੀ ਕਰਦੇ ਨੇ ਜੀ ਉੱਥੇ ਜਾ ਕੇ ਕਹਿੰਦੇ ਵੀ ਕਰਨਾ ਹੀ ਕੁਛ ਨਹੀਂ ਅਸੀਂ ਆ ਗਏ ਇਹ ਸਾਰੇ ਕੁਛ ਦੀ ਡਿਮਾਂਡ ਇਹਨਾਂ ਨੇ ਆਪ ਕੀਤੀ ਹੈ ਅਤੇ ਅਸੀਂ
ਕੁਛ ਕਰੋ ਤਾਂ ਸਹੀ, ਸਾਡੇ ਨਾਲ ਹੋ ਜਾਣੇ, ਸਾਡਾ ਮਸਲਾ ਤਾਂ ਕਿਸੇ ਪਾਸੇ ਹੱਲ ਕਰ ਦਿਓ। ਮੇਰੇ ਖਿਆਲ ਨਾਲ ਇਹ ਜਿਹੜਾ ਤਰੀਕਾ, ਹੁਣ ਸ਼ਬਦ ਪਤਾ ਨਹੀਂ ਇੱਥੇ ਫਿੱਟ ਬਹਿੰਦਾ ਕਿ ਨਹੀਂ ਬਹਿੰਦਾ, ਕੋਈ ਫਿਲਮੀ ਫਿਲਮਾਂ 'ਚ ਨਹੀਂ ਵਰਤਦੇ, ਗਾਂਧੀਗਿਰੀ ਟਾਈਪ ਜੀ, ਇਹ ਹੁਣ ਜਿਹੜੀ ਮਤਲਬ ਪਹਿਲਾਂ ਤਾਂ ਸਿਆਸਤਦਾਨਾਂ ਨੂੰ ਆਉਂਦੀ ਹੁੰਦੀ ਸੀ ਗਾਂਧੀਗਿਰੀ, ਅੱਜ ਕੱਲ੍ਹ ਜਿਹੜੀ ਆਮ ਹੁਣ ਜੇ ਮੰਨ ਲਓ ਪਿੰਡਾਂ ਵਾਲੇ ਲੋਕਾਂ ਨੂੰ ਇਹ ਗਾਂਧੀਗਿਰੀ ਆਉਣ ਲੱਗ ਪਈ ਆ, ਤਾਂ ਫਿਰ ਇਹ ਤੋਂ ਵਧੀਆ ਗੱਲ ਕਿਹੜੀ ਹੋ ਸਕਦੀ? ਨਹੀਂ, ਲੋਕਾਂ ਨੇ ਤਾਂ ਕਿ ਪੂਰਾ ਆਪਣਾ ਕੰਮ ਮੁਕਾਇਆ ਕਿ ਜੇ ਕਿਤੇ ਉਹਨਾਂ ਨੂੰ ਲੱਗਾ ਕਿ ਧੱਕਾ ਹੋ ਗਿਆ, ਪਰਚੇ ਹੋ ਗਿਆ, ਜਾ ਕੇ ਧਰਨਾ ਲਾ ਕੇ ਬਹਿ ਜਾਓ। ਹਾਂ, ਜੇ ਉਹਨਾਂ ਨੂੰ ਲੱਗਦਾ ਕਿ ਭਾਈ ਕੋਈ ਬੰਦਾ ਗੱਲ ਨਹੀਂ ਮੰਨਦਾ, ਉਹਦੇ ਘਰ ਦੇ ਮੂਹਰੇ ਜਾ ਕੇ ਬਹਿ ਜਾਓ, ਦਫ਼ਤਰ ਦੇ ਮੂਹਰੇ ਜਾ ਕੇ ਬਹਿ ਜਾਓ, ਅਤੇ ਜੇ ਕੋਈ ਬੰਦਾ ਕਹਿੰਦਾ ਜੀ ਤੁਹਾਡੇ ਲਈ ਬਹੁਤ ਕੁਛ ਕੀਤਾ, ਤਾਂ ਕਾਗਜ਼ ਮਰੋੜ ਕੇ ਜੇਬ 'ਚ ਪਾ ਕੇ ਲੈ ਜਾਓ ਅਤੇ ਉੱਥੇ ਪੜ੍ਹਨਾ ਸ਼ੁਰੂ ਕਰ ਦਿਓ ਕਿ ਭਾਈ ਆਹ ਚੀਜ਼ਾਂ ਦਾ ਸਾਨੂੰ ਜਵਾਬ ਚਾਹੀਦਾ। ਸੰਧਾਲੀਆ ਸਾਹਿਬ ਕਿਤਾਬ ਨਾਲ ਜੁੜੇ ਆ ਪੰਜਾਬੀ, ਰਾਜਸਥਾਨ ਦੇ ਲੋਕਾਂ ਸਾਥ ਦਿੱਤਾ, ਹਰਿਆਣੇ ਦੇ ਲੋਕਾਂ ਸਾਥ ਦਿੱਤਾ, ਜਾਟ ਰਾਖਵਾਂ ਕਰਨ ਅੰਦੋਲਨ ਚੱਲਿਆ ਸੀ। ਜੇ ਕੋਈ ਬੰਦਾ ਉਸ ਸਮੇਂ ਦੀਆਂ ਅਖਬਾਰਾਂ ਕੱਢ ਕੇ ਦੇਖ ਲੈ, ਟੀ ਵੀ ਦੇ ਪ੍ਰੋਗਰਾਮ ਜਿਹੜੇ ਆ ਉਹ ਦੁਬਾਰਾ ਲਾ ਕੇ ਦੇਖ ਲੈ, ਯੂਟਿਊਬ ਦੇ ਉੱਤੇ ਜਾ ਕੇ ਇੱਕ ਲਹਿਰ ਚੱਲੀ ਸੀ ਕਿ ਭਾਈ ਅਸੀਂ ਹਰਿਆਣੇ ਦੇ ਵਿੱਚੋਂ ਦੀ ਲੰਘ ਕੇ ਦਿੱਲੀ ਨੂੰ ਜਾਂਦੇ ਏਅਰਪੋਰਟ ਲਈ, ਇੱਦਾਂ ਨਹੀਂ, ਅਸੀਂ ਸੁਰੱਖਿਅਤ ਨਹੀਂ ਹੈਗੇ, ਸਾਨੂੰ ਪੰਜਾਬ ਦੇ ਵਿੱਚ ਵੱਧ ਹਵਾਈ ਫਲਾਈਟਾਂ ਦਿਓ, ਉਡਾਣਾ ਦਿਓ। ਅਤੇ ਅੱਜ ਉਹੀ ਹਰਿਆਣਾ ਅਗਲੇ ਲੱਸੀ ਤੋਂ ਬਿਨਾਂ ਜਾ ਨਹੀਂ ਦਿੰਦੇ, ਜਾਣੀ ਵੰਡੀਆਂ ਕਿਹਦੀਆਂ ਪਾਈਆਂ ਸੀ? ਅਸੀਂ ਇੱਕੋ ਹੀ ਸੂਬੇ ਵਾਲੇ ਸੀ, ਰਾਹ ਦੇ ਵਿੱਚ ਸਿਰਫ ਇੱਕ ਸੂਬੇ ਦਾ ਬੋਰਡ ਲੱਗਾ ਕਿ ਆਪਕਾ ਹਰਿਆਣਾ ਮੇਂ ਸਵਾਗਤ ਹੈ, ਤੁਹਾਡਾ ਪੰਜਾਬ ਦੇ ਵਿੱਚ ਸਵਾਗਤ ਹੈ। ਉਹੀ ਜ਼ਮੀਨ ਨੇ, ਉਹੀ ਲੋਕ ਹੈ, ਉੱਦਾਂ ਦੀ ਫਸਲ ਹੁੰਦੀ, ਉੱਦਾਂ ਦੀ ਗਰਮੀ ਹੈ, ਉੱਦਾਂ ਦਾ ਸਿਆਲ ਹੈ। ਵੰਡੀਆਂ ਕਿਹਨੇ ਪਵਾਤੀਆਂ ਸੀ? ਕਦੇ ਚਮਚੇ ਲੈ ਕੇ ਨਹਿਰ ਪੱਟਣ ਆ ਜਾਂਦੇ ਆ, ਕਦੇ ਇੱਧਰ ਵਾਲੇ ਕਹਿੰਦੇ ਪਾਣੀ ਨਹੀਂ ਅਸੀਂ ਜਾਣ ਦੇਣਾ, ਇਹ ਨਹਿਰ ਪੂਰਨ ਚਲੇ ਜਾਂਦੇ ਆ। ਲੋਕ ਤਾਂ ਇੱਕੋ ਹੀ ਸੀ ਕਿਸਾਨ ਅੰਦੋਲਨ ਦੇ ਵਿੱਚੋਂ। ਜੇ ਕਿਤੇ ਦੋਨਾਂ ਤਿੰਨਾਂ ਚਾਰਾਂ ਨੂੰ, ਯੂਪੀ ਨੂੰ, ਰਾਜਸਥਾਨ ਨੂੰ, ਪੰਜਾਬ ਨੂੰ, ਹਰਿਆਣੇ ਨੂੰ ਕੋਈ ਚੀਜ਼ ਲੱਭੀ ਹੈ, ਆਪਣਾ ਇੱਕ ਲਾਪਿਆ ਕਿ ਭਾਈ ਅਸੀਂ ਜਲਵਾਯੂ ਇੱਕੋ ਜਿਹਾ, ਇੱਥੋਂ ਦੀ ਧਰਤੀ ਇੱਕੋ ਜਿਹੀ ਆ, ਸਾਨੂੰ ਲੜਾਈ ਕੌਣ ਜਾਂਦਾ? ਹਰਿਆਣੇ ਵਾਲੇ ਕੋਲ ਵੀ ਮੁੱਦੇ ਇਹ ਮੁੱਗਾ, ਤਾਂ ਪੰਜਾਬ ਦੇ ਲੀਡਰਾਂ ਕੋਲ ਮੁੱਗਾ। ਬਾਕੀ ਚਲੋ ਜਿਹੜੇ ਦਿੱਲੀ ਬੈਠੇ ਨੇ, ਮੇਰਾ ਖਿਆਲ ਆਪਾਂ ਉਹਨਾਂ ਦੀ ਗੱਲ ਵੀ ਕਰ ਲਈਏ, ਕਿਉਂਕਿ ਹੁਣ ਉੱਥੇ ਇਹ ਬੜੀ ਚਰਚਾ ਚੱਲਣ ਲੱਗ ਪਈ ਹੈ ਜੀ ਕਿ ਮਨੁੱਖੀ ਅਧਿਕਾਰ ਕਮਿਸ਼ਨ ਕਹਿੰਦਾ ਕਿ ਵੀ ਆਹ ਜਿਹੜੀਆਂ ਨਾਲ ਨਾਲ ਦਿੱਲੀ ਦੇ ਲੱਗਦੀਆਂ ਸਟੇਟਾਂ ਨੇ, ਇਨਕਲੂਡਿੰਗ ਦਿੱਲੀ, ਇਹ ਸਾਨੂੰ ਦੱਸੋ ਭਾਈ ਸਾਹਿਬ ਸੜਕਾਂ ਕਿਵੇਂ ਬੰਦ ਕੀਤੀਆਂ ਤੁਸੀਂ? ਆਮ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਪਈ ਹੈ, ਇਹਦਾ ਕੋਈ ਨਾ ਕੋਈ ਹੱਲ ਆਪਾਂ ਕਰਨਾ। ਹੁਣ ਦੇਖੋ ਮੀਟਿੰਗਾਂ ਹੋਣੀਆਂ ਉਹ ਗੱਲ ਵੱਖਰੀ ਆ, ਪਰ ਜਿਹੜੀ ਚੀਜ਼ ਹੁਣ ਉੱਥੇ ਕਿਸਾਨਾਂ ਨੇ ਆਪਣੇ ਤੌਰ 'ਤੇ ਕਹੀ ਵੀ ਯਾਰ ਦੇਖੋ ਜੀ, ਨਾ ਤਾਂ ਅਸੀਂ ਰਾਹ ਬੰਦ ਕੀਤਾ, ਨਾ ਹੀ ਕੋਈ ਸੜਕ ਰੋਕੀ, ਅਸੀਂ ਸ਼ੁਰੂ ਤੋਂ ਇੱਕ ਸਾਈਡ 'ਤੇ ਬੈਠੇ ਹਾਂ, ਦੋਵੇਂ ਸਰਵਿਸ ਲੇਨਾਂ ਉਦੋਂ ਦੀਆਂ ਖੋਲ੍ਹੀਆਂ। ਇੱਕ ਸਾਡਾ ਇਤਰਾਜ਼ ਇਹ ਆ ਵੀ ਦਿੱਲੀ ਕਿਹੜਾ ਨਿੱਕੀ ਜੀ ਹੈ ਵੀ ਇਹਨੂੰ ਇੱਕ ਸੜਕ ਆਉਂਦੀ ਹੈ, ਜਿਹੜੀਆਂ ਬਾਕੀ ਦੀਆਂ ਸੜਕਾਂ ਨੇ ਜਿਹਨਾਂ ਦੇ ਉੱਪਰ ਧਰਨਾ ਨਹੀਂ ਆ, ਉਹਨਾਂ ਦੇ ਪੁਲਿਸ ਨੇ ਨਾਕੇ ਲਾਏ ਅਤੇ ਉੱਥੇ ਰਾਹਗੀਰਾਂ ਨੂੰ ਰੋਕਦੀ, ਭਾਈ ਸਾਹਿਬ ਅਸੀਂ ਥੋੜ੍ਹਾ ਰੋਕਦੇ ਹਾਂ। ਦੂਜੀ ਗੱਲ ਇਹ ਵੀ ਜਿਹੜਾ ਰਾਹ ਰਸਤਾ, ਜਦੋਂ ਕਹਿੰਦੇ ਹਨੇਰੇ ਸਵੇਰੇ ਸਾਡੇ ਇੱਥੋਂ ਦੇ ਧਰਨੇ ਦੇ ਲਾਗੋਂ ਦੇ ਵੀ ਲੰਘਦੇ ਲੋਕ, ਦਿਨੇ ਵੀ ਵਲੰਟੀਅਰ ਹੁੰਦੇ ਆ ਅਤੇ ਅਸੀਂ ਰਾਤ ਨੂੰ ਵੀ ਲਾ ਤਿਆ ਵੀ ਭਾਈ ਸਾਹਿਬ ਜੇ ਕੋਈ ਰਾਤ ਨੂੰ ਵੀ ਗੱਡੀ, ਕੋਈ ਟਾਂਗਾ, ਕੋਈ ਰੇੜਾ, ਕੋਈ ਮੋਟਰਸਾਈਕਲ, ਟਰੱਕ ਕਿਸੇ ਦਾ ਜਾਂਦਾ, ਜੇ ਉਹ ਫਸਦਾ ਕਿਤੇ ਟ੍ਰੈਫਿਕ ਜਾਮ ਹੁੰਦਾ ਤਾਂ ਅਸੀਂ ਕਢਾਉਂਦੇ ਹਾਂ ਭਾਈ ਸਾਹਿਬ, ਅਸੀਂ ਤਾਂ ਕਹਿੰਦੇ ਆਹ ਕੁਛ ਕਰਨ ਡੇ, ਤਾਂ ਸਾਡੇ ਆਉਣ ਵਾਲੇ ਲੋਕਾਂ ਨੂੰ ਪੁੱਛ ਲਵੇ, ਮੀਡੀਆ ਪੁੱਛ ਲਵੇ ਆ ਕੇ ਵੀ ਕਿਹੜੇ ਲੋਕ ਤੰਗ ਨੇ। ਹਾਂ, ਇਹਦੇ ਪਿੱਛੇ ਜੇ ਕੋਈ ਹੋਰ ਸਿਆਸਤ ਮਨਸ਼ਾ ਅਤੇ ਉਹ ਆਪਾਂ ਬਹਿ ਕੇ ਗੱਲ ਕਰ ਲੈਂਦੇ ਹਾਂ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ, ਮੈਨੂੰ ਲੱਗਦਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਚਲੋ ਆਪਣਾ ਕੰਮ ਕਰੇ, ਕਿਸਾਨਾਂ ਦੇ ਕੋਲ ਬੜੇ ਸਬੂਤ ਨੇ। ਪਿਛਲੇ ਦਿਨਾਂ ਦੇ ਵਿੱਚ ਇੱਕ ਬੱਚੀ ਦਿੱਲੀ ਦੀ ਜਿਹੜੀ ਪੇਪਰ ਪਾਉਣ ਜਾਂਦੀ ਸੀ ਤਾਂ ਕਾਰ 'ਚ ਜਾਂਦੇ ਸੀ ਸਾਰਾ ਪਰਿਵਾਰ, ਜ਼ਰੂਰੀ ਸੀ ਪੇਪਰ, ਨਹੀਂ ਤਾਂ ਮੁੜ ਕੇ ਦੋ ਸਾਲ ਨਹੀਂ ਕੰਮ ਆਉਣਾ ਸੀ। ਕਾਰ ਜਿਹੜੀ ਆ, ਕਿਉਂਕਿ ਸੁਖਨਾ ਡਿਵੈਲਪਮੈਂਟ ਦੀ ਬਹੁਤ ਸੋਹਣੀ ਕੀਤੀ ਹੈ ਨਾ, ਉਹ ਸੜਕ ਦੇ ਕਿਨਾਰੇ ਦੇ ਉੱਤੇ ਪਾਣੀ ਭਰਿਆ ਸੀ, ਖੱਡੇ 'ਚ ਡਿੱਗ ਪਈ, ਤਾਂ ਫਿਰ ਕਿਸਾਨਾਂ ਨੇ ਟਰੈਕਟਰ ਲੈ ਕੇ ਆਪ ਕੱਢਿਆ ਅਤੇ ਇਹ ਵੀ ਕਿਹਾ ਪੁੱਤ ਤੈਨੂੰ ਛੱਡ ਕੇ ਆਉਂਦੇ ਹਾਂ, ਗੱਲ ਕਿਹੜੀ ਹੈ? ਉਹ ਸਾਰਾ ਪਰਿਵਾਰ ਦੂਜੇ ਦਿਨ ਸ਼ਾਮ ਨੂੰ ਆ ਕੇ ਧੰਨਵਾਦ ਕਰਕੇ ਗਿਆ। ਉਹ ਵੀਡੀਓ ਵੀ ਹੋਣੀ ਹੈ, ਆਲੇ ਦੁਆਲੇ ਦੀਆਂ ਦੁਕਾਨਾਂ ਤੋਂ ਪੁੱਛਣ ਕਿਸੇ ਦੀ ਪੰਜੀ ਵੀ ਰੱਖੀ ਆ, ਉੱਥੇ ਸਗੋਂ ਸਪੈਸ਼ਲ ਦੁਕਾਨਾਂ ਲੱਗ ਗਈਆਂ ਕਿ ਭਾਈ ਇੱਥੇ ਚਾਰ ਛਿੱਲੜ ਵਿਕਦੇ ਆ ਸਾਡੇ, ਚਾਰ ਪੈਸੇ ਹੁੰਦੇ। ਹਾਂ, ਦਿੱਕਤ ਹੋਊਗੀ ਕਈਆਂ ਨੂੰ, ਪਰ ਮੈਨੂੰ ਇਹ ਲੱਗਦਾ ਸੀ ਕਿ ਜਦੋਂ ਸੁਪਰੀਮ ਕੋਰਟ ਕਹਿੰਦੀ ਹੈ ਕਿ ਭਾਈ ਦੇਸ਼ ਦੀ ਰਾਜਧਾਨੀ ਦੇ ਕੋਲ ਇਹਨਾਂ ਨੂੰ ਅਧਿਕਾਰ ਹੈਗਾ ਅੰਦੋਲਨ ਕਰਨ ਦਾ, ਉਦੋਂ ਵੀ ਤਾਂ ਕਿਤੇ ਨਾ ਕਿਤੇ ਮਨੁੱਖੀ ਅਧਿਕਾਰ ਹੋਣੇ ਸੀ। ਮੈਨੂੰ ਇਹ ਸੀ ਕਿ ਕੋਈ ਆਪ ਨੋਟਿਸ ਲੈਂਦਾ ਕਿ ਲੋਕਾਂ ਦੇ ਟੈਕਸ ਦੇ ਪੈਸੇ ਨਾਲ ਬਣੀ ਸੜਕ ਪੁੱਟਣ ਦਾ ਅਧਿਕਾਰ ਕਿਹਨੇ ਦਿੱਤਾ, ਲੋਕਾਂ ਦੇ ਟੈਕਸ ਦੇ ਪੈਸੇ ਦੇ ਨਾਲ ਬਣੀ ਸੜਕ ਦੇ ਵਿੱਚ ਕਿੱਲ ਕੱਢਣ ਦਾ ਅਧਿਕਾਰ ਕਿਹਨੇ ਦਿੱਤਾ, ਲੋਕਾਂ ਦੇ ਟੈਕਸ ਦੇ ਪੈਸੇ ਦੇ ਨਾਲ ਜਿਹੜੇ ਸਾਡੇ ਮੰਤਰੀ ਸੰਤਰੀ ਸੱਤਾਧਾਰੀ ਵਿਰੋਧੀ ਇੱਥੋਂ ਕਦੇ ਉੱਥੇ ਚਲ ਜਾ, ਕਦੇ ਹਵਾਈ ਜਹਾਜ਼ ਦੇ ਵਿੱਚ ਕਿਰਾਇਆ ਭਰਦੇ, ਕਦੇ ਉੱਥੇ ਚਲ ਜਾ, ਲੋਕਾਂ ਦਾ ਕੰਮ ਕਿਉਂ ਨਹੀਂ ਕਰਦੇ? ਉਸ ਵੇਲੇ ਤਾਂ ਮਨੁੱਖ ਦੇ ਅਧਿਕਾਰ ਆ ਨਾ, ਜਿਹੜੇ ਲੋਕਾਂ ਨੂੰ ਨੌਕਰੀ ਨਹੀਂ ਮਿਲਦੀ, ਪੰਜਾਬ ਦੇ ਵਿੱਚ ਬੇਰੁਜ਼ਗਾਰੀ ਭੱਤਾ ਨਹੀਂ ਮਿਲਦਾ, ਬਹੁਤ ਸਾਰੀਆਂ ਥਾਵਾਂ ਨੇ ਉੱਤਰ ਪ੍ਰਦੇਸ਼ ਦੇ ਵਿੱਚ, ਕਦੇ ਛੋਟੀ ਬੱਚੀ ਨਾਲ ਕੁਛ ਹੋ ਗਿਆ, ਕਦੇ ਬੱਚੇ ਨਾਲ ਕੁਛ ਹੋ ਗਿਆ, ਉਹ ਵੀ ਮਨੁੱਖੀ ਅਧਿਕਾਰ ਹੈ। ਜਿਹੜੇ ਬੱਚੇ ਅਜੇ ਤੱਕ ਵੀ ਸਕੂਲ ਨਹੀਂ ਜਾ ਪਾਉਂਦੇ, ਜਦੋਂ ਗਲੋਬਲ ਹੰਗਰ ਇੰਡੈਕਸ ਆਇਆ ਸੀ ਕਿ ਭਾਈ ਭਾਰਤ ਦੇ ਇੰਨੇ ਲੱਖ ਬੱਚੇ ਜਾਂ ਕਰੋੜ ਬੱਚੇ ਭੁੱਖਮਰੀ ਦਾ ਸ਼ਿਕਾਰ ਨੇ, ਉਹਨਾਂ ਦੇ ਵੀ ਮਨੁੱਖੀ ਅਧਿਕਾਰ ਹੋਣੇ ਆ। ਉਹਦੇ ਪਾਸੇ ਵੀ ਥੋੜ੍ਹਾ ਜਿਹਾ ਧਿਆਨ ਚੱਲ ਜਾ ਚੰਗਾ। ਨਹੀਂ, ਬਹੁਤ ਵਧੀਆ ਗੱਲ, ਜੇ ਚਲੇ ਜੇ ਤਾਂ ਵਧੀਆ ਗੱਲ ਆ, ਨਹੀਂ ਤਾਂ ਫਿਰ ਜਿਹੜੀ ਚੇਂਜ ਆ ਉਹ ਤਾਂ ਤੁਰੀ ਆਉਂਦੀ ਆ। ਹੁਣ ਚੇਂਜ
ਤੁਸੀਂ ਇਹ ਦੇਖੋ ਵੀ ਕਿੱਡਾ ਵੱਡਾ ਏਕਾ ਤੁਹਾਡਾ ਅਤੇ ਇਹ ਵੋਟਾਂ ਤੁਸੀਂ ਕਿੱਥੇ ਭੁਗਤਾਉਂਦੇ ਹੋ ਉਹਨਾਂ ਲੋਕਾਂ ਨੂੰ ਭੁਗਤਾਉਂਦੇ ਹੋ ਜਿਹੜੇ ਲੋਕ ਤੁਹਾਡੀਆਂ ਵੋਟਾਂ ਲੈਂਦੇ ਆ ਉਸ ਤੋਂ ਬਾਅਦ ਤੁਹਾਡਾ ਹੀ ਸੌਦਾ ਕਿਸੇ ਨਾ ਕਿਸੇ ਕਾਰਪੋਰੇਟ ਘਰਾਣੇ ਨਾਲ ਕਰ ਲੈਂਦੇ ਆ ਅਤੇ ਫਿਰ ਮੁੜ ਕੇ ਤੁਸੀਂ ਆਪਣੇ ਹੀ ਹੱਕ ਲੈਣ ਲਈ ਉਹਨਾਂ ਕੋਲੋਂ ਹੀ ਫਿਰ ਡਾਂਗਾ ਖਾਂਦੇ ਹੋ ਉਹਦੇ ਨਾਲੋਂ ਚੰਗਾ ਇਹ ਨਹੀਂ ਆ ਵੀ ਤੁਸੀਂ ਖੁਦ ਆਪਣੇ 'ਚੋਂ ਬੰਦੇ ਕੋਈ ਇਮਾਨਦਾਰ ਬੰਦੇ ਤੁਸੀਂ ਆਪਣੇ ਆਸ ਪਾਸ ਜਾਣਦੇ ਹੋਵੋਗੇ ਉਹਨਾਂ ਨੂੰ ਸਿਸਟਮ 'ਚ ਲੈ ਕੇ ਆਓ ਉਹਨਾਂ ਨੂੰ ਉਹ ਵਾਲੀ ਪਾਵਰ ਸੱਤਾ ਦਿਓ ਤਾਂ ਜੋ ਕੱਲ੍ਹ ਨੂੰ ਜਿਹੜਾ ਹਰਾ ਪੈਨ ਤੁਹਾਡੇ ਖਿਲਾਫ਼ ਚੱਲਦਾ ਉਹ ਤੁਹਾਡੇ ਹੱਕ 'ਚ ਚੱਲੇ ਸੰਧਾਲੀਆ ਸਾਹਿਬ ਜਦੋਂ ਇਹ ਇਕੱਠ ਰੱਖਿਆ ਗਿਆ ਸੀ ਤਾਂ ਬਲਟੋਏ ਪਿੰਡ ਤੋਂ ਗੱਲ ਸ਼ੁਰੂ ਹੋਈ ਸੀ ਬਲਟੋਏ ਪਿੰਡ ਤੋਂ ਗੱਲ ਸ਼ੁਰੂ ਹੋਈ ਹੌਲੀ 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 ਚੱਲਦੀ ਚੱਲਦੀ 40 ਪਿੰਡਾਂ ਚਲੇਗੀ ਜਿਸ ਥਾਂ ਦੇ ਉੱਤੇ ਇਕੱਠ ਹੋਇਆ ਉਸੇ ਥਾਂ ਦੇ ਉੱਤੇ ਥੋੜ੍ਹੇ ਦਿਨ ਪਹਿਲਾਂ ਪੰਜਾਬ ਦੀ ਇੱਕ ਸਿਆਸੀ ਪਾਰਟੀ ਨੇ ਇਕੱਠ ਕੀਤਾ ਸੀ ਉਹ ਕਹਿੰਦੇ ਸੀ ਜੀ ਠਾਠਾ ਮਾਰਦਾ ਇਕੱਠ ਆ ਤਾਂ ਵਿਰੋਧੀ ਕਹਿੰਦੇ ਸੀ ਜੀ ਸਾਰੇ ਪੰਜਾਬ 'ਚੋਂ ਬੰਦੇ ਇਕੱਠੇ ਕੀਤੇ ਆ ਪਰ ਆਹ ਜਿਹੜਾ ਇਕੱਠ ਸੀ ਖੇਤੀ ਵਾਲੇ ਮੁੱਦੇ ਦੇ ਉੱਤੇ ਕਿਸਾਨ ਅੰਦੋਲਨ ਦੇ ਮੁੱਦੇ 'ਤੇ ਇਹ ਤਾਂ ਸਥਾਨਕ ਇਕੱਠ ਸੀ ਇਹ ਤਾਂ ਆਲੇ ਦੁਆਲੇ ਦੇ 25-30-40 ਪਿੰਡਾਂ ਦਾ ਇਕੱਠ ਸੀ 3 ਦਿਨ ਪਹਿਲਾਂ ਲੋਕਾਂ ਨੇ ਆਲੂ ਕੱਟਣੇ ਸ਼ੁਰੂ ਕਰਤੇ ਸੀ ਗੰਢੇ ਚੀਰਨੇ ਸ਼ੁਰੂ ਕਰਤੇ ਸੀ ਉਹਨਾਂ ਨੂੰ ਕੋਈ ਬੱਸਾਂ 'ਚ ਨਹੀਂ ਸੀ ਲੈ ਕੇ ਆਇਆ ਉਹਨਾਂ ਨੂੰ ਕੋਈ ਦਿਹਾੜੀ 'ਤੇ ਨਹੀਂ ਸੀ ਲੈ ਕੇ ਆਇਆ ਲੋਕ ਆਪ ਨੂੰ ਹਰਿਆਏ ਸੀ ਜੇ ਅਜੇ ਵੀ ਪੰਜਾਬ ਦੀ ਸਿਆਸੀ ਲੀਡਰਸ਼ਿਪ ਨੂੰ ਇਹ ਨਹੀਂ ਸਮਝ ਆਉਂਦਾ ਕਿ ਭਾਈ ਆਖਿਰਕਾਰ ਤਬਦੀਲੀ ਦਾ ਮੁੱਢ ਵੱਜ ਚੁੱਕਿਆ ਤਬਦੀਲੀ ਕਿਸੇ ਹੋਰ ਪਾਸੇ ਨੂੰ ਤੁਰ ਪਈ ਹੈ ਹੁਣ ਪਹਿਲਾਂ ਵਾਲਾ ਕੰਮ ਨਹੀਂ ਚੱਲਣਾ ਕਿ ਭਾਈ 100 ਕਿਲੋਮੀਟਰ ਸੜਕਾਂ ਬਣਾ ਦਿਓ ਪਹਿਲਾਂ ਵਾਲਾ ਕੰਮ ਨਹੀਂ ਚੱਲਣਾ ਕਿ ਭਾਈ ਜਦੋਂ ਵੋਟਾਂ ਆ ਗਈਆਂ ਨੇੜੇ ਤਾਂ ਹੁਣ ਪਿੰਡ ਨੂੰ 5 ਲੱਖ ਦੀ ਗ੍ਰਾਂਟ ਦੇ ਦਿਓ ਅਤੇ ਚੈੱਕ ਫੜਦੇ ਹੋਇਆਂ ਦੀ ਫੋਟੋ ਖਿਚਾ ਦਿਓ ਹੁਣ ਨਹੀਂ ਚੱਲਣਾ ਜੇ ਲੋਕ ਆਪ ਮੁਹਾਰੇ ਸਾਲ ਇੱਕ ਪਹਿਲਾਂ ਦੇ ਖੇਤੀ ਕਾਨੂੰਨਾਂ ਦੇ ਵਿਰੋਧ ਦੇ ਵਿੱਚ ਲੱਗੇ ਹੋ ਤਾਂ ਅਜੇ ਵੀ ਇਕੱਠ ਠੋਕ ਵਜਾ ਕੇ ਹੋ ਜਾਂਦਾ ਅਤੇ ਉੱਥੋਂ ਹੋ ਕੇ ਵੀ ਇਹ ਦੇਣ ਲੱਗ ਪਏ ਅਗਲੇ ਕਿ ਭਾਈ ਆ ਦੇਖੋ ਤੁਹਾਡੇ ਤੋਂ ਵੋਟਾਂ ਲੈ ਲੈਂਦੇ ਆ ਮੁੜ ਕੇ ਤੁਹਾਡੇ ਹਿੱਤ ਵੇਚਦੇ ਆ ਅਤੇ ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ ਤਾਂ ਜਾਗ ਲੱਗਦਾ ਹੋਊਗਾ ਲੋਕਾਂ ਦੇ ਦਿਮਾਗ ਨੂੰ ਲੱਗਿਆ ਜਾਲਾ ਥੋੜ੍ਹਾ ਥੋੜ੍ਹਾ ਤਾਂ ਲੈਂਦਾ ਹੋਊਗਾ ਅੱਜ ਥੋੜ੍ਹਾ ਲਿਥਿਆ ਕੱਲ੍ਹ ਨੂੰ ਪੂਰਾ ਲਿਥ ਗਿਆ ਤਾਂ ਫਿਰ ਜਾਣਗੇ ਕਿੱਧਰ ਇੱਕ ਮੈਨੂੰ ਲੱਗਦਾ ਚੀਜ਼ ਜਿਹੜੀ ਸ਼ਾਇਦ ਆਹ ਹੁਣ ਜਿਹੜੀ ਇਸ ਮਹੀਨੇ ਦੀ ਮਨ ਕੀ ਬਾਤ ਹੋਣੀ ਆ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਉਹਦੇ 'ਚ ਸ਼ਾਇਦ ਚੇਂਜ ਆ ਜਾਵੇ ਕਿਉਂਕਿ ਇਸ ਵਾਰੀ ਟਵੀਟ ਕੀਤਾ ਮੋਦੀ ਸਾਹਿਬ ਨੇ ਉਹ ਕਹਿੰਦੇ ਵੀ ਦੇਖੋ ਮਨ ਕੀ ਬਾਤ ਪ੍ਰੋਗਰਾਮ ਦੇ ਲਈ ਬਹੁਤ ਸਾਰੇ ਸੁਝਾਅ ਆ ਰਹੇ ਨੇ ਐਂਡ ਹੋਰ ਵੀ ਲੋਕ ਮਨਾਂ ਦੇ ਵਿੱਚ ਜੋ ਕੁਛ ਹੈਗਾ ਉਹ ਪਹੁੰਚਾਉਣ ਮੇਰੇ ਤੱਕ ਜੀ ਦੋ ਐਪਸ ਨੇ ਐਂਡ ਇੱਕ ਨੰਬਰ ਹੈ ਉਹ ਜੇਕਰ ਤੁਸੀਂ ਇੰਟਰਨੈਟ ਦੇ ਉੱਪਰ ਜਾਓਗੇ ਤੁਹਾਨੂੰ ਮਿਲ ਜਾਏਗਾ ਵੀ ਉਹ ਐਪ ਕਿਹੜੀ ਆ ਤੁਸੀਂ ਡਾਊਨਲੋਡ ਕਰ ਸਕਦੇ ਹੋ ਇਹ ਨੰਬਰ ਵੀ ਮਿਲ ਜਾਣਾ ਹੁਣ ਉੱਥੇ ਹਲਕੀ ਹਲਕੀ ਅਜੇ ਚਰਚਾ ਚੱਲੀ ਕਿਉਂਕਿ ਉਹਨਾਂ ਨੇ ਹੁਣੇ ਹੀ ਤਾਂ ਕਿਹਾ ਅਜੇ ਆਹ ਜਿਹੜੇ ਦਿਨ ਹੈਗੇ ਨੇ ਵਿੱਚ ਅਜੇ ਮਨ ਕੀ ਬਾਤ ਦੇ ਵਿੱਚ ਜੇ ਮੰਨ ਲਓ ਕਿ ਵੀ ਇਹਦੇ ਦੌਰਾਨ ਉਸ ਐਪ ਨੂੰ ਡਾਊਨਲੋਡ ਕਰਕੇ ਜਾਂ ਉਸ ਫੋਨ ਨੰਬਰ ਦੇ ਜ਼ਰੀਏ ਲੋਕ ਜਾਂ ਕਿਸਾਨ ਹਿਤੈਸ਼ੀ ਲੋਕ ਜਾਂ ਕਿਸਾਨਾਂ ਦੇ ਗਾਂ ਨਿਆਣੇ ਜਿਹੜੇ ਉੱਥੇ ਬੈਠੇ ਨੇ ਉਹ ਕਿਉਂਕਿ ਹਾਈਟੈਕ ਨੇ ਸਾਰੇ ਉਹ ਆਪਣੇ ਮਨ ਕੀ ਬਾਤ ਪਹੁੰਚਾਉਣ ਕਿ ਮਹਾਰਾਜ ਸਾਨੂੰ ਸਾਲ ਹੋ ਗਿਆ ਉੱਥੇ ਬੈਠਿਆਂ ਨੂੰ ਸਾਡੇ ਬਾਰੇ ਜ਼ਰੂਰ ਇਸ ਵਾਰ ਮਨ ਕੀ ਬਾਤ ਦੇ ਵਿੱਚ ਕੋਈ ਨਾ ਕੋਈ ਗੱਲ ਕਰੋ ਅਤੇ ਹੋ ਸਕਦਾ ਵੀ ਇੱਕ ਵੱਖਰੀ ਤਰ੍ਹਾਂ ਦੀ ਤਬਦੀਲੀ ਆ ਜੀ ਕਿਉਂਕਿ ਮਨ ਕੀ ਬਾਤ ਤਾਂ ਇੰਨੀ ਵਾਰ ਚੱਲ ਲਟੀਏ ਉਹਦੇ 'ਚ ਵਾਰ ਉਡੀਕਦੇ ਸੀ ਯਾਰ ਵੀ ਸਾਡੀ ਗੱਲ ਕਦੋਂ ਹੋ ਗਈ ਅਤੇ ਐਤਕੀ ਤਾਂ ਸਗੋਂ ਮੌਕਾ ਦੇ ਰਹੇ ਪ੍ਰਧਾਨ ਮੰਤਰੀ ਸਾਹਿਬ ਸੰਧਾਲੀਆ ਸਾਹਿਬ ਮੈਨੂੰ ਲੱਗਦਾ ਕਿ ਵਧੀਆ ਕੀਤਾ ਪ੍ਰਧਾਨ ਮੰਤਰੀ ਸਾਹਿਬ ਨੇ ਮੌਕਾ ਦਿੱਤਾ ਅਤੇ ਉਦੋਂ ਵੀ ਵਧੀਆ ਹੋਵੇ ਕਿ ਲੋਕ ਆਪਣੇ ਮਨ ਦੀ ਗੱਲ ਉੱਥੇ ਕਰਨ ਅਤੇ ਕਿੰਨਾ ਚੰਗਾ ਹੋਵੇ ਜੇ ਕਿਸੇ ਮਨ ਕੀ ਬਾਤ ਦੇ ਵਿੱਚ ਇਹ ਕਹਿਤਾ ਜਾਵੇ ਜੀ ਬਹੁਤ ਸਾਰੇ ਟੈਲੀਫੋਨ ਆਏ ਆ ਬਹੁਤ ਸਾਰੀਆਂ ਚਿੱਠੀਆਂ ਆਈਆਂ ਬਹੁਤ ਸਾਰੇ ਸੁਨੇਹੇ ਆਏ ਆ ਅਤੇ ਲੋਕਾਂ ਦੀ ਮਨ ਕੀ ਬਾਤ ਸਾਡੀ ਮਨ ਕੀ ਬਾਤ ਹੈ ਅਤੇ ਅਸੀਂ ਲੋਕਾਂ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਲ ਅੱਜ ਕਰਤਾ ਹੀ ਕੰਮ ਹਾਂ ਨਹੀਂ ਹੋ ਸਕਦਾ ਬਿਲਕੁਲ ਹੋ ਸਕਦਾ ਅਤੇ ਹੋਵੇ ਵੀ ਸਿਰੇ ਤੋਂ ਇਹਦੇ ਨਾਲ ਕਿਸੇ ਜਥੇਬੰਦੀ ਨੂੰ ਸਿਹਰਾ ਵੀ ਨਹੀਂ ਵੱਜੂਗਾ ਕਿਸੇ ਸਿਆਸੀ ਪਾਰਟੀ ਨੂੰ ਵੀ ਨਹੀਂ ਸਿਹਰਾ ਵੱਜੂਗਾ ਦੁਨੀਆ ਭਰ ਦੇ ਵਿੱਚ ਫੋਟੋ ਛਪਣਗੀਆਂ ਦੇਖੋ ਜੀ ਪ੍ਰਧਾਨ ਮੰਤਰੀ ਸਾਹਿਬ ਨੇ ਲੋਕਾਂ ਦੇ ਨਾਲ ਸਿੱਧੀ ਗੱਲ ਕਰਕੇ ਹਾਂ ਮਤਲਬ ਲੋਕਾਂ ਨੂੰ ਕਿਹਾ ਲੋਕਾਂ ਨੇ ਆਪਣੀ ਗੱਲ ਕਹੀ ਅਤੇ ਪ੍ਰਧਾਨ ਮੰਤਰੀ ਨੇ ਮੰਨ ਲਈ ਜਾਣੀ ਵਿੱਚ ਕਿਸੇ ਨੂੰ ਸਿਹਰਾ ਦੇਣ ਦੀ ਲੋੜ ਹੀ ਨਹੀਂ ਸਿੱਧਾ ਕਹੋ ਜੀ ਦੇਖੋ ਅੱਜ ਤੱਕ ਇੱਦਾਂ ਦੇ ਪ੍ਰਧਾਨ ਮੰਤਰੀ ਹੋਏ ਨੇ ਜਿਹੜੇ ਲੋਕਾਂ ਨਾਲ ਕ੍ਰਸ਼ ਇੱਕ ਵਾਰੀ ਕਰ ਦੇਣ ਸਹੀ ਇੱਦਾਂ ਤੁਸੀਂ ਦੇਖੋ ਕਿਆ ਬਾਤਾਂ ਬਿਲਕੁਲ ਸਹੀ ਆ ਜਿਹੜੇ ਲੋਕਾਂ ਦੇ ਕੋਲ ਕਿਹੜਾ ਗੋਹਾ ਵਾਧੂ ਐਮਾਜ਼ੋਨ ਵਾਲੇ ਤਾਂ ਪਾਥੀਆਂ ਪੂਥੀਆਂ ਪੱਥਦੇ ਫਿਰਦੇ ਆ ਵੇਚਦੇ ਵੀ ਫਿਰਦੇ ਆ ਅਸੀਂ ਮੈਂ ਉਹ ਇਹ ਮੇਰੇ ਦਿਮਾਗ 'ਚ ਆਇਆ ਸੀ ਮੈਂ ਹੈ ਯਾਰ ਜੇ ਕਿਤੇ ਆਹ ਕਾਰੋਬਾਰੀ ਸਾਨੂੰ ਸਮਝ ਲੱਗ ਜਾਏ ਨਾ ਅਸੀਂ ਜ਼ਰੂਰ ਉਹ ਟਾਲੀ ਟਰਾਲੀ ਕਿੱਥੋਂ ਲੱਦ ਕੇ ਅਤੇ ਕਿੱਥੇ ਜਾ ਕੇ ਮੁੜ ਕੇ ਉਹਦੇ ਸੁੱਟਣੀ ਪੈਂਦੀ ਮੁਰਦਾਬਾਦ ਕਰ ਗਲਾ ਬਣਾਉਣਾ ਪੈਂਦਾ ਉਹਨੂੰ ਚੰਗਾ ਨਾ ਮਾਈ ਨੂੰ ਕਿਹਾ ਲੈ ਵੀ ਤੂੰ ਪਾਥੀਆਂ ਥੱਪ ਲਾ ਅਤੇ ਉਦੋਂ ਬਾਅਦ ਪੱਥਣ ਤੋਂ ਬਾਅਦ ਆਪਾਂ ਇੱਕ ਰਾਂ ਉੱਥੇ ਵੇਚ ਦੇਵਾਂਗੇ 10-15 ਦੀ ਵਿਕੀ ਜਦੋਂ ਕੰਧਾਂ ਕੁੰਧਾਂ 'ਤੇ ਲੱਗਿਆ ਗੋਹਾ ਵੀ ਹੌਲਦੇ ਨੇ ਰੋਕ ਰਾਤ ਲਾਇਆ ਕਿ 4 ਪਾਥੀਆਂ ਬਦਲੀਆਂ ਆਪਾਂ ਅਗਲਿਆਂ ਦੀ ਕੰਧ ਸਾਫ ਹੋ ਗਈ ਗੁਆਂਢੀਆਂ ਦੀਆਂ ਪਾਥੀਆਂ ਬਣ ਗਈਆਂ ਬਾਕੀ ਸੰਧਾਲੀਆ ਸਾਹਿਬ ਪੰਜਾਬ ਦੇ ਮੰਤਰੀਆਂ ਨੇ ਬਹਿਣੀ ਅੱਜ ਸਿਰ ਜੋੜ ਕੇ ਅੱਛਾ ਉਹਦੇ ਵਿੱਚ ਕਹਿੰਦੇ ਫੈਸਲੇ ਹੋਣੇ ਆ ਅਤੇ ਫੈਸਲੇ ਵੀ ਐਸੇ ਹੋਣੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਖੁਸ਼ੀ ਹੋਵੇ ਚੰਗੀ ਗੱਲ ਹੈ ਪਰ ਸਵਾਲ ਇਹ ਪੈਦਾ ਹੁੰਦਾ ਕਿ 4.5 ਸਾਲ ਬਾਅਦ ਹੀ ਸਾਨੂੰ ਖੁਸ਼ੀਆਂ ਕਿਉਂ ਮਿਲਦੀਆਂ ਜਦੋਂ ਕਿਸੇ ਪ੍ਰਾਹੁਣੇ ਨੇ ਆਉਣਾ ਹੋਵੇ ਸਾਡੇ ਇੱਥੇ ਨਿਆਣਿਆਂ ਦੇ ਨਵੇਂ ਕੱਪੜੇ ਨਲਾ ਧੁਲਾ ਕੇ ਐਨ ਉਦੋਂ ਹੀ ਕਿਉਂ ਪਵਾਏ ਜਾਂਦੇ ਆ ਅੱਗੇ ਪਿੱਛੇ ਲਾਹ ਕਿਉਂ ਲੈ ਜਾਂਦੇ ਆ ਕਿ ਭਾਈ ਕੋਈ ਗੱਲ ਨਹੀਂ ਚੱਕ ਕੋਈ ਸਿੱਧਾ ਤੁਰਿਆ ਫਿਰ ਇੱਥੇ ਕੋਈ ਗੱਲ ਨਹੀਂ ਮਿੱਟੀ ਘੱਟੇ 'ਚ ਲਿਬੜਿਆ ਫਿਰ ਹੁਣ ਅੱਜ ਕਹਿੰਦੇ ਪੰਜਾਬ ਕੈਬਨਿਟ ਦੀ ਬੈਠਕ ਹੋਣੀ ਆ ਜਿਹੜੇ ਬੰਦੇ ਪਿਛਲੇ ਸਮੇਂ
ਨਹੀਂ ਦੇਖੋ ਉਹਨਾਂ 'ਚੋਂ ਕਿੰਨੇ ਕੁ ਹੁੰਦੇ ਆ, ਮਤਲਬ ਇਹ ਤਾਂ ਗੱਲ ਹੈਗੀ ਹੈ, ਪਰ ਚਲੋ ਇੱਕ ਗੱਲ ਤਾਂ ਹੈਗੀ ਹੈ ਬਾਠ ਸਾਹਿਬ, ਇਹ ਵੀ ਇੱਕ ਡਿਬੇਟ ਦਾ ਵਿਸ਼ਾ ਤਾਂ ਹੋਣਾ ਹੀ ਚਾਹੀਦਾ ਨਾ, ਕਿਉਂਕਿ ਕਈ ਵਾਰ ਸਰਕਾਰਾਂ ਵਾਲੇ ਪਾਸੋਂ ਗੱਲ ਆਉਂਦੀ ਵੀ ਨਿੱਜੀਕਰਨ ਹੋਣਾ ਚਾਹੀਦਾ ਯਾਰ, ਆਹ ਚੀਜ਼ ਤਾਂ ਦੇਖੋ ਹੁਣ ਸਰਕਾਰ ਫਲਾਣੇ ਦੇਸ਼ 'ਚ ਦੇਖਿਆ ਉੱਥੇ ਬਹੁਤ ਵਧੀਆ ਪ੍ਰਬੰਧ, ਅਸੀਂ ਫਲਾਣੇ ਦੇਸ਼ 'ਚ ਦੇਖਿਆ ਉੱਥੇ ਬਹੁਤ ਵਧੀਆ ਪ੍ਰਬੰਧ, ਕਿਉਂਕਿ ਜਾਂਦੇ ਰਹਿੰਦੇ ਬਾਹਰ ਅਗਲੇ। ਹੁਣ ਗੱਲ ਇਹ ਵੀ ਜੇ ਬਾਹਰ ਤੁਸੀਂ ਜਾਂਦੇ ਹੋ ਤੁਸੀਂ ਉੱਥੇ ਸਾਰਾ ਕੁਛ ਦੇਖ ਕੇ ਆਉਂਦੇ ਹੋ, ਆਹ ਵੀ ਨਿੱਜੀਕਰਨ ਉਹ ਵੀ ਨਿੱਜੀਕਰਨ, ਅਸੀਂ ਸਰਕਾਰੀ ਨੌਕਰੀ ਨਹੀਂ ਦੇ ਸਕਦੇ, ਕਿਵੇਂ ਤਾਂ ਸਰਕਾਰ ਨੇ ਇਹੋ ਹੀ ਕਿਹਾ ਸੀ ਘਰ ਘਰ ਨੌਕਰੀ ਦੀ ਗੱਲ ਤਾਂ ਕੀਤੀ ਸੀ ਵੀ ਉਹਦੇ ਵਿੱਚ ਪ੍ਰਾਈਵੇਟ ਨੂੰ ਵੀ ਦੇਣੀ, ਵੀ ਪ੍ਰਾਈਵੇਟ ਨੌਕਰੀ ਅਤੇ ਨੌਕਰੀ ਹੈ ਨਾ ਅਗਲੇ ਦਾ ਘਰ ਚੱਲਣ ਲੱਗ ਪਿਆ, ਮੰਨ ਲਈਏ ਗੱਲ। ਹੁਣ ਗੱਲ ਇਹ ਆ ਵੀ ਆਹ ਜਿਹੜੇ ਸਰਕਾਰੀ ਤੌਰ 'ਤੇ ਬੰਦਾ ਜਦੋਂ ਠੇਕੇ 'ਤੇ ਰੱਖਿਆ ਹੁੰਦਾ ਅਤੇ ਉਹਨੂੰ ਬਾਅਦ 'ਚ ਪਤਾ ਲੱਗਦਾ ਵੀ ਉਹ ਮੈਂ ਤਾਂ ਜੇ ਕੱਚਾ 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 ਤਾਂ ਕੱਚਾ ਹੀ ਆ ਵਿਚਾਰਾ ਆਪਣੇ ਆਪ ਦੇ 'ਚ, ਉਹਨੂੰ ਪਰ ਫਿਕਰ ਕਿਹੜੀ ਚੀਜ਼ ਦਿੰਦਾ, ਫਿਕਰ ਇਹ ਨਹੀਂ ਵੀ ਜੇ ਉਹਨੂੰ ਪੱਕੇ ਦੇ ਬਰਾਬਰ ਤਨਖਾਹ ਮਿਲਦੀ ਹੋਵੇ, ਅਗਲੇ ਨੂੰ ਪਤਾ ਵੀ ਇੰਨੇ ਤੋਂ ਇੰਨੀ ਮੇਰੀ ਡਿਊਟੀ ਆ, ਉਹਨੇ ਮੈਨੂੰ ਪੈਸੇ ਮਿਲਦੇ, ਕੱਚਾ ਪੱਕਾ ਤਾਂ ਇੱਕ ਬਰਾਬਰ ਹੀ ਹੈ। ਪਰ ਜੇ ਸਰਕਾਰਾਂ ਉਹ ਵਾਲਾ ਪਾੜਾ ਹੀ ਕੱਢ ਦੇਣ ਵੀ ਜਿਹੜੀ ਸਰਕਾਰੀ ਨੌਕਰੀ ਮਿਲਦੀ ਨਹੀਂ ਮਿਲਦੀ ਨਾ ਸੀ, ਕਾਕਾ ਜਿੰਨੇ ਪੈਸੇ ਉਹਨੂੰ ਮਿਲਦੇ ਉਹਨੇ ਤੈਨੂੰ ਮਿਲਣੇ, ਆਪੇ ਅਗਲਾ ਨਾ ਰੌਲਾ ਪਾਵੇ। ਸੰਧਾਲੀਆ ਸਾਹਿਬ, ਇਹ ਤਾਂ ਸਰਕਾਰ ਦੀ ਮਨਸ਼ਾ ਦੇ ਉੱਤੇ ਨਿਰਭਰ ਕਰਦਾ, ਜੇ ਸਰਕਾਰ ਲੋਕਾਂ ਨੂੰ ਠੀਕ ਮਿਹਨਤਾਨਾ ਦੇਣ ਦੀ ਇੱਛਾ ਰੱਖਦੀ ਹੋਵੇ ਤਾਂ ਸਮੱਸਿਆ ਨਾ ਆਵੇ। ਸਾਡਾ ਨੌਜਵਾਨੀ ਦਾ ਧਨ ਉਹ ਸਾਡੀ ਬੇਸ਼ਕੀਮਤੀ ਦੌਲਤ ਆ, ਉਹ ਉਹਨਾਂ ਨੇ ਕੰਮ ਕਰਨਾ। ਪਹਿਲੀ ਗੱਲ ਆਪਾਂ ਪਿਛਲੇ ਦਿਨਾਂ 'ਚ ਦੇਖਿਆ ਸੀ ਕਿ ਸਾਡੀ ਨੀਤੀ ਕਮਜ਼ੋਰ ਹੈ, ਹਿਲਦੀ ਹੈ, ਚੀਕੂ ਚੀਕੂ ਕਰਦੀ ਹੈ, ਬੱਚਿਆਂ ਨੂੰ ਅਸੀਂ ਕੁਸ਼ਲ ਨਹੀਂ ਕਰ ਸਕੇ, ਨਿਪੁੰਨਤਾ ਨਹੀਂ ਦੇ ਸਕੇ, ਕਿਸੇ ਕੰਮ ਦੇ ਵਿੱਚ ਉਹਨਾਂ ਦੀ ਮੁਹਾਰਤ ਨਹੀਂ ਕਰ ਸਕੇ, ਕਿਉਂਕਿ ਕੰਮ ਸਿਖਾਉਣ ਦੇ ਲਈ ਸਾਡੇ ਕੋਲ ਪਲੇਟਫਾਰਮ ਨਹੀਂ। ਅਤੇ ਜਿਹੜੀ ਸਾਡੀ ਐਜੂਕੇਸ਼ਨ ਹੈ ਉਹ ਆਪਾਂ ਸਾਰਿਆਂ ਨੂੰ ਪਤਾ, ਭਾਵੇਂ ਸਰਕਾਰੀ ਹੈ ਭਾਵੇਂ ਪ੍ਰਾਈਵੇਟ ਹੈ, ਉੱਥੇ ਸਾਨੂੰ ਥਿਊਰੀ ਪੜ੍ਹਾ ਦਿੰਦੇ ਆ, ਪ੍ਰੈਕਟੀਕਲ ਵਾਲੇ ਪਾਸੇ ਧਿਆਨ ਨਹੀਂ। ਫਿਰ ਬੱਚਾ ਕੰਮ ਕਰਨ ਦੇ ਯੋਗ ਕਿੱਦਾਂ ਬਣੂ? ਉਹ ਕੰਮ ਕਰਨਾ ਚਾਹੁੰਦਾ, ਫੈਕਟਰੀ ਵਾਲਾ ਮਾਲਕ ਕੰਮ ਲੈਣਾ ਚਾਹੁੰਦਾ, ਪਰ ਉਹ ਕੰਮ ਕਰਨ ਦੇ ਯੋਗ ਕਿੱਦਾਂ ਬਣੂ? ਉਹ ਕਨੈਕਸ਼ਨ ਕਿਹਨੇ ਜੋੜਨਾ ਸਰਕਾਰ ਨੇ? ਦੂਸਰਾ ਆਹ ਜਿਹੜੀ ਗੱਲ ਹੈ ਕਿ ਭਾਈ ਹੁਣ ਕਿਹਨੂੰ ਕੱਚਾ ਕਰਨਾ, ਕੰਮ ਘੱਟ ਦੇਣਾ, ਵੱਧ ਦੇਣਾ, ਤਨਖਾਹ ਕਿੰਨੀ ਦੇਣੀ ਹੈ? ਥੋੜ੍ਹੇ ਸਾਲ ਪਹਿਲਾਂ ਪੰਜਾਬ ਸਰਕਾਰ ਨੇ ਅਧਿਆਪਕ ਭਰਤੀ ਕੀਤੇ ਸੀ ਸਰਕਾਰੀ ਸਕੂਲਾਂ 'ਚ, ਮਨੁੱਖੀ ਅਧਿਕਾਰਾਂ ਦਾ ਘਾਣ ਕਿੱਥੇ ਹੁੰਦਾ? ਇਸ ਸਰਕਾਰ ਨੇ ਨਹੀਂ, ਪੁਰਾਣੀਆਂ ਗੱਲ ਹੈ, ਹੋ ਸਕਦਾ ਇਹਨਾਂ ਦੀ ਹੀ ਹੋਵੇ, ਇਹ ਆਪ ਲੱਭਣ ਲੋਕ। ਉਦੋਂ ਦੋ ਤਰ੍ਹਾਂ ਦੇ ਸਰਕਾਰੀ ਸਕੂਲਾਂ 'ਚ ਅਧਿਆਪਕ ਭਰਤੀ ਕੀਤੇ ਗਏ, ਇੱਕ ਨੂੰ ਮਿਲਦੇ ਸੀ ਮੇਰੇ ਖਿਆਲ 4500 ਅਤੇ ਦੂਜਿਆਂ ਨੂੰ 5400 ਦੇ ਕਰੀਬ। ਤੁਸੀਂ ਇਹ ਦੇਖੋ ਕਿ ਜਿਹੜੇ ਬੱਚੇ ਡਬਲ ਐੱਮ ਏ, ਐੱਮ ਐੱਸ ਸੀ, ਬੀ ਐੱਸ ਸੀ, ਬੀ ਐੱਡ, ਐੱਮ ਐੱਡ, ਕਈ ਐੱਮ ਫਿਲ, ਪੀ ਐੱਚ ਡੀ ਵੀ, ਤੁਸੀਂ ਉਹਨਾਂ ਨੂੰ ਜੇ 4500 ਰੁਪਈਆ ਮਹੀਨਾ ਦਿੰਦੇ ਹੋ ਅਤੇ ਉਹਨਾਂ ਨੂੰ ਕਹਿੰਦੇ ਹੋ ਕਿ ਦੇਸ਼ ਦਾ, ਸੂਬੇ ਦਾ ਭਵਿੱਖ ਬਣਾਉਣ ਵਾਲੇ ਬੱਚਿਆਂ ਨੂੰ ਤੁਸੀਂ ਚੰਗੀ ਐਜੂਕੇਸ਼ਨ ਦਿਓ, 150 ਰੁਪਈਆ ਬਣਦਾ। ਕੀ ਭਾਰਤ ਦੀ ਸਰਕਾਰ, ਪੰਜਾਬ ਦੀ ਸਰਕਾਰ ਇਹ ਮੰਨਦੀ ਹੈ ਕਿ 4500 ਰੁਪਈਏ ਨਾਲ ਕਿਸੇ ਦੇ ਪਰਿਵਾਰ ਦਾ ਗੁਜ਼ਾਰਾ ਹੋ ਜੂ? ਉਹ ਵੀ ਬੰਦਾ ਜਿਹੜਾ ਫੁੱਲੀ ਕੁਆਲੀਫਾਈਡ ਹੈ, ਜਿਹੜਾ ਸਾਰੇ ਟੈਸਟ ਪਾਸ ਕਰ ਚੁੱਕਿਆ, 3 ਸਾਲ ਤੁਸੀਂ ਇਹ 'ਤੇ ਗੁਜ਼ਾਰਾ ਕਰੋ, ਜਾਓ ਤੁਸੀਂ 3 ਮਹੀਨੇ ਬਿਨਾਂ ਤਨਖਾਹ ਤੋਂ ਗੁਜ਼ਾਰਾ ਕਰਕੇ ਦਿਖਾਓ, ਜਿੰਨੇ ਐੱਮ ਐੱਲ ਏ ਆ, ਜਿੰਨੇ ਮੰਤਰੀ ਆ, ਮੁੱਖ ਮੰਤਰੀ, ਉਪ ਮੁੱਖ ਮੰਤਰੀ, ਸਾਬਕਾ ਬੰਦੇ ਵੀ ਹੋਣ। ਮੈਨੂੰ ਬਣਾਓ ਮੰਤਰੀ, ਮੈਂ ਕਰ ਲਊ ਬਿਨਾਂ ਤਨਖਾਹ ਤੋਂ। ਜਿੱਥੇ ਵਿਜੀਲੈਂਸ ਤੋਂ ਲਗਾਮ ਨਾ ਲੱਗੀ, ਜਿੱਥੇ ਪੁਲਿਸ ਤੋਂ ਲਗਾਮ ਨਾ ਲੱਗੀ, ਜਿੱਥੇ ਸਾਡੇ ਸਿਆਸੀ ਲੀਡਰਾਂ ਤੋਂ ਲਗਾਮ ਨਾ ਲੱਗੀ, ਲੋਕ ਜਾਂਦੇ ਆ, ਆਹ ਕੰਮ ਕਰਾਉਣਾ ਸੀ, ਅਗਲਾ ਕਹਿੰਦਾ ਹੈ ਨੀ ਸਾਹਿਬ ਘਰ, ਬਾਹਰ ਤੁਰੇ ਆਉਂਦੇ ਆ ਤਾਂ ਮਗਰ ਇੱਕ ਜਾਣ ਕਹਿੰਦਾ ਆ ਜਾ ਰੁਪਈਆ 500 ਲੱਗੂਗਾ, ਉਹ ਕਹਿੰਦੇ ਕੋਈ ਗੱਲ ਨਹੀਂ ਲਾਉਣਾ ਕਿਸਾਨ ਯੂਨੀਅਨ ਵਾਲੇ ਨੇ ਟੈਲੀਫੋਨ, 15 ਮਿੰਟਾਂ 'ਚ ਕੰਮ ਹੋ ਜਾਂਦਾ। ਜੇ ਬਾਬੂ ਕਰਨ ਲੱਗ ਪੈਣਗੇ ਨਾ, ਜਿਹੜੇ ਭ੍ਰਿਸ਼ਟ ਨੇ, ਜਿਹੜੇ ਇਮਾਨਦਾਰ, ਉਹ ਪਹਿਲਾਂ ਵੀ ਕਰਦੇ ਆ, ਕਰਨ ਤੁਸੀਂ ਵੀ ਲੱਭ ਪੈਣਾ। ਮੇਰੀ ਇੱਕ ਗੱਲ ਸੁਣੋ ਤੁਸੀਂ, ਨਹੀਂ ਮੈਂ ਤੁਹਾਡੀ ਗੱਲਾਂ ਸਹਿਮਤ ਹਾਂ ਬਾਠ ਸਾਹਿਬ, ਆਪਾਂ ਸੁਣਨੀ ਨਹੀਂ, ਹੁਣ ਮੈਂ ਸੁਣੋ, ਹੁਣ ਸੁਣਨੀਆਂ ਪੈਂਦੀਆਂ, ਹੁਣ ਸਹਿਮਤ ਹੋ ਗਿਆ, ਤੁਸੀਂ ਅਜੇ ਵੀ ਨਹੀਂ ਮੰਨਦੇ, ਪਰ ਤੁਹਾਨੂੰ ਹੁਣ ਸੁਣੋ, ਮੈਂ ਸਹਿਮਤ ਹੋ ਗਿਆ ਨਾਲ, ਮੈਨੂੰ ਤਾਂ ਬੰਦੇ ਨਾਲ ਸਹਿਮਤ ਹੋ ਜਾਓ ਭਾਈ ਨਾਲ ਲੱਗਦਾ ਹੀ। ਸੰਧਾਲੀਆ ਸਾਹਿਬ, ਇੱਕ ਗੱਲ ਹੈਗੀ ਆ, ਜਿਹੜੀ ਤਬਦੀਲੀ ਹੈ ਨਾ, ਆਪਾਂ ਕੈਬਨਿਟ ਦੀ ਮੀਟਿੰਗ 'ਤੇ ਆਉਣਾ, ਉਹ ਇੰਨੀ ਕੀ ਹੈ ਕਿ ਅੱਗੇ ਲੀਡਰ ਕਿਸੇ ਪ੍ਰੋਗਰਾਮ 'ਚ ਜਾਂਦੇ ਸੀ ਕਿਸੇ ਪਿੰਡ, ਅਤੇ ਸ਼ਾਮ ਨੂੰ ਗੁੱਸੇ ਹੁੰਦੇ ਸੀ, ਉਹ ਕਹਿੰਦੇ ਜੀ ਲੀਡਰ ਸਾਹਿਬ ਗੁੱਸੇ ਖਾਤੋਂ ਨੇ, ਯਾਰ ਉੱਥੇ ਬੰਦੇ ਹੈ ਨਹੀਂ ਬਹੁਤ, ਅਤੇ ਹੁਣ ਜਾਣ ਤੋਂ ਪਹਿਲਾਂ ਪੁੱਛਦੇ ਯਾਰ ਉੱਥੇ ਬੰਦੇ ਤਾਂ ਨਹੀਂ ਹੈਗੇ? ਨਹੀਂ ਯਾਰ, ਮੈਂ ਆ ਸੀਗਾ ਉੱਥੇ, ਬੰਦੇ ਬਹੁਤ ਸੀਗੇ, ਗੱਡੀ ਮੋੜ ਲਈ ਅਸੀਂ ਉੱਥੋਂ। ਪਰ ਦੇਖੋ ਕਾਰਨ ਆ ਬਾਠ ਸਾਹਿਬ, ਇਹ ਕੱਚੇ ਪੱਕੇ ਵਾਲਾ ਰਿਵਾਜ਼ ਵੀ ਨਾ, ਮੈਨੂੰ ਲੱਗਦਾ ਵੀ ਕਿਤੇ ਉਹ ਆਪਣੇ ਹਲਵਾਈ ਭਾਈਚਾਰੇ ਤੋਂ ਸਿੱਖ ਲਿਆ ਉਹਨਾਂ ਨੇ। ਉਹ ਕਿੱਦਾਂ? ਉਹ ਹੁੰਦਾ ਨਹੀਂ, ਮਤਲਬ ਉਹ ਕਹਿੰਦਾ ਵੀ ਯਾਰ ਇੱਦਾਂ ਕਰੋ, ਫਿਰ ਬਰਾਤ ਪਹਿਲਾਂ ਪਕੌੜੇ ਕੱਚੇ ਕਰ ਲਓ, ਕਹਿੰਦਾ ਜਦੋਂ ਬਰਾਤ ਆਉਣੀ ਵਾ ਉਦੋਂ ਫਿਰ ਨਾਲ ਪੱਕੇ ਕਰ ਲਾਂਗੇ। ਉਹ ਕੰਮ ਲੱਗਦਾ ਵੀ ਲੀਡਰਾਂ ਦਾ ਵੀ, ਉਹ ਕਹਿੰਦੇ ਵੀ 4.5-4 ਸਾਲ ਕੱਚੇ ਕਰਕੇ ਰੱਖੋ, ਜਦੋਂ ਜੋ ਇਲੈਕਸ਼ਨਾਂ ਨੇੜੇ ਆਉਣੀਆਂ ਉਦੋਂ ਪੱਕੇ ਕਰ ਲਾਂਗੇ। ਸੰਧਾਲੀਆ ਸਾਹਿਬ, ਜੇ ਤਾਂ ਇੱਦਾਂ ਕੱਚੇ ਕਰ ਪੱਕੇ ਕਰਨੇ ਆ, ਤਾਂ ਫਿਰ ਜਿਹੜਾ ਪਹਿਲੀ ਵਾਰੀ ਬੰਦਾ ਐੱਮ ਐੱਲ ਏ ਬਣਦਾ ਉਹ ਵੀ ਕੱਚਾ ਰੱਖ ਲਿਆ ਕਰੋ, ਜਿਹੜਾ ਬੰਦਾ ਪਹਿਲੀ ਵਾਰੀ ਮੰਤਰੀ ਬਣਦਾ ਉਹ ਵੀ ਕੱਚਾ ਰੱਖ ਲਿਆ ਕਰੋ, ਚਾਹੀਦਾ ਦੇਦੇ ਵੈਸੇ ਗੱਲ ਹੀ ਆ। ਅਤੇ ਹੁਣ ਤੁਸੀਂ ਦੇਖੋ ਕਿ ਅੱਜ ਜਿਹੜੇ ਕੱਚੇ ਕਾਮੇ ਆ, ਉਹਨਾਂ ਦੇ ਮਨ ਦੇ ਵਿੱਚ ਤੌਖਲਾ ਹੈ ਕਿ ਜੇ ਸਾਨੂੰ ਪੱਕੇ ਕਰ ਦੇਣਗੇ, ਕਿਤੇ ਇਹ ਨਾ ਕਹਿਣ ਕਿ 3 ਸਾਲ ਤੁਹਾਨੂੰ ਤਨਖਾਹ 10,000 ਹੀ ਦੇਣੀ ਹੈ, 3 ਸਾਲ ਤੁਹਾਨੂੰ ਤਨਖਾਹ 15,000 ਹੀ ਦੇਣੀ ਹੈ। ਅਤੇ ਇਹਦੇ ਤੋਂ ਵੀ ਵੱਡੀ ਗੱਲ ਕਿ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਸਰਕਾਰੀ ਵਿਭਾਗਾਂ 'ਚ ਕੰਮ ਕਰਦੇ ਆ ਪਰ ਆਊਟਸੋਰਸ
ਕੰਪਨੀ ਨੇ ਅੱਗੇ ਬੰਦੇ ਭਰਤੀ ਕੀਤੇ ਆ ਕਹਿਣ ਨੂੰ ਤਾਂ ਸਰਕਾਰੀ ਵਿਭਾਗ 'ਚ ਕੰਮ ਕਰਦੇ ਆ ਪਰ ਨਰੋਲ ਪ੍ਰਾਈਵੇਟ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਘੱਟ ਨੇ ਚਾਹੇ ਸਾਡੇ ਮੀਟਰਾਂ ਦੀ ਰੀਡਿੰਗ ਲੈਣ ਆਉਂਦੇ ਆ ਚਾਹੇ ਹੋਰ ਬਿਜਲੀ ਬੋਰਡ ਦੇ ਵਿੱਚ ਬਹੁਤ ਬੜੇ ਡਿਪਾਰਟਮੈਂਟ ਨੇ ਹੁਣ ਉਹਨਾਂ ਦਾ ਨੰਬਰ ਐਤਕੀ ਵੀ ਨਹੀਂ ਲੱਗਣ ਲੱਗਣਾ ਪਰ ਘੱਟੋ ਘੱਟ ਕੋਈ ਨਿਯਮ ਕੋਈ ਕਾਨੂੰਨ ਕਿ ਇਹਨਾਂ ਨੂੰ ਉਨੀ ਕੁ ਉਜਰਤ ਮਿਹਨਤ ਅੰਨਾ ਪਾਈ ਜ਼ਰੂਰ ਦੇ ਦਿਓ ਇਹਨਾਂ ਦੇ ਘਰ ਦਾ ਗੁਜ਼ਾਰਾ ਹੋ ਸਕੇ ਪਰ ਉਹਦੇ ਪਾਸੇ ਧਿਆਨ ਹੈ ਨਹੀਂ ਇੱਕ ਆਪਾਂ ਇੱਧਰ ਸ਼ਬਦ ਸੁਣਦੇ ਨਾ ਮਿਨੀਮਮ ਵੇਜ ਉਹ ਆਪਣੇ ਭਾਰਤ ਦੇਸ਼ ਮਹਾਜ 'ਚ ਮੈਂ ਕਦੀ ਸੁਣਿਆ ਨਹੀਂ ਲੈ ਉੱਥੇ ਮਹਾਰਾਜ ਉੱਥੇ ਕਿੱਥੋਂ ਸੁਣਨੀ ਹੈ ਤੁਸੀਂ ਗੱਲ ਮਿਨੀਮਮ ਵੇਜ ਨਹੀਂ ਮੈਕਸੀਮਮ ਦੱਸੋ ਕਿੰਨੀ ਚਾਹੀਦੀ ਹੈ ਅੱਛਾ ਹਾਂ ਨਹੀਂ ਮੈਕਸੀਮਮ ਤਾਂ ਫਿਰ ਉਹ ਆਪਣੇ ਲਈ ਸੈੱਟ ਕਰ ਲੈਂਦੇ ਨੇ ਵੀ ਇਸ ਵਾਰ MLA ਦੀ ਤਨਖਾਹਾਂ ਭੱਤੇ ਇੰਨੇ ਹੋਣਗੇ ਗੱਡੀ ਥੋੜ੍ਹੀ ਪੁਰਾਣੀ ਹੋ ਗਈ ਉਹ ਹੁਣ ਮਹਿੰਗੀ ਲਵਾਂਗੇ ਖਰਚੇ ਵਧਣ ਕਰਕੇ ਤਨਖਾਹਾਂ ਦੇ ਵਿੱਚ ਵਾਧਾ ਕੀਤਾ ਗਿਆ ਸਾਰੇ ਕਹਿੰਦੇ ਹਾਂਜੀ ਕਰ ਹੀ ਲੈਣਾ ਚਾਹੀਦਾ ਹਾਂ ਇਹ ਕਰ ਲਓ ਛੇਤੀ ਕਰ ਲਓ ਫਿਰ ਅਸੀਂ ਕਿਸੇ ਹੋਰ ਮੁੱਦੇ 'ਤੇ ਮੁਰਦਾਬਾਦ ਕਰਕੇ ਬਾਹਰ ਜਾਣਾ ਚਲੋ ਅਜੇ ਕੁਦਰਤੀ ਮੈਨੂੰ ਯਾਦ ਆ ਗਿਆ ਵਿਧਾਨ ਸਭਾ ਦਾ ਸੈਸ਼ਨ ਯਾਰ ਹੋਣਾ ਸੀ ਮੈਨੂੰ ਪਤਾ ਕੀ ਚੇਤਾ ਆ ਅੱਜ ਜਦੋਂ ਬੰਦੇ ਪੱਕੇ ਕਰਨੇ ਆ ਕਹਿੰਦੇ ਆ 62-63-64-6500 ਬੱਚੇ ਪੰਜਾਬ ਦੇ ਨੌਜਵਾਨ ਗੱਭਰੂ ਉਹਨਾਂ ਨੇ ਫਾਈਲਾਂ ਲਾਈਆਂ ਕਿ ਸਾਨੂੰ ਤਰਸ ਦੇ ਆਧਾਰ ਦੇ ਉੱਤੇ ਨੌਕਰੀਆਂ ਦਿਓ ਮੈਨੂੰ ਨਹੀਂ ਪਤਾ ਉਹਨਾਂ ਨੂੰ ਮਿਲਣੀਆਂ ਕਿ ਨਹੀਂ ਮਿਲਣੀਆਂ ਨਾ ਮੈਂ ਕਿਸੇ ਦਾ ਨਾਂ ਲੈਣਾ ਕਹਿੰਦੇ ਆ ਕਿ ਪੰਜਾਬ ਦੇ ਇੱਕ ਬਹੁਤ ਵੱਡੇ ਸੱਤਾਧਾਰੀ ਧਿਰ ਦੇ ਲੀਡਰ ਨੇ ਖੌਰੇ ਮੰਤਰੀ ਵੀ ਹੈ ਕਿ ਉਹਨਾਂ ਦੇ ਜਵਾਈ ਭਾਈ ਨੂੰ ਹੋ ਸਕਦਾ ਕਿ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਮਿਲ ਜਾਏ ਉਹ ਵੱਖਰੀ ਗੱਲ ਹੈ ਵੀ ਕੋਈ ਨਹੀਂ 34-35 ਏਕੜ ਕਹਿੰਦੇ ਜ਼ਮੀਨ ਆ ਇੱਕ ਅੱਧਾ ਸ਼ਹਿਰ ਦੇ ਵਿੱਚ ਕੋਠੀ ਹੈ ਇੱਕ ਅੱਧਾ ਗੋਦਾਮ ਆ ਆਹੋ ਫੇਰ ਤਾਂ ਚਾਹੀਦੀ ਯਾਰ ਹੈ ਨਾ ਫੇਰ ਤਾਂ ਚਾਹੀਦੀ ਹੈ ਬਾਕੀਆਂ ਨੂੰ ਨਹੀਂ ਚਾਹੀਦੀ ਨਹੀਂ ਨਹੀਂ ਬਾਕੀਆਂ ਦੀ ਨਹੀਂ ਗੱਲ ਮੈਂ ਇੱਕ ਬੰਦੇ ਫੇਰ ਤਾਂ ਚਾਹੀਦੀ ਹੈ ਅੱਛਾ ਹੁਣ ਤੁਸੀਂ ਆਪ ਦੂਜੇ ਪਾਸੇ ਅੱਛਾ ਮੈਂ ਇਹ ਗੱਲ ਸੋਚਦਾ ਸੀਗਾ ਵੀ ਇਹ ਸਾਰੇ ਕੁਝ ਦੇ ਵਿੱਚ ਆਪਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈ ਆ ਜਾਓ ਦੇਖੋ ਉਹਨਾਂ ਨੇ ਨਾ ਪੱਕੀ ਇੱਕ ਪੁੜੀ ਬਣਾ ਲਈ ਉਹ ਜਿੱਦਾਂ ਹੁੰਦਾ ਨਾ ਵੀ ਇੱਕ ਮੰਨ ਲਓ ਵੀ ਪੱਕਾ ਡਾਕਟਰ ਉਹਦੀ ਇੱਕ ਪੁੜੀ ਚੱਲ ਜਾਂਦੀ ਕਹਿੰਦਾ ਵੀ ਆਹ ਸਾਰੀਆਂ ਦਵਾਈਆਂ ਦੀ ਜੜ ਹੈ ਭਾਈ ਸਾਹਿਬ ਜਿਹੜਾ ਵੀ ਕੋਈ ਮਰੀਜ਼ ਆ ਗਿਆ ਇਹਨੂੰ ਇਹੋ ਦੇਣੀ ਵੀ ਸਿਰ ਪੀੜ ਤਾਂ ਵੀ ਇਹੀ ਪੁੜੀ ਢਿੱਡ ਪੀੜ ਤਾਂ ਵੀ ਇਹੀ ਪੁੜੀ ਲੱਤ ਪੀੜ ਤਾਂ ਵੀ ਇਹੀ ਪੁੜੀ ਹੁਣ ਉਹੀ ਪੁੜੀ ਕੇਜਰੀਵਾਲ ਸਾਹਿਬ ਨੇ ਜਦੋਂ ਪੰਜਾਬ ਆਏ ਸੀ ਨਵੀਂ ਨਵੀਂ ਬੰਨੀ ਕਹਿੰਦੇ 300 ਯੂਨਿਟ ਬਿਜਲੀ ਮਾਫ਼ ਕਰ ਦੇਣੀ ਹੈ ਅਗਲੇ ਦਿਨ ਬੜਾ ਰੌਲਾ ਵੀ ਬੱਲੇ ਬੱਲੇ ਉਹ ਗੱਲ ਵੱਖਰੀ ਵਿਚਾਰੇ ਪੰਜਾਬ ਵਾਲੇ ਲੀਡਰਾਂ ਨੇ ਬਾਅਦ 600 ਕਰਕੇ ਸੁਣਾਇਆ ਯਾਰ ਬਿੱਲ ਦੋਵੇਂ ਮਹੀਨੇ ਲਈਦਾ 301 ਦਾ 300 ਦੋਵਾਂ ਦਾ ਦੋਵੇਂ ਮਹੀਨੇ 600 ਯੂਨਿਟ ਮਾਫ਼ ਹੋ ਜਾਣਾ ਵੀ ਬੱਲੇ ਬੱਲੇ ਕਹੋ ਜਿੰਦਾਬਾਦ ਕੇਜਰੀਵਾਲ ਉਦੋਂ ਬਾਅਦ ਕੇਜਰੀਵਾਲ ਸਾਹਿਬ ਉੱਤਰਾਖੰਡ ਗਏ ਤਾਂ ਇਹੀ ਗੋਆ ਗਏ ਤਾਂ ਇਹੀ ਹੁਣ UP ਗਏ ਆ ਅਤੇ UP ਜਾ ਕੇ ਵੀ ਇਹੀ ਗੋਲੀ ਦਵਾਈ ਕਹਿੰਦੇ ਵੀ 300 ਯੂਨਿਟ 32 ਮਾਫ਼ ਨਾਲ ਇੱਕ ਹੋਰ ਛੱਡਾ ਸ਼ਗੂਫਾ ਕਹਿੰਦੇ ਕਿਸਾਨੀ ਖੇਤੀ ਲਈ ਵੀ ਬਿਜਲੀ ਮਾਫ਼ ਮਤਲਬ ਇਹ ਵੀ ਉਹਨਾਂ ਨੇ ਦੇਖਿਆ ਹੋਣਾ ਵੀ ਯਾਰ ਪੰਜਾਬ ਕਿੰਨਾ ਖੁਸ਼ਹਾਲ ਕਰਤਾ ਅਸੀਂ ਫ੍ਰੀ ਬਿਜਲੀ ਦੇ ਕੇ UP ਵਾਲੇ ਰਹਿ ਗਏ ਸੀ ਦੋ ਚੀਜ਼ਾਂ ਹੋਰ 24 ਘੰਟੇ ਬਿਜਲੀ ਅਤੇ ਨਾਲ ਜਿਹਨਾਂ ਦੇ ਪਿਛਲੇ ਬਕਾਏ ਆ ਕਹਿੰਦੇ ਉਹ ਵੀ ਮਾਫ਼ ਕਰ ਦਿਆਂਗੇ ਜਿਹਨਾਂ ਲੋੜ ਹੀ ਨਹੀਂ ਲੋੜ ਹੀ ਨਹੀਂ ਹੁਣ ਤੁਸੀਂ ਦੇਖੋ ਕਿ ਕਿਆ ਕਮਾਲ ਦੀ ਗੱਲ ਹੈ ਇੱਕ ਦਿਨ ਪਹਿਲਾਂ ਉੱਥੇ ਤਿਰੰਗਾ ਯਾਤਰਾ ਹੁੰਦੀ ਹੈ ਅਯੋਧਿਆ 'ਚ ਉਹਦੇ ਤੋਂ ਪਹਿਲਾਂ ਲਖਨਊ 'ਚ ਹੁੰਦੀ ਹੈ ਉਹਦੇ ਤੋਂ ਪਹਿਲਾਂ ਨੋਇਡਾ 'ਚ ਹੁੰਦੀ ਹੈ ਸੰਜੇ ਸਿੰਘ ਅਤੇ ਮਨੀਸ਼ ਸਿਸੋਦੀਆ ਸਾਹਿਬ ਲੱਗੇ ਹੈ ਹੁਣ ਉੱਤਰ ਪ੍ਰਦੇਸ਼ ਦੇ ਵਿੱਚ ਜੇ ਆਪਾਂ ਮੁਫ਼ਤ ਬਿਜਲੀ ਦੇਣੀ ਆ ਦਓ ਕੋਈ ਬੰਦਾ ਮਨਾ ਨਹੀਂ ਕਰਦਾ ਪਰ ਆਪਣਾ ਸਵਾਲ ਤਾਂ ਹਮੇਸ਼ਾ ਇੱਕੋ ਹੀ ਹੁੰਦਾ ਕਿ ਦੇਣੀ ਕਿੱਥੋਂ ਆ ਬਜਟ ਕਿੱਥੋਂ ਆਉਣਾ ਪੈਸੇ ਕਿੱਥੋਂ ਆਉਣੇ ਆ ਕੀ ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਇੱਕੋ ਇੱਕ ਸਮੱਸਿਆ ਕਿ ਉਹਨਾਂ ਨੂੰ ਮੁਫ਼ਤ ਬਿਜਲੀ ਦੇਣ ਦੇ ਨਾਲ ਉਹ ਹੱਲ ਹੋ ਜਾਂਦੀ ਹੈ ਅਤੇ ਨਾਲ ਘੱਟ ਕੋਈ ਵੀ ਨਹੀਂ ਹੈਗਾ ਉੱਧਰ ਯੋਗੀ ਆਦਿੱਤਿਆ ਨਾਥ ਹੋਰੀ ਕਿਉਂਕਿ ਸੱਤਾਧਾਰੀ ਨੇ ਐਤਕੀ ਉਹਨਾਂ ਨੇ ਲੋਕਾਂ ਤੋਂ ਫਿਰ ਫਤਵਾ ਲੈਣਾ ਕਿ ਭਾਈ ਮੈਂ ਐਜ਼ ਏ ਚੀਫ ਮਿਨਿਸਟਰ ਕਿੰਨਾ ਕੁ ਚੰਗਾ ਕੰਮ ਕਰਨ 'ਚ ਕਾਮਯਾਬ ਹੋਇਆ ਮੈਨੂੰ ਨਹੀਂ ਪਤਾ ਕਿ ਕਿਸਾਨਾਂ ਦੀ ਸਮੱਸਿਆ ਨੂੰ ਕੋਈ ਸਮੱਸਿਆ ਸਮਝਦਾ ਕਿ ਨਹੀਂ ਸਮਝਦਾ ਕਹਿੰਦੇ ਆ ਕਿ 8,000 ਕਿਸਾਨਾਂ ਦੇ ਉੱਤੋਂ ਉਹ ਕੇਸ ਵਾਪਸ ਲੈਣ ਲੱਗੇ ਆ ਜਿਨ੍ਹਾਂ 'ਤੇ ਪਰਚੇਸ ਕਰਕੇ ਦਰਜ ਹੋਏ ਸੀ ਕਿ ਭਾਈ ਤੁਸੀਂ ਆਪਣੇ ਖੇਤਾਂ 'ਚ ਪਰਾਲੀ ਸਾੜੀ ਹੈ ਜੇ ਤਾਂ ਉਹ ਕਾਨੂੰਨ ਅਪਰਾਧ ਸੀ ਫਿਰ ਇਹਦਾ ਮਤਲਬ ਤੁਸੀਂ ਕੋਈ ਹੱਲ ਕੱਢ ਲਿਆਉਣਾ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਮੈਂ ਕੈਪਸੂਲ ਬਣਾ ਲਿਆ ਮੈਂ ਮਾੜਾ ਜਿਹਾ ਛਿੜਕਾਅ ਕਰੀਦਾ ਤਾਂ ਕੰਮ ਠੀਕ ਹੋ ਜਾਂਦਾ ਕੀ ਉਹ ਪਰਚੇ ਉਦੋਂ ਹੀ ਵਾਪਸ ਲੈ ਲੈਣੇ ਆ ਜਾਂ ਫਿਰ ਤੁਸੀਂ ਐਤਕੀ ਪਰਾਲੀ ਨਾ ਸੜਨ ਦੇਣ ਦਾ ਕੋਈ ਅਲਟਰਨੇਟਿਵ ਲੱਭ ਲਿਆ ਕੋਈ ਬਦਲ ਲੱਭ ਲਿਆ ਕੋਈ ਪ੍ਰਬੰਧ ਕਰ ਲਿਆ ਜਾਂ ਫਿਰ ਇਲੈਕਸ਼ਨ ਨੇੜੇ ਆ ਜੇ ਪੰਜਾਬ ਵਾਲੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਦੀ ਕੋਸ਼ਿਸ਼ ਕਰ ਸਕਦੇ ਲੈ ਪਰਚੇ ਤਾਂ ਵਾਪਸ ਲੈ ਸਕਦੇ ਆ ਨਹੀਂ ਤੇ ਉਹ ਤਾਂ ਵਧੀਆ ਉਹਦੇ 'ਚ ਕਿਹੜੀ ਗੱਲ ਉਹ ਕਹਿੰਦੇ ਬਰਾਤ ਆਉਣ ਵਾਲੇ ਕਹਿੰਦੇ ਕਿੱਦਾਂ ਫਿਰ ਕਹਿੰਦਾ ਜੀ ਬਸ ਇਹਨੂੰ ਪਕੌੜੇ ਕੱਚੇ ਕੀਤੇ ਪੱਕੇ ਕਰ ਲਓ ਉਹ ਵੀ ਤਾਂ ਪੱਕੇ ਹੀ ਕਰਨ ਡਿਆ ਪਰ ਇੱਕ ਗੱਲ ਹੈਗੀ ਹੈ ਵਾਟ ਸਾਹਿਬ ਇਹ ਕੁੱਲ ਮਿਲਾ ਕੇ ਜੋ ਕੁਛ ਵੀ ਸਿਆਸਤ ਹੈ ਇਸ ਵੇਲੇ ਜਿੱਧਰ ਨੂੰ ਵੀ ਜਾ ਰਹੀ ਹੈ ਹਰੇਕ ਥਾਂ ਦੇ ਉੱਪਰ ਚਰਚਾ ਇਹੀ ਆ ਵੀ ਘੁੰਮ ਘੁੰਮਾ ਕੇ ਕਿਸ ਤਰ੍ਹਾਂ ਆਪਾਂ ਨੂੰ ਵੋਟਾਂ ਮਿਲ ਜਾਣ ਹੋਰ ਕੁਛ ਹੋਵੇ ਚਾਹੇ ਨਾ ਹੋਵੇ ਹੁਣ ਜੇ ਆਪਾਂ ਗੱਲ UP ਦੀ ਕੀਤੀ ਹੈ ਤਾਂ UP ਕਹਿੰਦੇ ਗਾਂਧੀ ਪਰਿਵਾਰ 'ਚੋਂ ਇੱਕ ਹੋਰ ਪਰਿਵਾਰਕ ਮੈਂਬਰ ਐਤਕੀ ਸ਼ਾਇਦ ਉਹਨਾਂ ਨੂੰ ਵਿਧਾਨ ਸਭਾ ਵਾਲੇ ਕਾਗਜ਼ ਭਰਾ ਦੇਣੇ ਆ ਅਤੇ ਜੇ ਉਹ ਜਿੱਤ ਜਾਂਦੇ ਆ ਤਾਂ ਫਿਰ ਕਾਂਗਰਸ ਦੀ ਸਰਕਾਰ ਉੱਥੇ ਬਣਨੀ ਹੈ ਮੁੱਖ ਮੰਤਰੀ ਫਿਰ ਉਹਨਾਂ ਨੇ ਬਣਾਉਣਗੇ ਦੇਖੋ ਤੁਸੀਂ ਬੀਬੀ ਪ੍ਰਿਯੰਕਾ ਗਾਂਧੀ ਦਾ ਸਿੱਧਾ ਜ਼ਿਕਰ ਨਹੀਂ ਕੀਤਾ ਪਰ ਐਤਕੀ ਇੰਚਾਰਜ ਉਹ ਨੇ ਵੈਸੇ ਪਿਛਲੀਆਂ ਲੋਕ ਸਭਾ ਚੋਣਾਂ 'ਚ ਵੀ ਸੀਗੇ ਆਹ ਮੈਂ ਤਦੇ ਆਖਿਆ ਵੀ ਪਿਛਲੀ ਵਾਰ ਵੀ ਤੇ ਉਹ ਵੀਰ ਜੀ ਵੀ ਤੇ ਉਦੋਂ ਹੀ ਹਾਰੇ ਨੇ ਉਦੋਂ ਹੀ ਹੈ ਨਾ ਅਤੇ ਹੁਣ ਤੁਸੀਂ ਦੇਖੋ ਕਾਂਗਰਸੀਆਂ ਦੇ ਵਿੱਚ ਕਿਉਂਕਿ ਪ੍ਰਸ਼ਾਂਤ ਕਿਸ਼ੋਰ ਨੇੜੇ ਹੋ ਕੇ ਸਲਾਹ ਦਿੰਦੇ ਆ
ਹਜੇ ਅੰਦਰੋਂ ਹੋ ਕੇ ਨਹੀਂ ਦਿੰਦੇ ਹਜੇ ਨੇੜਿਓਂ ਹੋ ਕੇ ਦਿੰਦੇ ਆ ਜਿੱਦਾਂ ਹੁੰਦਾ ਨਾ ਕਾਂਧੇ ਉੱਤੋਂ ਦੀਆਂ ਸਾਗ ਵਾਲੀ ਕੌਲੀ ਫੜ ਲਓ ਹਜੇ ਘੁੱਟਣ ਨਹੀਂ ਲੱਗੇ ਘਰੇ ਜਾ ਕੇ ਕਾਂਗਰਸ 'ਤੇ ਕਈ ਬੰਦੇ ਕਹਿੰਦੇ ਆ ਕਿ ਭਾਈ ਉਹਨਾਂ ਨੂੰ ਵੱਡਾ ਅਹੁਦਾ ਮਿਲਣਾ ਹੁਣ ਪਤਾ ਲੱਗਾ ਕਿ ਪ੍ਰਸ਼ਾਂਤ ਕਿਸ਼ੋਰ ਨੇ ਵੀ ਇਹੀ ਸਲਾਹ ਦਿੱਤੀ ਆ ਕਿ 80 ਲੋਕ ਸਭਾ ਦੀਆਂ ਸੀਟਾਂ ਨੇ ਕਿਉਂਕਿ ਸਾਰਾ ਗਾਂਧੀ ਪਰਿਵਾਰ ਕਹਿੰਦਾ ਸੀ ਹਾਂ ਇੱਦਾਂ ਥੋੜ੍ਹੀ ਅੱਜ ਤੱਕ ਨਹੀਂ ਗਾਂਧੀ ਪਰਿਵਾਰ 'ਚੋਂ ਕਿਸੇ ਨੇ ਵਿਧਾਨ ਸਭਾ ਦੀ ਚੋਣ ਲੜੀ ਲੋਕ ਸਭਾ ਦੀ ਲੜਦੇ ਆ ਜਾਂ ਰਾਜ ਸਭਾ ਜਾਣਗੇ ਆਪਾਂ ਵਿਧਾਨ ਸਭਾ 'ਚ ਥੋੜ੍ਹੇ ਲੜਾਂਗੇ ਪਰ ਸਲਾਹਾਂ ਦੇਣ ਵਾਲੇ ਕਹਿੰਦੇ ਆ ਨਹੀਂ ਜੇ ਗਾਂਧੀ ਪਰਿਵਾਰ ਦਾ ਕੋਈ ਮੈਂਬਰ ਚੋਣ ਲੜੇਗਾ ਸਾਰੀ ਪਾਰਟੀ 'ਚ ਰੂਹ ਫੂਕੀ ਜਾਊਗੀ ਤੁਸੀਂ 2022 ਨਾ ਦੇਖੋ 24 ਦੀਆਂ ਲੋਕ ਸਭਾ ਚੋਣਾਂ ਦੇਖੋ ਜੇ ਆਪਾਂ ਯੂਪੀ 'ਚ ਪੈਰ ਲਾ ਗਏ ਸਰਕਾਰ ਬਣਾਉਣ ਨਾਲ ਵੱਧ ਸਕਦੇ ਹਾਂ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਕੀ ਬੀਬੀ ਪ੍ਰਿਯੰਕਾ ਗਾਂਧੀ ਚੋਣ ਲੜਨਗੇ ਜੇ ਲੜਨਗੇ ਤਾਂ ਕਿੱਥੋਂ ਲੜਨਗੇ ਦੋ ਹਲਕੇ ਨੇ ਇੱਕ ਰਾਏਬਰੇਲੀ ਦਾ ਇੱਕ ਅਮੇਠੀ ਦਾ ਅਮੇਠੀ ਨੂੰ ਇਸ ਕਰਕੇ ਸੁਰੱਖਿਅਤ ਸਮਝਦੇ ਆ ਕਿ 1977 ਅਤੇ 2019 ਤੋਂ ਇਲਾਵਾ ਅੱਜ ਤੱਕ ਕਦੇ ਕਾਂਗਰਸ ਉੱਥੋਂ ਹਰੀ ਨਹੀਂ ਇੱਕ ਵਾਰੀ ਐਮਰਜੈਂਸੀ ਤੋਂ ਤੁਰੰਤ ਬਾਅਦ ਇੱਕ ਵਾਰ ਜਦੋਂ ਭਾਰਤੀ ਜਨਤਾ ਪਾਰਟੀ ਨੇ ਬੀਬੀ ਸਮ੍ਰਿਤੀ ਇਰਾਨੀ ਦੇ ਰਾਹੀਂ ਰਾਹ ਰੋਕ ਲਿਆ ਰਾਹੁਲ ਗਾਂਧੀ ਦਾ ਇਹਦੇ ਤੋਂ ਬਿਨਾਂ ਕਦੇ ਕਾਂਗਰਸ ਨਹੀਂ ਹਰੀ ਇਸ ਕਰਕੇ ਉਹ ਸੁਰੱਖਿਅਤ ਮੰਨਿਆ ਜਾਂਦਾ ਦੂਸਰੀ ਸੀਟ ਆ ਰਾਏਬਰੇਲੀ ਦੀ ਜਿੱਥੋਂ ਬੀਬੀ ਸੋਨੀਆ ਗਾਂਧੀ ਜਿੱਤੇ ਨੇ ਉਹ ਸੀਟ ਤੋਂ ਕਈ ਕਾਂਗਰਸੀ ਇਸ ਕਰਕੇ ਗੁਣਾ ਪਾਉਂਦੇ ਆ ਕਿ ਭਾਈ ਬੀਬੀ ਪ੍ਰਿਯੰਕਾ ਗਾਂਧੀ ਚੋਣ ਇੱਥੋਂ ਲੜੇ ਕਿਉਂਕਿ ਬੀਬੀ ਸੋਨੀਆ ਗਾਂਧੀ ਦੀ ਸਿਹਤ ਠੀਕ ਨਹੀਂ ਰਹਿੰਦੀ ਬਹੁਤਾ ਆਇਆ ਜਾਇਆ ਗਿਆ ਨਹੀਂ ਉੱਥੋਂ ਵੀ ਜਦੋਂ ਦਾ ਦੇਸ਼ ਆਜ਼ਾਦ ਹੋਇਆ ਜਦੋਂ ਦੀਆਂ ਲੋਕ ਸਭਾ ਚੋਣਾਂ ਹੋਣ ਲੱਗੀਆਂ ਸਿਰਫ 3 ਵਾਰੀ ਕਾਂਗਰਸ ਹਰੀ ਹੈ ਬਾਕੀ ਹਰ ਵਾਰੀ ਕਾਂਗਰਸ ਪਾਰਟੀ ਅਤੇ ਖਾਸ ਤੌਰ 'ਤੇ ਗਾਂਧੀ ਪਰਿਵਾਰ ਉੱਥੋਂ ਜਿੱਤਦਾ ਆਇਆ ਹੁਣ ਜੇ ਬੀਬੀ ਪ੍ਰਿਯੰਕਾ ਗਾਂਧੀ ਚੋਣ ਲੜਦੇ ਆ ਰਿਸਕ ਤਾਂ ਹੈਗਾ ਕਿਉਂਕਿ ਜੇ ਜਿੱਤ ਜਾਂਦੇ ਆ ਕਾਂਗਰਸ ਪਾਰਟੀ 'ਚ ਹੋ ਸਕਦਾ ਰੂਹ ਫੂਕੀ ਜਾਏ ਪਰ ਜੇ ਕਿਤੇ ਬੈਕ ਗੇਅਰ ਲੱਗ ਗਿਆ ਫਿਰ ਇਹਦੀ ਹੁੰਦੀ ਆਸ ਵੀ ਉੱਡ ਜਾਣੀ ਆ ਅਤੇ ਆਹ ਜਿਹੜਾ ਤੁਸੀਂ ਸ਼ਬਦ ਦੋਹਰਾ ਵਰਤਿਆ ਨਾ ਵੀ ਰੂਹ ਫੂਕਣ ਦੀ ਗੱਲ ਕਰ ਰਹੇ ਨੇ ਮੈਨੂੰ ਇਹ ਯਾਦ ਆ ਵੀ ਦੇਖੋ ਕੋਲ ਮਿਲਾ ਕੇ ਕਾਂਗਰਸ ਪਾਰਟੀ ਇੱਧਰ ਉੱਧਰ ਜਦੋਂ ਸੀਟਾਂ ਲੱਭਣ ਜਾਂਦੀ ਹੈ ਅਤੇ ਉਹਦੇ ਵੀ ਲਗਭਗ ਲੱਭਦੀਆਂ ਨਹੀਂ ਅਤੇ ਹੁਣ ਤਾਂ ਉਹ ਜਿਸ ਹਿਸਾਬ ਨਾਲ ਵਿਰੋਧੀ ਨੇ ਉਹ ਤਾਂ ਕਹੀ ਰਹੇ ਵੀ ਸ਼ਬਦ ਵਰਤ ਲੈਂਦੇ ਵੀ ਆਪਾਂ ਖਤਮ ਕਰ ਦੇਣੀ ਕਾਂਗਰਸ ਭਾਈ ਸਾਹਿਬ ਜਿਹੜੀ ਮਾੜੀ ਮੋਟ ਰਹਿ ਗਈ ਜੀ ਇਹਦਾ ਮਤਲਬ ਵੀ ਜਦੋਂ ਖਤਮ ਹੁੰਦਾ ਬੰਦਾ ਜਾਂ ਖਤਮ ਹੁੰਦੀ ਹੈ ਚੀਜ਼ ਮਤਲਬ ਯਾਰ ਫੂਕਤੀ ਖਤਮ ਹੋ ਗਈ ਅਤੇ ਫਿਰ ਇਹ ਕਿਹਾ ਜਾਂਦਾ ਵੀ ਸਰੀਰ ਹੀ ਫੂਕਿਆ ਜਾਂਦਾ ਰੂਹ ਥੋੜ੍ਹਾ ਕਦੀ ਫੂਕੀ ਜਾਂਦੀ ਮੈਨੂੰ ਲੱਗਦਾ ਵੀ ਜੇ ਐਤਕੀ ਆਹ ਵਾਲਾ ਪੰਗਾ ਪੀ ਕੇ ਸਾਹਿਬ ਦੀ ਸਲਾਹ 'ਤੇ ਲੈ ਲਿਆ ਅੱਗੇ ਉਹਨਾਂ ਦੀ ਮਤਲਬ ਇੰਚਾਰਜ ਜੀ ਦੇ ਵਿੱਚ ਵੀਰ ਜੀ ਹਰ ਗਏ ਅਤੇ ਜੈਦ ਕੀ ਭੈਣ ਜੁੜੀ ਮੈਂ ਹਰ ਗਏ ਇਹ ਨਾ ਵੇ ਰੂਹ ਸੱਚੀ ਫੂਕੀ ਜਾਵੇ ਕੰਮ ਹੀ ਹੋ ਜਾਵੇ ਦੂਜਾ ਹੀ ਕੰਮ ਨਾ ਹੋ ਜਾਵੇ ਵੀ ਸਰੀਰ 'ਤੇ ਗਿਆ ਹੈ ਕਿ ਅਸੀਂ ਹੁਣ ਤਾਂ ਰੂਹ ਵੀ ਫੂਕੀ ਗਈ ਮੈਂ ਤਾਂ ਕਹਿਣਾ ਵੀ ਉੱਥੇ ਹੋ ਸਕਦਾ ਵੀ ਮੇਰੀ ਗੱਲ ਨਾਲ ਕੋਈ ਸਹਿਮਤ ਹੋਵੇ ਨਾ ਹੋਵੇ ਪਰ ਮੈਨੂੰ ਇਹ ਲੱਗਦਾ ਵੀ ਯਾਰ ਕਿਸੇ ਵੇਲੇ ਜੇ ਆਪਾਂ ਨੂੰ ਜਾਪਦਾ ਵੀ ਹੁਣ ਨਹੀਂ ਗੱਲ ਬਣ ਰਹੀ ਨਹੀਂ ਗੱਲ ਬਣ ਰਹੀ ਅਤੇ ਕਿਸੇ ਨਾਲ ਸਿਰ ਜੋੜ ਕੇ ਕਿਸੇ ਨਾ ਕਿਸੇ ਨੂੰ ਲੀਡਰ ਮੰਨ ਕੇ ਨਾਲ ਤੋਰਿਆ ਜਾ ਸਕਦਾ ਤੁਸੀਂ ਆਪਣਾ ਸੂਤ ਲਾਉਂਦੇ ਰਿਹਾ ਕਰੋ ਉਹਨੇ ਮੈਂ ਗਾਂਧੀ ਪਰਿਵਾਰ ਤੋਂ ਬਿਨਾਂ ਕੇ ਹੋਣ ਲੈ ਮਮਤਾ ਬੈਨਰਜੀ ਦੀ ਗੱਲ ਕਰਦਾ ਮੈਂ ਉੱਥੇ ਠੀਕ ਹੈ ਮਮਤਾ ਬੈਨਰਜੀ ਵੀ ਉਦੋਂ ਉੱਥੇ ਹੀ ਹੈ ਨਾ ਉਹ ਵੀ ਤਾਂ ਇਸ ਵਕਤ ਸਮਾਜਵਾਦੀ ਪਾਰਟੀ ਨਾਲ ਗੱਠਜੋੜ ਚੱਲਦਾ ਪਿਆ ਜੀ ਉਸੇ ਗੱਠਜੋੜ 'ਚ ਉਹ ਕਹਿੰਦੇ ਪੰਨੂ ਸਾਹਿਬ ਜਿੱਦਾਂ ਜ਼ਿਕਰ ਕਹਿੰਦਾ ਵਾਕ 'ਚ ਕੱਟੀ ਵਾਲੀ ਗੱਲ ਉਹ ਕੱਟੀ ਲਾ ਲੈਣੀ ਚਾਹੀਦੀ ਜੇ ਨਹੀਂ ਗੱਲ ਬਣਦੀ ਤੇ ਆਪੇ ਤੋਰ ਲਓ ਗੱਲ ਗਾਹ ਆਹੋ ਅੱਜ ਕੱਟੀ ਕੱਲ੍ਹ ਨੂੰ ਮੱਝ ਬਣੂ ਫਿਰ ਮਗਰ ਹੋ ਜਾਣੇ ਆਹੋ ਚਲੋ ਸੰਧਾ ਵਾਲੀਆ ਸਭ ਕੁੱਲ ਮਿਲਾ ਕੇ ਜੇ ਆਪਾਂ ਉੱਤਰ ਪ੍ਰਦੇਸ਼ 'ਚੋਂ ਤੁਸੀਂ ਬੀਬੀ ਮਮਤਾ ਬੈਨਰਜੀ ਦਾ ਜ਼ਿਕਰ ਕੀਤਾ ਤਾਂ ਆਪਾਂ ਭਵਾਨੀਪੁਰ ਚੱਲਦੇ ਹਾਂ ਜਦੋਂ ਪੱਛਮੀ ਬੰਗਾਲ ਦੀਆਂ ਵਿਧਾਨ ਸਭਾ ਚੋਣਾਂ ਹੋਈਆਂ ਇਸੇ ਸਾਲ ਦੇ ਸ਼ੁਰੂ 'ਚ ਸਾਰਿਆਂ ਨੂੰ ਲੱਗਦਾ ਸੀ ਕਿ ਭਾਰਤੀ ਜਨਤਾ ਪਾਰਟੀ ਨੇ ਤ੍ਰਿਣਾਮੂਲ ਕਾਂਗਰਸ ਨੂੰ ਐਤਕੀ ਕੈਂਚੀ ਮਾਰ ਦੇਣੀ ਹੈ ਅਤੇ ਦੋ ਵਾਰ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਦੀ ਪਾਰਟੀ ਤੋਂ ਜਿੱਤਿਆ ਨਹੀਂ ਜਾਣਾ ਪਰ ਚਲੋ ਬਾਅਦ ਵਿੱਚ ਤਾਂ ਜਦੋਂ ਇਲੈਕਸ਼ਨ ਹੋਈ ਨਤੀਜੇ ਆਏ 200 ਤੋਂ ਪਾਰ ਬੀਬੀ ਮਮਤਾ ਬੈਨਰਜੀ ਦੀ ਪਾਰਟੀ 100 ਤੋਂ ਥੱਲੇ ਭਾਰਤੀ ਜਨਤਾ ਪਾਰਟੀ ਅਤੇ ਕਈਆਂ ਦਾ ਝੋਲਾ ਖਾਲੀ ਇਹਨੇ ਉਦੋਂ ਤਾਂ ਇੱਦਾਂ ਹੋ ਗਿਆ ਸੀ ਬੀਜੇਪੀ ਦੇ ਘੇਰੇ ਘੇਰੇ ਜਿੱਦਾਂ ਰੇਹੜੀ ਤੋਂ ਜੂਸ ਪੀਏ ਅਤੇ ਉਹ ਜਿਹੜਾ ਜੱਗ ਹੁੰਦਾ ਉਹਦੇ ਘੇਰੇ ਘੇਰੇ ਮੱਖੀਆਂ ਨਹੀਂ ਹੁੰਦੀਆਂ ਇੱਦਾਂ ਜਾਂਦੇ ਸੀ ਲੀਡਰ ਭਾਜਪਾ ਬੀਜੇਪੀ ਬੀਜੇਪੀ ਆਹ ਵੀ ਬੀਜੇਪੀ ਅਤੇ ਕਹਿੰਦੇ ਜਦੋਂ ਉਦੋਂ ਬਾਅਦ ਫਿਰ ਮੁੜ ਕੇ ਉਦੋਂ ਤੇਜ਼ ਰਫ਼ਤਾਰ ਨਾਲ ਪਿੱਛੇ ਨੂੰ ਆਉਂਦੇ ਹੁਣ ਸੰਧਾਲੀਆ ਸਾਹਿਬ ਉਦੋਂ ਜਿਹੜੀ ਸਭ ਤੋਂ ਅਲੋਕਾਰੀ ਘਟਨਾ ਹੋਈ ਸੀ ਉਹ ਇਹ ਸੀ ਕਿ ਬੀਬੀ ਮਮਤਾ ਬੈਨਰਜੀ ਨੇ ਪਾਰਟੀ ਜਿਤਾ ਲਈ ਆਪ ਹਾਰ ਗਏ ਕਿਉਂਕਿ ਉਹਨਾਂ ਦੀ ਪਾਰਟੀ ਦੇ ਵਿੱਚੋਂ ਜਿਹੜਾ ਸੈਕਿੰਡ ਹੈੱਡ ਸੀ ਉਹ ਬੰਦਾ ਭਾਰਤੀ ਜਨਤਾ ਪਾਰਟੀ ਚਲੇ ਗਿਆ ਉਹਦੇ ਮੁਕਾਬਲੇ ਹੀ ਬੀਬੀ ਜੀ ਇਲੈਕਸ਼ਨ ਲੜੇ 2000 ਤੋਂ ਘੱਟ ਵੋਟਾਂ ਦਾ ਫਰਕ ਸੀ ਅਦਾਲਤ 'ਚ ਆ ਮਸਲਾ ਫਿਰ ਇਹ ਸੀ ਕਿ 6 ਮਹੀਨਿਆਂ ਦੇ ਅੰਦਰ ਬੀਬੀ ਮਮਤਾ ਬੈਨਰਜੀ ਨੂੰ ਜੇ ਮੁੱਖ ਮੰਤਰੀ ਬਣੇ ਰਹਿਣਾ ਕਿਉਂਕਿ ਵਿਧਾਨ ਸਭਾ ਦੇ ਮੈਂਬਰ ਨਹੀਂ ਸੀ ਚੋਣ ਜਿੱਤਣੀ ਪਊਗੀ ਉਹਨਾਂ ਦੇ ਲਈ ਭਵਾਨੀਪੁਰ ਦੀ ਸੀਟ ਉਹਨਾਂ ਦੀ ਪਾਰਟੀ ਦੇ MLA ਨੇ ਖਾਲੀ ਕਰਤੀ ਫਿਰ ਚਰਚਾ ਇਹ ਚੱਲ ਪਈ ਜੀ ਇਲੈਕਸ਼ਨ ਕਮਿਸ਼ਨ ਨੇ ਪਤਾ ਨਹੀਂ ਚੋਣ ਕਰਾਉਣੀ ਕਿ ਨਹੀਂ ਕਰਾਉਣੀ ਜੇ ਨਾ ਕਰਾਈ ਤਾਂ ਬੀਬੀ ਨੂੰ ਅਸਤੀਫਾ ਦੇਣਾ ਪੈ ਜੂ ਚਰਚੇ ਚੱਲੇ ਜੇ ਬੀਬੀ ਅਸਤੀਫਾ ਦਿਉ ਤਾਂ ਕੇਂਦਰ ਦੀ ਰਾਜਨੀਤੀ 'ਚ ਆਜੂ ਪਰ ਚਲੋ ਇਲੈਕਸ਼ਨ ਕਮਿਸ਼ਨ ਨੇ ਸਮੇਤ ਭਵਾਨੀਪੁਰ 3 ਵਿਧਾਨ ਸਭਾ ਦੀਆਂ ਸੀਟਾਂ ਦੀ ਚੋਣ ਅਨਾਊਂਸ ਕਰਤੀ ਹੁਣ 2 ਹਫ਼ਤੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ 30 ਸਤੰਬਰ ਨੂੰ ਭਵਾਨੀਪੁਰ ਦੀ ਵਿਧਾਨ ਸਭਾ ਚੋਣ ਹੈ ਜਿੱਥੇ ਬੀਬੀ ਮਮਤਾ ਬੈਨਰਜੀ ਚੋਣ ਲੜ ਰਹੀ ਹੈ ਅਤੇ ਉਹੀ ਹਲਕਾ ਜਿੱਥੋਂ ਪਹਿਲਾਂ ਬੀਬੀ ਜਿੱਤਦੇ ਰਹੇ ਕਾਂਗਰਸ ਨੇ ਬੰਦਾ ਨਹੀਂ ਖੜਾ ਕੀਤਾ ਭਾਰਤੀ ਜਨਤਾ ਪਾਰਟੀ ਨੇ ਬੀਬੀ ਜੀ ਨੂੰ ਇੱਕ ਨੂੰ ਟਿਕਟ ਦਿੱਤੀ ਹੈ ਹੁਣ ਦੋਨਾਂ ਦਾ ਮੁਕਾਬਲਾ ਜੋ ਪੱਛਮੀ ਬੰਗਾਲ 'ਚ ਹਾਲਾਤ ਨੇ ਜਿਸ ਤਰੀਕੇ ਤ੍ਰਿਣਾਮੂਲ ਕਾਂਗਰਸ ਦੇ ਵਿੱਚ ਭਾਜਪਾ ਦੇ ਕਾਂਗਰਸ
ਜਿਸ ਤਰੀਕੇ ਦੇ ਨਾਲ ਬੀਬੀ ਮਮਤਾ ਬੈਨਰਜੀ ਨੇ ਉੱਥੇ ਸਰਗਰਮੀ ਕੀਤੀ ਹੈ, ਜਿੰਨੇ ਸ਼ਿੱਦਤ ਦੇ ਨਾਲ ਉਹ ਕੇਂਦਰੀ ਪੱਧਰ ਦੇ ਉੱਤੇ ਕੌਮੀ ਲੀਡਰ ਦੇ ਤੌਰ ਦੇ ਉੱਤੇ ਉਹਨੇ ਉਭਾਰ ਕੀਤਾ, ਕਹਿਣ ਵਾਲੇ ਤਾਂ ਇਹ ਵੀ ਕਹਿੰਦੇ ਆ ਕਿ ਹੋ ਸਕਦਾ ਬੀਬੀ ਲੱਖ ਵੋਟਾਂ ਨਾ ਜਿੱਤੇ, ਕਹਿਣ ਵਾਲੇ ਕਹਿੰਦੇ ਆ, ਕਿਉਂਕਿ ਮਮਤਾ ਬੈਨਰਜੀ ਦੀ ਪਾਰਟੀ ਨੇ ਜਿੱਥੇ ਪੋਸਟਰ ਲਾਏ ਉਹਨਾਂ ਨੇ ਇਹੀ ਲਾਏ ਕਿ ਭਾਈ ਅਬਕੀ ਵਾਰ ਲੱਖ ਸੇ ਪਾਰ, ਕਿ ਐਤਕੀ ਜਿਹੜੀ ਲੀਡ ਹੈ ਉਹ ਲੱਖ ਤੋਂ ਟੱਪੀ ਚਾਹੀਦੀ ਹੈ। ਵੈਸੇ ਇਹ ਵੀ ਦੱਸਦੇ ਹਾਂ ਕਿ ਕਦੇ ਬੀਬੀ ਮਮਤਾ ਬੈਨਰਜੀ ਉੱਥੋਂ 50-55 ਹਜ਼ਾਰ ਨਾਲ ਜਿੱਤਦੇ ਸੀ, ਹੁਣ ਉਹ ਫਰਕ ਘੱਟ ਕੇ 20-25 ਹਜ਼ਾਰ ਦੇ ਵਿਚਾਲੇ ਰਹਿ ਗਿਆ। ਭਾਜਪਾ ਉੱਥੇ ਕਿੰਨੀ ਕੁ ਚੰਗੇ ਤਰੀਕੇ ਮੁਹਿੰਮ ਚਲਾਉਣ 'ਚ ਕਾਮਯਾਬ ਰਹਿੰਦੀ ਹੈ, ਉਹ ਉਹਨਾਂ 'ਤੇ ਨਿਰਭਰ ਕਰਦਾ ਹੈ। ਬੀਬੀ ਮਮਤਾ ਬੈਨਰਜੀ ਜਿੰਨੀ ਵੱਡੀ ਲੀਡ ਨਾਲ ਭਵਾਨੀਪੁਰ ਦੀ ਸੀਟ ਜਿੱਤ ਜਾਣਗੇ, ਮੈਨੂੰ ਲੱਗਦਾ ਕਿ ਨੈਸ਼ਨਲ ਪੱਧਰ 'ਤੇ ਭਾਰਤ ਪੱਧਰ 'ਤੇ ਉਹਨਾਂ ਦਾ ਸਿਆਸੀ ਤੌਰ 'ਤੇ ਕਦਬ ਉਹਨਾਂ ਹੀ ਉੱਚਾ ਹੋਣਾ। ਯਾਨੀ ਬਿਲਕੁਲ ਹੋਣਾ, ਪਰ ਜਿਹੜਾ ਅਬਕੀ ਵਾਰ ਵਾਲੀ ਲਾਈਨ ਹੈ ਨਾ, ਇਹ ਉਹੀ ਪ੍ਰਸ਼ਾਂਤ ਕਿਸ਼ੋਰ ਸਾਹਿਬ ਕੋਲ ਲਈ ਹੈ, ਕਿਉਂਕਿ ਉਹ ਬੰਦਾ ਇੰਚਾਰਜ ਜੇ ਉੱਧਰ। ਮੈਂ ਤਾਂ ਉਹ ਬੰਦੇ ਦਾ ਕਾਰੋਬਾਰ ਬੜਾ ਵਧੀਆ ਲੱਗਦਾ, ਮੈਂ ਸੋਚਦਾ ਆਪਾਂ ਕੰਮ ਛੱਡੀਏ ਟੈਲਵੀ ਨਾਲ, ਉਹ ਕੰਪਨੀ ਖੋਲੀਏ ਵੀ ਆਓ ਤੁਸੀਂ ਜੇ ਮਤਲਬ ਸਰਕਾਰ ਬਣਾਉਣੀ, ਉਹ ਜਾਣੇ ਕੋਈ ਰੋਂਦੇ ਕਰਲਾਉਂਦੇ ਕੋਈ ਇੱਕ ਅੱਧੀ ਮਾੜੀ ਪਾਰਟੀ ਵਾਲੇ ਆਪਣੇ ਸੰਪਰਕ ਕਰ ਲਓ। ਬੇਨਤੀ ਕਰਨੀ ਹੈ, ਤੁਸੀਂ ਹੈਗੇ ਲੀਡਰ ਬੰਦੇ, ਨਹੀਂ ਮੇਰੀ ਬੇਨਤੀ ਸੁਣ ਲਓ, ਜੇ ਕੰਮ ਬਦਲਿਆ ਦੱਸ ਕੇ ਬਦਲਿਓ, ਨਹੀਂ ਤਾਂ ਲੀਡਰ ਰਾਤੋ ਰਾਤ ਬਦਲ ਜਾਂਦੇ, ਬੰਦਾ ਮੇਰੇ ਵਰਕਰ ਖੜਾ ਰਹਿੰਦਾ ਹੁੰਦਾ ਉੱਥੇ। ਨਹੀਂ ਆਪਾਂ ਇਕੱਠਿਆਂ ਕਰਨਾ ਕੰਮ, ਮੈਨੂੰ ਇਹ ਵੀ ਆਪਾਂ ਪਹਿਲਾਂ ਕਿਉਂ ਕੱਟੀ ਤੋਂ ਸ਼ੁਰੂ ਹੋਏ, ਸੁਮੋ ਪਾਈ ਫਿਰ ਬੱਸ ਪਾਈ, ਆਪਣਾ ਕੁਛ ਨਹੀਂ ਚੱਲਿਆ, ਘੱਟੋ ਘੱਟ ਇਹ ਚੱਲ ਪੈਣਾ, ਕਿਉਂਕਿ ਦੇਖੋ ਹੋਰ ਕੋਈ ਸੰਪਰਕ ਕਰੇ ਨਾ ਕਰੇ, ਇੱਕ ਅੱਧੀ ਕੋਈ ਨਵੀਂ ਪਾਰਟੀ ਸੰਪਰਕ ਕਰ ਲੂਗੀ, ਕੱਲ੍ਹ ਨੂੰ ਉਹਦੇ ਕੋਲ ਦੋ ਲੀਡਰ ਵੀ ਜਿੱਤੀ ਉੱਤੇ ਗਏ, ਆਪਣਾ ਕੰਮ ਚੱਲ ਪੈਣਾ। ਸਲੋਗਨ ਦਿਆ ਕਰਨੇ ਆ, ਹਾਂ ਆਹ ਵੀ ਤਾਂ ਸਲੋਗਨ ਹੀ ਸੀ 2014 'ਚ ਆਇਆ ਸੀ, ਪਹਿਲੀ ਇੱਕ ਪਹਿਲੀ ਲਾਈਨ ਸੇਮ ਆ, ਅਬ ਕੀ ਬਾਰ, ਦੂਜੀ ਲਾਈਨ ਸੀ ਵੀ ਮੋਦੀ ਸਰਕਾਰ, ਅਬ ਲੱਖ ਸੇ ਪਾਰ, ਹੁਣ ਆ ਗਿਆ ਅਬ ਕੀ ਬਾਰ ਲੱਖ ਸੇ ਪਾਰ। ਦੇਖ ਲਓ ਮਤਲਬ ਬੰਦੇ ਨੇ ਕੰਮ ਹੋ ਰਿਹਾ, ਉਹ ਕਹਿੰਦਾ ਵੀ ਯਾਰ ਅੱਛਾ ਇਹ ਕਿਹੜੀ ਪੁੜੀ ਨਾਲ ਠੀਕ ਹੋਣ, ਆਹ ਪੁੜੀ ਦਿਓ, ਕਹਿੰਦਾ ਇਹਦੇ ਨਾਲ ਬੁਖਾਰ ਲੈ ਜਾਂਦਾ, ਜਿਹੜਾ 3 ਦਿਨ ਬਾਅਦ ਚੜ੍ਹਦਾ ਨਾ ਤਈਆ ਤਾਪ ਉਹ ਲੈ ਜਾਣਾ ਇਹਦੇ ਨਾਲ। ਮਤਲਬ ਲੱਗਦਾ ਵੀ ਇਹ ਵਾਰ ਵਾਰ ਜਿਹੜੇ ਉਹੀ ਚੀਜ਼ਾਂ ਪਰੋਸ ਪਰੋਸ ਕੇ ਪਕੌੜੇ ਗਰਮ ਕਰਕੇ ਰੱਖਣ ਵਾਲਾ ਕੰਮ ਹੈ, ਇਹ ਤਾਂ ਯਾਰ ਬਾਕੀ ਵੀ ਕਰ ਸਕਦੇ, ਤੁੱਕਾ ਹੀ ਆ। 5-7 ਚੀਜ਼ਾਂ ਆਪਣੇ ਕੋਲ ਹੈਗੀਆਂ, ਜਿੱਦਾਂ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੇ ਪੰਜਾਬ 'ਚ ਦਿੱਤੀਆਂ ਸੀ ਨਾ ਪਿਛਲੇ ਵਾਰੀ ਕਿਸਾਨਾਂ ਦਾ ਕਰਜ਼ ਮਾਫ ਮੋਬਾਈਲ, ਆਪਾਂ 5-7 ਨਵੀਆਂ ਦੇਣੀਆਂ ਉਹਨਾਂ ਨੂੰ, ਕਿ ਕੋਈ ਨਹੀਂ ਵਾਅਦਾ ਇੱਕ ਹੀ ਕਰਨਾ ਕਿ ਜੇ ਤੁਹਾਨੂੰ ਢਿੱਡ ਦੁਖਦਾ ਹੋਊਗਾ ਡਾਕਟਰ ਘਰ ਆ ਕੇ ਦਵਾਈ ਦੇ ਸਰਕਾਰੀ ਡਾਕਟਰ। ਹਾਂ ਆਪਾਂ ਇੱਕ ਵਾਅਦਾ ਇਹ ਵੀ ਕਰਨਾ ਕਿ ਤੁਸੀਂ ਚਿੰਤਾ ਨਹੀਂ ਕਰਨੀ, ਤੁਹਾਡੇ ਨਿਆਣੇ ਦਾ ਜਦੋਂ ਜੀ ਕਰੂਗਾ ਪੜ੍ਹਨਾ ਮਾਸਟਰ ਜੀ ਘਰ ਉਦੋਂ ਆਇਆ ਕਰਨਗੇ ਪੜ੍ਹਾਉਣ, ਜਦੋਂ ਉਹਦਾ ਦਿਲ ਕੀਤਾ, ਜਦੋਂ ਉਹਦਾ ਦਿਲ ਕੀਤਾ। ਅਤੇ ਜੇ ਨਿਆਣਾ ਨਾ ਪੜ੍ਹਿਆ ਤਾਂ ਕੰਨ ਮਾਸਟਰ ਜੀ ਨੇ ਫੜਨੇ ਆ, ਹਾਂ ਨਿਆਣਾ ਨਹੀਂ ਫੜੂਗਾ ਕੰਨ, ਬਿਲਕੁਲ। ਯਾਨੀ ਸਿੱਧੇ ਤੌਰ ਦੇ ਉੱਤੇ ਆਪਾਂ ਬਹੁਤ ਸਾਰੇ ਵਾਅਦੇ ਕਰ ਦੇਣੇ ਆ ਕਿ ਤੁਸੀਂ ਚਿੰਤਾ ਨਹੀਂ ਕਰਨੀ, ਤੁਸੀਂ ਬਸ ਐਂ ਸੋਚਣਾ ਕਿ ਮੈਂ ਖੇਤ ਦੇ ਵਿੱਚ ਝੋਨਾ ਬੀਜਣਾ, ਪਨਾਰੀ ਜਿਹੜੀ ਪਨੀਰੀ ਆ ਸਵੇਰ ਨੂੰ ਖੇਚ ਆਊਗੀ, ਤੁਸੀਂ ਬਸ ਸੋਚਣਾ ਹੀ ਕਿ ਮੈਂ ਗੰਨੇ ਦੇ ਪੈਸੇ ਲੈਣੇ ਆ, ਸਵੇਰੇ ਚੈੱਕ ਤੁਹਾਡੇ ਘਰੇ ਹੋਊਗਾ। ਯਾਨੀ ਉਹ ਵੀ ਪਹਿਲਾਂ ਦੇ ਜਾਣਾ, ਅਗਲਿਆਂ ਕਹਿਣਾ ਵੀ ਤੁਸੀਂ ਸਾਨੂੰ ਦੱਸ ਦੇਣਾ ਵੀ ਇੰਨੇ ਕਿਲੇ ਕਮਾਦ ਲਾਉਣਾ ਜੀ ਐਤਕੀ, ਕਿਉਂਕਿ ਪੈਸੇ ਲੈ ਲਓ, ਕਮਾਦ ਲਾਓ ਨਾ ਲਾਓ ਇਹ ਤੁਹਾਡਾ ਕੰਮ। ਬਿਲਕੁਲ ਇਹ ਪੁੱਛਣ ਦੀ ਲੋਕਾਂ ਨੂੰ ਆਪਾਂ ਵਾਅਦੇ ਕਰਾਉਣੇ ਆ ਕਿ ਤੁਹਾਡਾ ਨਿਆਣਾ ਸਵੇਰੇ ਬਿਸਤਰੇ 'ਚੋਂ ਉਠਾਲਣ ਤੱਕ, ਉਹਦਾ ਮੂੰਹ ਧੋਣ ਤੱਕ, ਉਹਨੂੰ ਬਾਥਰੂਮ। ਅੱਛਾ ਮੈਂ ਬਹੁਤ ਦੂਰ ਗੜਵੀ ਲੈ ਕੇ ਨਾ ਮਗਰ ਮਗਰ ਤੁਰੇ ਫਿਰੇ, ਉਹ ਸਾਰਾ ਕੰਮ ਲੀਡਰ ਸਾਹਿਬ ਕਰਿਆ ਕਰਨਗੇ, ਤੁਸੀਂ ਬਸ ਸਵੇਰ ਨੂੰ ਨਿਆਣੇ ਦਾ ਘਰੇ ਮੂੰਹ ਚੁੰਮਣਾ, ਪੁੱਤ ਮੇਰਾ ਫਿਰ ਧੀ ਮੇਰੀ ਫਿਰ ਪੜ ਕੇ ਆਓ, ਆਹੋ ਇੰਨਾ ਕੰਮ ਕਰਨਾ, ਬਾਕੀ ਲੀਡਰਾਂ ਦਾ ਕੰਮ ਆਪਣਾ, ਤੁਹਾਨੂੰ ਨਹੀਂ ਪੜਾਉਣ ਦੀ ਲੋੜ ਕਿ ਪੁੱਤ ਹੋਮਵਰਕ ਕੀ, ਲੀਡਰ ਸਾਹਿਬ ਘਰੇ ਆ ਕੇ ਹੋਮਵਰਕ ਆਪ ਕਰਾਇਆ ਕਰਨਗੇ ਆਪ, ਜੇ ਕਿਸੇ ਦਾ ਨਿਆਣਾ ਰਹਿ। ਮੈਂ ਤਾਂ ਇਹ ਵੀ ਕਹਿੰਦਾ ਵੀ ਆਪਾਂ ਇਹ ਵੀ ਕਰ ਸਕਦੇ ਵੀ ਨਿਆਣਾ ਜਿੱਦਣ ਜੰਮਿਆ ਉਦਣ ਹੀ, ਮਤਲਬ ਜਿੱਦਣ ਉਹਦਾ ਬਰਥ ਸਰਟੀਫਿਕੇਟ ਲੈਣਾ, ਉਹਦੇ 'ਚ ਇੱਕ ਮੱਧ ਹੋਰ ਜੋੜ ਦੇਣੀ ਵੀ ਇਹਨੂੰ ਤੁਸੀਂ ਬਣਾਉਣਾ ਕਿ ਮਾਪਿਆਂ ਨੂੰ ਪੁੱਛ ਲੈਣਾ, ਉਹ ਕਹਿੰਦਾ ਵਕੀਲ ਆ ਲਓ ਜੀ ਵਕੀਲ, ਇਹ ਕਲੀਅਰ ਹੋ ਗਿਆ ਵੀ ਜਿੱਦਣ ਇਹ 18 ਦਾ ਹੋ ਗਿਆ ਉਦੋਂ ਬਾਅਦ ਇਹ ਵਕੀਲ ਹੀ ਆ, ਇਹ ਪੜੇ ਭਾਵੇਂ ਨਾ ਪੜੇ। ਮੈਂ ਤਾਂ ਵੋਟਾਂ ਪਾਓ ਆਪਾਂ, ਮੈਂ ਕਹਿੰਦਾ ਕੰਮ ਖੋਲਿਆ ਇਸ਼ਤਿਹਾਰ ਦੇ ਦੇਣਾ ਕਿ ਲੋਕਾਂ ਨੂੰ ਲੜਾਉਣ ਦੇ ਮਾਹਰ ਲੀਡਰ ਚੋਣਾਂ ਲੜਨ ਦੇ ਲਈ ਸੰਧਾਲੀਆ ਬਾਠ ਐਂਡ ਕੰਪਨੀ ਦੇ ਕੋਲ ਆ ਕੇ ਮਿਲੋ, ਸੰਪਰਕ ਕਰਨ, ਸੰਪਰਕ ਕਰਨ, ਡਾਂਗ ਕਿੱਦਾਂ ਮਾਰਨੀ, ਕਿੱਦਾਂ ਖਾਣੀ, ਲੋਕਾਂ ਦਾ ਵਸ਼ੀਕਰਨ ਕਿੱਦਾਂ ਕਰਨੇ, ਅਸੀਂ ਦੱਸਾਂਗੇ। ਅੱਛਾ ਲੋਕਾਂ ਦੇ ਵਸ਼ੀਕਰਨ ਦੇ ਚੱਕਰ 'ਚ ਆਪਾਂ ਪੈਂਦੇ ਪੈਂਦੇ ਉਹ ਭੁੱਲ ਨਾ ਜਾਈਏ, ਹੁਣ ਪਤਾ ਨਹੀਂ ਸੱਚ ਆ ਝੂਠ ਆ, ਪਰ ਚਿੱਠੀ ਦਾ ਫੇਰ ਰੌਲਾ ਹੈ, ਕਿਤੇ ਚਿੱਠੀਆਂ ਜਾਨ ਨਹੀਂ ਛੱਡਦੀਆਂ ਪੰਜਾਬ ਦੀਆਂ, ਵੈਸੇ ਭਾਵੇਂ ਕੋਈ ਚਿੱਠੀ ਪਾਵੇ ਨਾ ਪਾਵੇ, ਡਾਕੀਆ ਵਿਚਾਰਾ ਡੀਕਦਾ ਰਹਿੰਦਾ ਵੀ ਯਾਰ ਹੋਰ ਕੁਛ ਨਹੀਂ ਕਿਸੇ ਦੀ ਬੀਮੇ ਵਾਲੀ ਚਿੱਠੀ ਆ ਜੇ, ਪਰ ਜਿਹੜੀਆਂ ਲੀਡਰਾਂ ਵਾਲੀਆਂ ਚਿੱਠੀਆਂ ਇੱਧਰ ਉੱਧਰ ਜਾਂਦੀਆਂ, ਹੁਣ ਉਹਦੇ 'ਚ ਕਹਿੰਦੇ 40 MLA ਫੇਰ ਚਿੱਠੀ ਲਿਖਤੇ, ਹੁਣ ਪਤਾ ਨਹੀਂ ਉਹ ਸੱਚ ਹੈ ਕਿ ਝੂਠ ਆ, ਵੀ ਕਹਿੰਦੇ ਵੀ ਨਹੀਂ ਜੀ ਇਹ ਕਰਾਂ ਨਾ, ਇਹ ਸਾਰਾ ਵਿਧਾਇਕ ਦਲ ਸੱਦੋ ਬੈਠਕ ਕਰੋ ਅਤੇ ਲੀਡਰ ਬਦਲੀਏ ਕਰਾਂ, ਮਤਲਬ ਲੀਡਰ ਮਤਲਬ ਕੈਪਟਨ ਅਮਰਿੰਦਰ ਸਿੰਘ। ਸੰਧਾਲੀਆ ਸਾਹਿਬ ਦੇਖੋ ਅਜੇ ਤੱਕ ਉਹ ਚਿੱਠੀ ਕਿਹਨੇ ਲਿਖੀ ਹੈ ਅਤੇ ਕਿਹਨੇ ਰਿਸੀਵ ਕੀਤੀ ਹੈ ਇਹਦੀ ਪੁਸ਼ਟੀ ਤਾਂ ਨਹੀਂ ਹੋਈ, ਪਰ ਰੌਲਾ ਸਾਰੇ ਪਾਸੇ ਆ ਕਿ ਪੰਜਾਬ ਦੇ ਕਾਂਗਰਸ ਦੇ ਜਿਹੜੇ 80 ਕਹਿ ਲਓ 83 ਕਹਿ ਲਓ MLA, ਉਹਨਾਂ ਦੇ ਵਿੱਚੋਂ 40 ਬੰਦੇ ਕਹਿੰਦੇ ਆ ਕਿ ਭਾਈ ਮੀਟਿੰਗ ਸੱਦੋ, ਉਹਨਾਂ ਨੇ ਇਹ ਨਹੀਂ ਕਿਹਾ ਕਿ ਭਾਈ ਅਸੀਂ ਕੀ ਕਰਨਾ, ਕਹਿੰਦੇ ਜੀ ਜਿਹੜੇ 18 ਨੁਕਤੇ ਹਾਈਕਮਾਂਡ ਨੇ ਕਹਿ ਸੀ ਕਿ ਪੂਰੇ ਕਰੋ, ਰੇਤਾ ਬਜਰੀ ਆ, ਬੇਅਦਬੀ ਵਾਲਾ ਮਸਲਾ, ਨਸ਼ੇ ਵਾਲਾ ਮਸਲਾ, ਬਿਜਲੀ ਵਾਲਾ ਮਸਲਾ, ਅਸੀਂ ਪਤਾ ਲਾਉਣਾ ਕਿ ਹੱਲ ਹੋਏ ਕਿ ਨਹੀਂ ਹੋਏ, ਇੱਕ ਗੱਲ ਤਾਂ ਪੱਕੀ ਹੈ ਜਦੋਂ ਪਿਛਲੇ ਦਿਨ ਹੀ ਬਗਾਵਤ ਹੋਈ ਸੀ ਕੈਪਟਨ ਅਮਰਿੰਦਰ
ਹੁਣ ਬਹੁਤ ਸਾਰੇ ਕਾਂਗਰਸੀ ਨੂੰ ਵੀ ਲੱਗਦਾ ਹੋਊਗਾ ਕਿ ਭਾਈ ਅਗਲੇ ਤਾਂ ਭਾਵੇਂ ਇਕੱਲੇ ਇਕੱਲੇ ਆਉਣ, ਲੋਕਾਂ ਨਾਲ ਸੰਪਰਕ ਕਰਦੇ ਫਿਰਦੇ, ਟਿਕਟਾਂ ਪੱਕੀਆਂ ਹੋ ਗਈਆਂ, ਸਾਨੂੰ ਲੋਕ ਸਵਾਲ ਪੁੱਛਦੇ ਆ ਕਿ ਸਰਕਾਰ ਤੁਹਾਡੀ ਆ। ਹੁਣ ਉਹਨਾਂ ਨੂੰ ਇਸ ਮਸਲੇ ਦਾ ਘੱਟ ਰਹਿ ਗਿਆ ਕਿ ਅਸੀਂ ਸਿੱਧੂ ਨਾਲ ਕੇ ਕੈਪਟਨ, ਉਹਨਾਂ ਨੂੰ ਅਸੀਂ ਵਿਧਾਨ ਸਭਾ 'ਚ ਹੈਗੇ ਹਾਂ ਕਿ ਨਹੀਂ ਹੈਗੇ। ਜੇ 40 ਬੰਦਿਆਂ ਨੇ ਚਿੱਠੀ ਹਾਈਕਮਾਂਡ ਨੂੰ ਪਾਈ ਹੈ, ਕਿਉਂਕਿ ਅੱਜ ਹੀ ਉਹ ਜਿਹੜੇ ਦੂਜੇ ਸੱਜਣ ਨੇ ਉਹ ਉੱਤਰਾਖੰਡ ਵਾਲੇ ਹਰੀਸ਼ ਰਾਵਤ ਜਿਹੜੇ ਇੰਚਾਰਜ ਰਹੇ ਨੇ, ਉਹ ਕਹਿੰਦੇ ਜੀ ਮੈਂ ਬੀਬੀ ਸੋਨੀਆ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੋਨਾਂ ਨੂੰ ਕਹਿ ਹਾਂ ਕਿ ਭਾਈ ਪੰਜਾਬ ਦਾ ਰੇੜਕਾ ਮੁਕਾਓ, ਮੇਰੇ ਹੱਥ ਖੜੇ ਆ। ਹੁਣ ਸੰਧਾਲੀਆ ਸਾਹਿਬ, ਜਿਹਨਾਂ ਲੋਕਾਂ ਨੂੰ ਲੱਗਦਾ ਹੈ, ਸਾਨੂੰ ਨਹੀਂ ਪਤਾ ਕਿਹਨੇ ਲਿਥਣਾਂ ਦਾ ਕਿਹਨੇ ਬਣਨਾ, ਜਿਹਨਾਂ ਲੋਕਾਂ ਨੂੰ ਲੱਗਦਾ ਨਾ ਕਿ ਨਾ 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 ਕੈਪਟਨ ਸਾਹਿਬ ਨੂੰ ਲਾਉਣਾ ਬਹੁਤ ਔਖਾ। ਅਜੇ ਇੱਕ ਦਿਨ ਪਹਿਲਾਂ ਅਸੀਂ ਗੁਜਰਾਤ 'ਚ ਦੇਖਿਆ, ਭਾਰਤੀ ਜਨਤਾ ਪਾਰਟੀ ਦੇ ਵਿਜੇ ਰੂਪਾਣੀ ਮੁੱਖ ਮੰਤਰੀ ਸੀ, ਨਿਤਿਨ ਪਟੇਲ ਉਪ ਮੁੱਖ ਮੰਤਰੀ, ਨਾਲ 20 ਬੰਦੇ ਮੰਤਰੀ ਹੋਰ, ਰਾਤੋ ਰਾਤ ਭਾਰਤੀ ਜਨਤਾ ਪਾਰਟੀ ਨੇ ਮੁੱਖ ਮੰਤਰੀ ਵੀ ਲਾਤਾ, ਉਪ ਮੁੱਖ ਮੰਤਰੀ ਵੀ ਲਾਤਾ, ਬਾਕੀ ਸਾਰੇ ਮੰਤਰੀ ਵੀ ਲਾਤੇ, 24 ਨਵੇਂ ਮੰਤਰੀ ਬਣਾਏ ਆ। ਮੁੱਖ ਮੰਤਰੀ ਵੀ ਉਹ ਬੰਦਾ ਜਿਹੜਾ ਪਹਿਲੀ ਵਾਰੀ MLA ਬਣਿਆ, 24 ਦੇ ਵਿੱਚੋਂ 22 ਮੰਤਰੀ ਉਹ ਜਿਹੜੇ ਪਹਿਲੀ ਵਾਰੀ MLA ਬਣਿਆ। ਜਾਣੀ ਤੁਸੀਂ ਦੇਖੋ ਕਿ ਚੱਲਦੀ ਸਰਕਾਰ 'ਚ ਸਾਰਾ ਮੰਤਰੀ ਮੰਡਲ ਹੀ ਬਦਲ ਕੇ ਰੱਖ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਅਗਲੇ ਸਾਲ ਚੋਣਾਂ ਹੈ, ਤਾਂ ਜੇ ਐਸੇ ਟੀਮ ਦੇ ਨਾਲ ਲੜੇ ਤਾਂ ਫਿਰ ਟੀਮ ਹੀ ਲੜੂਗੀ, ਜਿੱਤ ਜੁੱਤ ਵਾਲਾ ਕੰਮ ਔਖਾ। ਕੀ ਗੁਜਰਾਤ ਵਾਲੀ ਜਿਹੜੀ ਗੇਮ ਹੈ, ਜਿਹੜੀ ਖੇਡ ਹੈ ਕਾਂਗਰਸ ਪਾਰਟੀ, ਕਿਤੇ ਪੰਜਾਬ ਦੇ ਵਿੱਚ ਤਾਂ ਨਾ ਕਰ ਦਿਓ। ਲੋਕ ਕਹਿੰਦੇ ਆ, ਨਹੀਂ ਲੋਕ ਇੱਦਾਂ ਨਹੀਂ ਕਹਿੰਦੇ, ਲੋਕ ਉਹੀ ਸ਼ਬਦ ਵਰਤਦੇ, ਉਹ ਕਹਿੰਦੇ ਵੀ ਯਾਰ ਦੇਖੋ ਗੁਜਰਾਤ ਮਾਡਲ ਲੈ ਕੇ ਆਏ ਸੀ ਮੋਦੀ ਸਾਹਿਬ, ਅਤੇ ਗੁਜਰਾਤ ਮਾਡਲ ਨੇ BJP ਦੀ ਸਰਕਾਰ ਪੂਰੇ ਦੇਸ਼ 'ਚ ਬਣਾਤੀ, ਹੁਣ ਕਾਂਗਰਸ ਵਾਲੇ ਵੀ ਉਹਨਾਂ ਦਾ ਗੁਜਰਾਤ 'ਚ ਇਹੀ ਮਾਡਲ ਵਿਧਾਨ ਸਭਾ ਵਾਲਾ ਚੁੱਕ ਲਿਆਉਣ, ਕੀ ਪਤਾ ਪੂਰੇ ਦੇਸ਼ 'ਚ ਬਣੇ ਨਾ ਬਣੇ ਪੰਜਾਬ 'ਚ ਬਣ ਜੇ ਦੁਬਾਰਾ, ਕਿਉਂਕਿ ਹੁਣ ਦੇ ਹਿਸਾਬ ਨਾਲ, ਜਿਸ ਹਿਸਾਬ ਨਾਲ ਤਾਂ ਇਸ ਵਕਤ ਗੱਡੀ ਚੱਲਦੀ ਪਈ ਹੈ, ਇਸ ਹਿਸਾਬ ਨਾਲ ਤਾਂ ਇਹ ਗੱਲ ਆ, ਉਹ ਕਹਿੰਦੇ ਵੀ ਗੱਡੀ ਨਵੇਂ ਨਕੋਰ, ਕਹਿੰਦੇ ਜੀ ਵੀ ਟਾਇਰ ਚੱਕਾ ਕਿੱਦਾਂ, ਕਹਿੰਦਾ ਯਾਰ ਇਹ ਫਿਰ ਉੱਥੋਂ ਰੇੜੇ ਦਾ ਪਾ ਲਿਆ, ਕਹਿੰਦਾ ਮਗਰ ਲਾ ਇਹ ਟਰੈਕਟਰ ਦਾ ਪਾਇਆ, ਉੱਧਰ ਲਾ ਇਹ ਫਿਰ ਪੁਰਾਣੀ ਜੀਪ ਹੁੰਦੀ ਹੈ ਆਪਣੇ ਕੋਲ ਉਹਦਾ ਪਾ ਰੱਖਿਆ, ਅੱਛਾ ਵਿੱਚ ਸੀਟਾਂ ਕਿੱਦਾਂ, ਕਹਿੰਦਾ ਸੀਟਾਂ ਤਾਂ ਹੈ ਨਹੀਂ, ਦਰੀ ਵਿਛਾਈ ਹੈ, ਉਹ ਡਰਾਈਵਰ ਦਾ ਰੌਲਾ ਚੱਲਦਾ ਜੇ, ਅਸੀਂ ਇਸੇ ਕਰਕੇ ਸੀਟ ਨਹੀਂ ਰੱਖੀ ਉੱਥੇ ਵੀ ਡਰਾਈਵਰ ਚਲਾਉਣੀ ਕਿੰਨੇ ਉਹ ਜਿਹੇ ਹਿਸਾਬ ਨਹੀਂ ਲੱਗਣ ਡਿਆ, ਅਤੇ ਹੁਣ ਬਾਹਰ ਬੰਦਾ ਇਹੋ ਜਿਹੀ ਬੱਸ ਵਾਲੇ ਨੂੰ ਆਖੇ ਚੜ੍ਹ ਜਾਓ, ਇਹਨੇ ਤੁਹਾਨੂੰ ਪਾਰ ਲਾ ਦੇਣਾ, ਬੰਦਾ ਬਹੂ ਉਹਦੇ 'ਚ, ਨਹੀਂ ਔਖਾ ਹੋ ਜੂਗਾ, ਹੋ ਸਕਦਾ ਚੰਗਾ ਨਹੀਂ, ਨਵੀਂ ਲਿਆਉਣ ਜਿੱਦਾਂ ਗੁਜਰਾਤ ਵਾਲਿਆਂ ਨੇ ਆਉਂਦੀ ਹੈ, ਨਵੀਂ ਲਿਆਉਣ ਹੈ, ਭਾਂਪੂ ਭਾਂਪੂ ਹਾਰਨ ਮਾਰਦੀ ਆ, ਮਾਰ ਕੇ ਸਟਿੱਕਰ ਲਾਏ ਹੋਣ, ਨਾ ਲਿਖਿਆ ਹੋਵੇ ਕਿ ਇੱਥੇ ਜੁੱਤੀ ਰੱਖਣਾ ਮਨਾ ਹੈ, ਕਈ ਕੁਛ ਹੁੰਦਾ ਨਾ ਮੂਹਰੇ ਐਂ ਕਰਕੇ, ਬਹੁਤ ਵਧੀਆ ਛੋਟਾ ਤੌਲੀਆ ਛੋਟੇ ਸਾਈਜ਼ ਵਾਲਾ ਜਿਹੜਾ ਐਂ ਕਰਕੇ ਰੱਖਿਆ ਹੁੰਦਾ ਤਹਿ ਲਾ ਕੇ। ਸੰਧਾਲੀਆ ਸਾਹਿਬ, ਬਾਕੀ ਇੱਕ ਗੱਲ ਤਾਂ ਹੈਗੀ ਆ, ਜੇ MLA ਦਿੱਲੀ ਜਾਂਦੇ ਆ, ਜੇ ਜਾਂਦੇ ਆ ਜੀ, ਹਾਂ ਫੇਰ ਕਹੋ ਜੇ ਇਹ ਦਿੱਲੀ ਜਾਂਦੇ ਆ, ਤਾਂ ਹੋ ਸਕਦਾ ਉਹ ਕਹਿਣ ਚੁਣਾਵ ਤੋਂ ਲੜੇਂਗੇ, ਚੁਣਾਵ ਤੋਂ ਲੜਨਾ ਹੈ ਕੋਈ ਬਾਤ ਨਹੀਂ, ਉਹ ਇਹਨਾਂ ਨੇ ਪਤਾ ਕਹਿਣਾ ਉਹ ਯਾਰ ਲੜਨਾ ਨਹੀਂ, ਅਸੀਂ ਜਿੱਤਣਾ ਵੀ ਹੈ, ਲੜਦਾ ਜਿਹੜਾ ਮਰਜ਼ੀ ਲਊਗਾ, ਹੁਣ ਜੇ ਤਾਂ ਕਾਂਗਰਸੀਆਂ ਜਿੱਤਣਾ ਕੰਮ ਕਰਨਾ ਪਊਗਾ, ਕਿਉਂਕਿ ਵਿਰੋਧੀ ਧਿਰਾਂ ਦੇ ਲੀਡਰ ਜਾਂਦੇ ਆ ਅਤੇ ਲੋਕ ਉਹਨਾਂ ਨੂੰ ਸਵਾਲ ਨਹੀਂ ਪੁੱਛ ਸਕਦੇ, ਜਦੋਂ ਕਾਂਗਰਸੀ ਜਾਂਦੇ ਆ ਅਤੇ ਲੋਕ ਪੁੱਛਦੇ ਆ ਕਿ ਰੇਤਾ ਬਜਰੀ ਦਾ ਭਾਅ ਘਟਿਆ, ਬੇਅਦਬੀ ਵਾਲਾ ਇਨਸਾਫ ਮਿਲਿਆ, ਨਸ਼ਾ ਮੁੱਕਿਆ, ਨਿਆਣਿਆਂ ਨੂੰ ਨੌਕਰੀ ਮਿਲੀ, ਉਹ ਸਵਾਲ ਪੁੱਛਦੇ ਆ ਅਤੇ ਉਹਨਾਂ ਸਵਾਲਾਂ ਦਾ ਜਵਾਬ ਜੇ ਤਾਂ ਕਾਂਗਰਸੀ ਵਿਧਾਇਕਾਂ ਕੋਲ ਹੈਗਾ, ਫਿਰ ਉਹ ਆਰਾਮ ਨਾਲ ਰਹਿਣਗੇ, ਫਿਰ ਦਿੱਲੀ ਜਾਣ ਦੀ ਲੋੜ ਨਹੀਂ। ਪਰ ਜਿਹਨੂੰ ਵੀ ਲੱਗੂਗਾ ਕਿ ਭਾਈ ਮੇਰਾ ਔਖਾ ਇਹ ਨਾ ਹੋਵੇ ਕਿ ਵਿਧਾਨ ਸਭਾ ਦਾ ਦਰਵਾਜ਼ਾ ਫਰਵਰੀ 2022 'ਚ ਬੰਦ ਹੋ ਜਾਣਾ, ਉਹਦੇ ਲਈ ਫਿਰ ਔਖਾ ਹੋ ਸਕਦਾ ਕਿ ਚਿੱਠੀ ਲਿਖੀ ਗਈ ਹੋਵੇ, ਪਰ ਜੇ ਸੱਚੀ 40 ਬੰਦੇ ਅਜੇ ਕੈਮ ਦੇ ਕੈਮ ਖੜੇ ਆ, ਕੋਈ ਪਤਾ ਨਹੀਂ ਭਾ ਗੁਜਰਾਤ ਨੂੰ ਜੇ ਫਲਾਈਟ ਲੈ ਕੇ ਜਾਓ ਤਾਂ ਘੰਟਾ ਡੂਢ ਲੱਗਦਾ ਹੋਣਾ, ਉਹ ਪਤਾ ਲੱਗਦਾ ਮਾਰੇ ਦੇ ਰਹਿਣਾ, ਨਾਲੇ ਮੈਨੂੰ ਲੱਗਦਾ ਵੀ ਜਿਹੜੇ ਵਿਚਾਰੇ ਕਾਂਗਰਸ ਦੇ MLA ਨੇ ਨਾ, ਉਹਨਾਂ ਨੇ ਇਹ ਵੀ ਸੋਚਦੇ ਹੋਣੇ ਆ ਵੀ ਯਾਰ ਦੇਖੋ ਲੋਕਾਂ ਨੂੰ ਤਾਂ ਜਵਾਬ ਦੇਣਾ ਹੀ ਦੇਣਾ ਜੀ, ਪਲੱਸ ਬਣਿਆ ਬਣਾਇਆ ਮੁੱਦਾ 2022 ਲਈ ਵਿਰੋਧੀਆਂ ਨੂੰ ਦੇ ਦੇਣਾ, ਅਲੈ ਵੀ 17 'ਚ ਕਹਿੰਦੇ ਸੀ ਇਹਨਾਂ ਨੇ ਆਹ ਕਰ ਦਿੱਤਾ ਜੀ, ਜੇ ਅਸੀਂ ਕੀਤਾ ਹੁੰਦਾ ਤਾਂ ਇਹ ਬੰਦ ਨਾ ਕਰ ਦਿੰਦੇ, ਇਸ ਲਾਈਨ ਦਾ ਜਵਾਬ ਨਹੀਂ ਲੱਭਿਆ ਉਹਨਾਂ ਨੂੰ। ਚਲੋ ਬਾਕੀ ਹੁਣ ਉਹ ਸਿਆਣੇ ਬੰਦੇ ਨੇ, ਭਾਈ ਸਾਹਿਬ ਅਗਲਿਆਂ ਦੀ ਹਾਈ ਕਮਾਂਡ ਹੈ, ਉਹ ਹਾਈ ਕਮਾਂਡ ਜਾਣੇ, ਹਾਈ ਕਮਾਂਡ ਵਾਲੇ ਜਾਣਨ, ਆਪਾਂ ਤਾਂ ਗੱਲਾਂ ਹੀ ਕਰ ਸਕਦੇ ਹਾਂ, ਜਦੋਂ ਅਗਲੀ ਖਬਰ ਉਹ ਫਿਰ ਦੱਸ ਦਾਂਗੇ। ਬਿਲਕੁਲ ਜ਼ਰੂਰੀ ਹੈ ਸੰਧਾਲੀਆ ਸਾਹਿਬ, ਅਤੇ ਬਾਕੀ ਉਮੀਦ ਕਰਦੇ ਹਾਂ ਕਿ ਅੱਜ ਅਕਾਲੀ ਦਿੱਲੀ ਗਏ ਆ, ਰਾਹ ਦੇ ਵਿੱਚ ਮਾੜੇ ਮਾੜੇ ਝਗੜੇ ਦੀਆਂ ਖਬਰਾਂ ਨੇ ਕਿ ਭਾਈ ਉਹ ਝਗੜੇ ਨਾ ਹੋਣ, ਸਿਆਸੀ ਪਾਰਟੀਆਂ ਵੀ ਧਿਆਨ ਰੱਖਣ, ਸਾਰੇ ਧਿਆਨ ਰੱਖਣ, ਅਤੇ ਭਾਸ਼ਾ ਹਮੇਸ਼ਾ ਸੱਭਿਅਕ ਰਹਿ, ਉਮੀਦ ਕਰਦੇ ਹਾਂ ਕਿ ਸ਼ਾਂਤੀ ਅਤੇ ਭਾਈਚਾਰਾ ਬਣਿਆ ਰਹੂਗਾ। ਬਹੁਤ ਸ਼ੁਕਰੀਆ। ਲਓ ਜੀ ਫਿਰ ਧੰਨਵਾਦ ਕਰਦੇ ਹਾਂ ਜੀ, ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਖਤਮ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਇੱਕ ਤਾਂ ਉਹ ਲਾਈਕ ਵਾਲਾ ਬਟਨ ਜ਼ਰੂਰ ਦੱਬਿਆ ਕਰੋ, YouTube ਦੇ ਉੱਪਰ ਇੱਕ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ, ਅਤੇ ਦੇਖਦੇ ਰਹਿਣਾ ਪਰਮੇਸ਼ਰ TV, ਤੁਹਾਡਾ ਆਪਣਾ ਤੁਹਾਡੇ ਲਈ।